ਹਾਂਜੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਸਿੱਧੂ ਤੇ ਆਪਾਂ ਲਗਾਤਾਰ ਚਰਚਾ ਕਰ ਰਹੇ ਆ ਪੰਜਾਬ ਸਬ ਇਨਸਪੈਕਟਰ ਦੇ ਕੰਪਿਊਟਰ ਦੇ ਜਿਹੜੇ ਕੁਐਸਚਨ ਆਏ ਸੀ ਪੇਪਰ ਦੇ ਵਿੱਚ 2021 ਵਾਲੇ ਦੇ ਵਿੱਚ ਉਹਦੇ ਵਿੱਚੋਂ ਤਿੰਨ ਪਾਰਟ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਆ ਤਿੰਨ ਸ਼ਿਫਟਾਂ ਦੇ ਪੇਪਰਾਂ ਦੇ ਵਿੱਚ ਜਿਹੜੇ ਕੰਪਿਊਟਰ ਦੇ ਕੁਐਸਚਨ ਆਏ ਸੀ ਉਹ ਆਪਾਂ ਦੇਖ ਚੁੱਕੇ ਆ ਸੋਲਵ ਕਰ ਚੁੱਕੇ ਆ ਥੋੜਾ ਜਿਹਾ ਟਫ ਸੀਗਾ ਪਿਛਲੀ ਵਾਰੀ ਸੋ ਉਹ ਜੇ ਆਪਾਂ ਕੱਲਾ ਕੱਲਾ ਕੁਐਸਚਨ ਕਰ ਲਾਂਗੇ ਤਾਂ ਫਿਰ ਦੁਬਾਰਾ ਜੇ ਹੁਣ ਵੀ ਓਵੇਂ ਦਾ ਪੇਪਰ ਆ ਜੂਗਾ ਤਾਂ ਸਾਡੇ ਕੁਐਸਚਨ ਸੋਲਵ ਹੋਣਗੇ ਠੀਕ ਆਪਾਂ ਡਿਟੇਲ ਚ ਡਿਸਕਸ ਕਰ ਰਹੇ ਆ ਇਕੱਲੇ ਮੈਂ ਅਨਸਰ ਨਹੀਂ ਦੱਸ ਰਿਹਾ ਜਿਵੇਂ ਜੇ ਤੁਸੀਂ ਦੇਖ ਰਹੇ ਹੋ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿਉਂਕਿ ਅਨਸਰ ਤਾਂ ਤੁਹਾਨੂੰ ਉਦਾਂ ਵੀ ਮਿਲੀ ਜਾਣਗੇ ਪੇਪਰ ਦੇਖ ਕੇ ਸੋਲਵ ਕਰ ਲਓ ਹਨਾ ਮੇਨ ਤਾਂ ਹੈ ਕਿ ਕਨਸੈਪਟ ਬਿਲਡ ਕਰਨਾ ਸੋ ਆਪਾਂ ਕਨਸੈਪਟ ਹੀ ਬਿਲਡ ਕਰ ਰਹੇ ਆ ਸੋ ਆਈ ਹੋਪ ਕਿ ਤੁਸੀਂ ਬਾਕੀ ਦਾ ਸਿਲੇਬਸ ਕੰਪਲੀਟ ਕਰ ਲਿਆ ਹੋਊਗਾ ਰਿਵੀਜ਼ਨ ਕਰ ਰਹੇ ਹੋਗੇ ਨਾਲ ਨਾਲ ਕੰਪਿਊਟਰ ਵੀ ਤੁਸੀਂ ਕੰਪਲੀਟ ਕਰ ਲਿਆ ਹੋਊ ਤਾਂ ਇਹ ਤੁਹਾਡਾ ਇਹਦੇ ਨਾਲ ਤੁਹਾਡਾ ਹੋਰ ਫਾਇਦਾ ਹੋ ਜਾਊਗਾ ਬੈਨੀਫਿਟ ਹੋ ਜਾਊਗਾ ਕਿ ਚੀਜ਼ਾਂ ਐਡ ਅਪ ਹੋ ਜਾਣੀਆਂ ਜੇਕਰ ਤੁਹਾਨੂੰ ਆਉਂਦੀਆਂ ਤਾਂ ਠੀਕ ਹੈ ਨਹੀਂ ਤੁਹਾਨੂੰ ਆਈਡੀਆ ਹੋ ਜਾਊਗਾ ਜੇ ਕੁਝ ਨਹੀਂ ਆਉਂਦਾ ਤਾਂ ਤੁਸੀਂ ਉਸ ਚੀਜ਼ ਨੂੰ ਨੋਟ ਕਰ ਸਕਦੇ ਹੋ ਸੋ ਅੱਜ ਆਪਣਾ ਹੈਗਾ ਇਹ ਚੌਥਾ ਪਾਰਟ ਜਿਹਦੇ ਵਿੱਚ ਆਪਾਂ ਦੇਖਾਂਗੇ 24 ਅਗਸਤ 2021 ਦੇ ਕੁਸ਼ਚਨ ਦੇਖਾਂਗੇ ਜਿਵੇਂ ਪਹਿਲਾ ਕੁਸ਼ਚਨ ਹੈਗਾ ਇਨ ਐਮ ਐਸ ਪਾਵਰਪੁਆਇੰਟ 2019 ਪਾਵਰਪੁਆਇੰਟ ਦੇ ਕੁਸ਼ਚਨ ਹੈ ਇਹ ਵਿੱਚ ਉਹਦੀ ਫੋਲੋਇੰਗ ਪੇਅਰਸ ਆਫ ਫੰਕਸ਼ਨ ਟੈਬਸ ਇਜ਼ ਕਰੈਕਟ ਕਹਿੰਦਾ ਕੀ ਹੋਮ ਦੇ ਵਿੱਚ ਹੁੰਦਾ ਹੈ ਕਲਿੱਪਬੋਰਡ ਕਹਿੰਦਾ ਵਿਊ ਦੇ ਵਿੱਚ ਇਮੇਜ ਇਮੇਜਸ ਹੁੰਦੀ ਹੈ ਪਹਿਲਾਂ ਕਲਿੱਪਬੋਰਡ ਕੀ ਹੁੰਦਾ ਹੈ ਕਲਿੱਪਬੋਰਡ ਇੱਕ ਇਹਦੇ ਦੇ ਵੀ ਕੁਸ਼ਚਨ ਆਇ ਤੁਸੀਂ ਚੈਪਟਰ ਵਾਈਜ਼ ਮੈਂ ਵੀਡੀਓ ਬਣਾਈਆਂ ਹੋਈਆਂ ਨੇ ਉਹਦੇ ਵਿੱਚ 8ਵਾਂ ਚੈਪਟਰ ਹੈ ਜਿਹਦੇ ਵਿੱਚ ਆਪਾਂ ਵਰਡ ਐਕਸਲ ਪਾਵਰਪੁਆਇੰਟ ਬਾਰੇ ਗੱਲਬਾਤ ਕੀਤੀ ਹੈ ਉੱਥੇ ਕਲਿੱਪਬੋਰਡ ਦੇ ਕੁਸ਼ਚਨ ਤੁਹਾਨੂੰ ਮਿਲ ਜਾਣਗੇ ਸੌਖੇ ਕੁਸ਼ਚਨ ਹੈ ਦੇਖ ਸਕਦੇ ਹੋ ਜਾ ਕੇ ਕਲਿੱਪਬੋਰਡ ਹੈ ਕਿ ਜਦੋਂ ਅਸੀਂ ਕਿਤੋਂ ਵੀ ਡਾਟਾ ਸਪੋਜ਼ ਕਰੋ ਇਹ ਵੈਬਸਾਈਟ ਹੈ ਵੈਬਸਾਈਟ ਤੋਂ ਅਸੀਂ ਵਰਡ ਦਾ ਪੇਜ ਹੈ ਐਮ ਐਸ ਵਰਡ ਇੱਥੋਂ ਅਸੀਂ ਕਾਪੀ ਕੀਤਾ ਕੰਟਰੋਲ ਸੀ ਕੀਤਾ ਇੱਥੇ ਅਜੇ ਤੱਕ ਪੇਸਟ ਨਹੀਂ ਕੀਤਾ ਉਹ ਕਿਤੇ ਤਾਂ ਸੇਵ ਹੋਊਗਾ ਹੀ ਨਾ ਕਿਸੇ ਮੈਮਰੀ ਦੇ ਵਿੱਚ ਤਾਂ ਉਹ ਹੁੰਦਾ ਕਲਿੱਪਬੋਰਡ ਤੇ ਜਾਂਦਾ ਉਹ ਕਲਿੱਪਬੋਰਡ ਨੂੰ ਆਪਾਂ ਕਹਿ ਸਕਦੇ ਹਾਂ ਟੈਂਪਰੇਰੀ ਟੈਂਪਰੇਰੀ ਹੋਲਡਿੰਗ ਏਰੀਆ ਟੈਂਪਰੇਰੀ ਹੋਲਡਿੰਗ ਏਰੀਆ ਕਲੀਅਰ ਹੈ ਤਾਂ ਉਹ ਪੁੱਛਦਾ ਵੀ ਆਪਾਂ ਚੈੱਕ ਕਰ ਲੈਂਦੇ ਹਾਂ ਵੀ ਕਾਹਦੇ ਚ ਹੈ ਤਾਂ ਹੋਮ ਹੋਮ ਦੇ ਵਿੱਚ ਕਲਿੱਪਬੋਰਡ ਇਹ ਬਿਲਕੁਲ ਠੀਕ ਹੈ ਹੋਮ ਟੈਬ ਹੈ ਇਹ ਟੈਬ ਤੇ ਬੜੇ ਕੁਐਸਚਨ ਪੁੱਛਦਾ ਉਹ ਪਹਿਲਾਂ ਵੀ ਪੁੱਛੇ ਹੋਏ ਨੇ ਹੋਮ ਦੇ ਵਿੱਚ ਕਲਿੱਪਬੋਰਡ ਇਹ ਬਿਲਕੁਲ ਠੀਕ ਹੈ ਪਹਿਲਾਂ ਦੂਸਰਾ ਹੈ ਕੰਦਾ 뷰 ਦੇ ਵਿੱਚ 뷰 ਟੈਬ ਦੇ ਵਿੱਚ ਇਮੇजेस ਤਾਂ ਆਪਾਂ ਦੇਖਦੇ ਆ ਜਿਹੜੀਆਂ ਇਹ ਇਮੇजेस ਹੈ ਇਹ 뷰 ਦੇ ਵਿੱਚ ਨਹੀਂ ਹੈ ਇਨਸਰਟ ਦੇ ਵਿੱਚ ਹੈ ਸੋ ਇਹ ਰੋਂਗ ਹੋ ਗਿਆ ਤਾਂ ਇਹਨਾਂ ਦੇ ਵਿੱਚੋਂ ਠੀਕ ਪੁੱਛ ਰਿਆ ਨਾ ਇੱਕ ਆਪਾਂ ਇਹ ਦੁਬਾਰਾ ਧਿਆਨ ਦੇਣਾ ਵੀ ਕਰੈਕਟ ਪੁੱਛ ਰਿਹਾ ਕਿ ਇਨਕਰੈਕਟ ਕਰੈਕਟ ਹੈਗਾ ਫਿਰ ਓਨਲੀ 1 ਬੀ ਆਨਸਰ ਹੈ ਕਲੀਅਰ ਅਗਲਾ ਕੁਐਸਚਨ ਹੈ ਜੀ ਇਨ ਬਿਜ਼ਨਸ YouTube ਮੋਡਰੇਟਲੀ ਹੈਲਪਸ ਇਨ ਵਿਚ ਆਫ ਦੀ ਫਾਲੋਇੰਗ ਕਹਿੰਦਾ ਕਹਿੰਦਾ ਬਿਜ਼ਨਸ ਦੇ ਵਿੱਚ YouTube ਕਹਿੰਦਾ ਮੋਡਰੇਟਲੀ ਹੈਲਪ ਕਰਦਾ ਹੈ ਕਹਿੰਦਾ ਕਿਹੜਿਆਂ ਦੇ ਵਿੱਚ ਹੋਏ ਰੈਪਿਊਟੇਸ਼ਨ ਬਿਲਡਿੰਗ ਇਹ ਤਾਂ ਗੱਲ ਠੀਕ ਹੈ ਕਿ ਆਪਾਂ YouTube ਤੇ ਰੈਪਿਊਟੇਸ਼ਨ ਬਣਾਉਣੀ ਆ ਥੋੜਾ ਟਾਈਮ ਲੱਗਦਾ ਐ ਤਾਂ ਨਹੀਂ ਹੈਗਾ ਹੁਣ ਆਪਾਂ ਚੈਨਲ ਕੰਮ ਸ਼ੁਰੂ ਕੀਤਾ ਐ ਤਾਂ ਨਹੀਂ ਹੈਗਾ ਵੀ ਪਹਿਲੇ ਦਿਨ ਹੀ ਸਾਡੇ 2 ਮਿਲੀਅਨ ਹੋ ਗਏ ਸਬਸਕ੍ਰਾਈਬਰ ਹੋ ਗਏ ਜਾਂ ਵਿਊ ਜਿਆਦੇ ਹੋਣ ਲੱਗੇ ਨਾ ਹੌਲੀ ਹੌਲੀ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਲਗਾਤਾਰ ਕਨਸਟੈਂਟਲੀ ਪਰਸਿਸਟੈਂਟਲੀ ਮਿਹਨਤ ਕਰਨੀ ਪੈਂਦੀ ਹੈ ਫਿਰ ਕਿਤੇ ਰੈਪਿਟੇਸ਼ਨ ਬਣਦੀ ਹੈ ਪਰ ਮੋਡਰੇਟ ਜੀ ਕਰਦਾ ਇੰਨੀ ਬਹੁਤ ਜ਼ਿਆਦਾ ਨਹੀਂ ਠੀਕ ਹੈ ਮੇਨਟੇਨਿੰਗ ਗਰਪਸ ਗਰੁੱਪ ਬਣਾ ਸਕਦੇ ਜਿਵੇਂ ਆਪਾਂ WhatsApp ਤੇ ਗਰੁੱਪ ਬਣਾਉਣੇ ਆ ਬ੍ਰਾਡਕਾਸਟ ਲਿਸਟ ਹਨਾ YouTube ਤੇ ਵੀ ਓਮੇ ਗਰੁੱਪ ਬਣਾ ਸਕਦੇ ਆ ਸ਼ੇਅਰਿੰਗ ਸ਼ੇਅਰਿੰਗ ਵਿੱਚ ਮੋਡਰੇਟਲੀ ਹੁੰਦੀ ਹੈ ਆਪਾਂ ਕਾਪੀ ਕਰਕੇ WhatsApp ਤੇ ਪੇਜ ਸਕਦੇ ਆ ਹਨਾ ਜਿਵੇਂ Facebook ਜਿਹੜੇ ਹੈ ਉਥੇ ਹਾਈਲੀ ਸ਼ੇਅਰ ਕਰ ਸਕਦੇ ਆ ਆਪਾਂ ਚੀਜ਼ਾਂ ਸੋ ਇਹ ਮੋਡਰੇਟ ਦੇ ਕੰਮ ਹੁੰਦੇ ਨੇ ਫਿਰ ਇਹ ਤਿੰਨੋਂ ਹੀ ਠੀਕ ਨੇ ਠੀਕ ਹੈ ਡੀ ਆਨਸਰ ਹੈ ਅਗਲਾ ਕੁਐਸਚਨ ਹੈਗਾ ਇਨ MS WORD 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਚੇਂਜ ਦੀ ਟੈਕਸਟ ਟੂ ਹੈਡਿੰਗ 2 ਦੇਖੋ ਸ਼ਿਫਟ ਟੂ ਕੰਟਰੋਲ ਆਲਟ ਟੂ ਠੀਕ ਆਨਸਰ ਨਹੀਂ ਹੈ ਕਿ ਮੈਂ ਵੈਸੇ ਠੀਕਾ ਚਲਾ ਰਿਹਾ ਹਾਂ ਕੰਟਰੋਲ ਟੂ ਤੇ ਕੰਟਰੋਲ ਸ਼ਿਫਟ ਟੂ ਦੇਖੋ ਤਿੰਨ ਤਰ੍ਹਾਂ ਦੇ ਹੈਡਿੰਗ ਹੁੰਦੇ ਨੇ ਆਪਾਂ ਸਮਝਦੇ ਹਾਂ ਇੱਕ ਹੁੰਦਾ ਹੈਡਿੰਗ 1 ਹੈਡਿੰਗ 2 ਹੈਡਿੰਗ 3 ਠੀਕ ਹੈ ਕੰਟਰੋਲ ਆਲਟ 1 ਕਰਦਗੇ ਤਾਂ ਆਟੋਮੈਟਿਕਲੀ ਹੈਡਿੰਗ 1 ਸਿਲੈਕਟ ਹੋ ਜਾਂਦਾ ਹੈ ਕੰਟਰੋਲ ਆਲਟ 2 ਕਰ ਦਗੇ ਹੈਡਿੰਗ 2 ਸਿਲੈਕਟ ਹੋ ਜਾਂਦਾ ਹੈ ਕੰਟਰੋਲ ਆਲਟ 3 ਕਰ ਦਗੇ ਹੈਡਿੰਗ 3 ਹੋ ਜਾਂਦਾ ਹੈ ਸੋ ਆਪਾਂ ਨੂੰ ਪੁੱਛਿਆ ਉਹਨੇ ਕੀ ਹੈ ਹੈਡਿੰਗ 2 ਦੇ ਵਿੱਚ ਹੈ ਤਾਂ ਕੰਟਰੋਲ ਇਹ ਯਾਦ ਰੱਖਣਾ ਹੈ ਕੰਟਰੋਲ ਆਲਟ ਨਾਲ ਆ ਕੇ ਸ਼ਿਫਟ ਹੈ ਤਾਂ ਫਿਰ ਬੀ ਆਨਸਰ ਹੈ ਇਸ ਦਾ ਹਨਾ ਹਾਂ ਅਗਲਾ ਕੁਐਸਚਨ ਬੈਂਕਸ ਯੂਜ਼ ਵਿਚ ਇਨਪੁਟ ਡਿਵਾਈਸ ਟੂ ਪ੍ਰੋਪੋਜ਼ ਅ ਲਾਰਜ ਵੋਲੀਅਮ ਆਫ ਚੈੱਕ ਕਹਿੰਦਾ ਬੈਂਕਾਂ ਦੇ ਵਿੱਚ ਲਾਰਜ ਵੋਲੀਅਮ ਆਫ ਚੈੱਕ ਨੂੰ ਪ੍ਰੋਸੈਸ ਕਰਨ ਦੇ ਲਈ ਕੀ ਬਰਤੇ ਜਾਂਦਾ ਤੇ ਹੁੰਦਾ ਹੈ ਮੈਗਨੇਟਿਕ ਇਨਕ ਕਰੈਕਟਰ ਰਿਕੋਗਨਾਈਜ਼ਰ ਇਹ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿਸੀ ਹੋਰ ਸ਼ਿਫਟ ਦੇ ਵਿੱਚ ਵੀ ਆਇਆ ਹੋਇਆ ਕੁਸ਼ਣ ਹੈ ਇਹ ਮੈਗਨੇਟਿਕ ਐਬ੍ਰੀਵੀਏਸ਼ਨ ਪੁੱਛ ਸਕਦਾ ਹੈ ਮੈਗਨੇਟਿਕ ਇਨਕ ਕਰੈਕਟਰ ਰਿਕੋਗਨੀਸ਼ਨ ਰਿਕੋਗਨੀਸ਼ਨ ਵੀ ਹੋ ਸਕਦਾ ਹੈ ਰੀਡਰ ਵੀ ਹੋ ਸਕਦਾ ਹੈ ਰਿਕੋਗਨਾਈਜ਼ਰ ਵੀ ਹੋ ਸਕਦਾ ਹੈ ਕਲੀਅਰ ਬੀ ਆਨਸਰ ਹੈ ਵਿੱਚ ਉਹਦੀ ਫਾਲੋਇੰਗ ਯੂਜ਼ ਟੂ ਆਇਡੈਂਟੀਫਾਈ SIM ਕਾਰਡ ਦੇਖੋ SIM ਕਾਰਡ ਦੇ ਲਈ ਕੀ ਹੁੰਦਾ ਹੈ ਦੇਖੋ ਦੋਨੇ ਚੀਜ਼ਾਂ ਹੁੰਦੀਆਂ ਨੇ IMEI ਤਾਂ ਹੁੰਦਾ ਇੰਟਰਨੈਸ਼ਨਲ ਮੋਬਾਈਲ ਇਕੁਪਮੈਂਟ ਆਇਡੈਂਟੀਟੀ IMSI ਹੁੰਦਾ ਇੰਟਰਨੈਸ਼ਨਲ ਮੋਬਾਈਲ ਸਬਸਕ੍ਰਾਈਬਰ ਆਇਡੈਂਟੀਟੀ ਦੇਖੋ ਇਹ ਦੋਨੇ ਚੀਜ਼ਾਂ ਹੀ ਸਮਝਣ ਵਾਲੀਆਂ ਨੇ ਮੈਂ ਦੱਸ ਦੇਣਾ ਇੱਕ ਮੋਬਾਈਲ ਫੋਨ ਹੁੰਦਾ ਹੈ ਮੋਬਾਈਲ ਇਕੁਪਮੈਂਟ ME ਬੋਲਦੇ ਨੇ ਇੱਕ SIM ਹੁੰਦਾ ਸਬਸਕ੍ਰਾਈਬਰ ਆਈਡੈਂਟੀਟੀ ਮੋਡਿਊਲ ਇਹ ਵੀ ਐਬ੍ਰੀਵੀਏਸ਼ਨ ਬਹੁਤ ਇੰਪੋਰਟੈਂਟ ਹੈ ਪੁੱਛੀ ਗਈ ਹੈ ਫੋਨ ਦੇ ਵਾਸਤੇ ਤਾਂ ਹੁੰਦਾ ਹੈਗਾ ਆਈ ਐਮਈ ਆਈ ਨੰਬਰ ਜਿਵੇਂ ਆਪਾਂ ਦੇਖਿਆ ਹੈ ਲੈਪਟਾਪ ਵਾਸਤੇ ਪੀਸੀ ਵਾਸਤੇ ਹੈਨਾ ਕੰਪਿਊਟਰ ਵਾਸਤੇ ਜਾਂ ਹਬਸ ਸਵਿਚ ਵਾਸਤੇ ਹੈਨਾ ਵਾਸਤੇ ਮੈਕ ਐਡਰੈਸ ਹੁੰਦਾ ਹੈ ਮੀਡੀਆ ਐਕਸੈਸ ਕੰਟਰੋਲ 48 ਬਿਟ ਦਾ ਆਪਾਂ ਪੜ ਚੁੱਕੇ ਹਾਂ 48 ਬਿਟ ਦਾ ਜਾਂ ਇਹਨੂੰ ਡਿਵਾਈਡ ਬਾਈਡ ਕਰਦਾਂਗੇ 6 ਬਾਈਟ ਦਾ ਇਹ ਵੀ ਪੁੱਛ ਸਕਦਾ ਮੈਕ ਐਡਰੈਸ ਕਿੰਨੇ ਬਿਟ ਜਾਂ ਬਾਈਟ ਦਾ ਹੁੰਦਾ ਹੈ ਹੈਨਾ ਸੋ ਉਵੇਂ ਹੀ ਮੋਬਾਈਲ ਫੋਨ ਵਾਸਤੇ ਹੁੰਦਾ ਹੈ ਆਈ ਐਮ ਈ ਆਈ ਨੰਬਰ ਜਦੋਂ ਸਾਡਾ ਫੋਨ ਗਵਾਚੇ ਕੋਈ ਬੰਦਾ ਸਿਮ ਕੱਢ ਕੇ ਪਰੇ ਮਾਰੇ ਹੈ ਨਾ ਤਾਂ ਫਿਰ ਮੋਬਾਈਲ ਨੂੰ ਆਪਾਂ ਟ੍ਰੇਸ ਕਿਵੇਂ ਕਰ ਸਕਦੇ ਹਾਂ ਉਹ ਤੋਂ ਆ ਨੰਬਰ ਦੁਆਰਾ ਟ੍ਰੇਸ ਕਰ ਸਕਦੇ ਆ ਆਈ ਐਮ ਈ ਆਈ ਨੰਬਰ ਦੁਆਰਾ ਠੀਕ ਹੈ ਫਿਰ ਉਵੇਂ ਹੀ ਸਿਮ ਦਾ ਵੀ ਨੰਬਰ ਹੁੰਦਾ ਇੱਕ ਤਾਂ ਨੰਬਰ ਉਹੀ ਹੁੰਦਾ ਹੈ ਮੋਬਾਈਲ ਨੰਬਰ ਹੁੰਦਾ ਆਪਣਾ 10 ਅੱਖਰਾਂ ਦਾ ਹੈ ਨਾ ਇੱਕ ਸਿਮ ਦੇ ਵਿੱਚ ਹੋਰ ਨੰਬਰ ਹੁੰਦਾ ਉਹ ਨੰਬਰ ਹੁੰਦਾ ਇੰਟਰਨੈਸ਼ਨਲ ਮੋਬਾਈਲ ਸਬਸਕ੍ਰਾਈਬਰ ਆਈਡੈਂਟੀਟੀ ਇਹ ਮੋਬਾਈਲ ਸਟੇਸ਼ਨ ਬਣ ਜਾਂਦਾ ਹੈ ਚਲੋ ਇਹ ਆਪਾਂ ਨੂੰ ਹਜੇ ਲੋਡ ਨਹੀਂ ਹੈ ਕਿ ਇਹਦੇ ਪੂਰੀ ਸੈਲੂਲਰ ਨੈਟਵਰਕ ਦੀ ਵੀ ਉਹਦੇ ਚ ਮੋਬਾਈਲ ਸਟੇਸ਼ਨ ਹੁੰਦੇ ਨੇ ਹਨਾ ਉਹ ਨਹੀਂ ਹੈ ਚਲ ਆਪਾਂ ਨੂੰ ਹੈਗਾ ਹਜੇ ਆਈ ਐਮ ਐਸ ਆਈ ਹੈ ਇੰਟਰਨੈਸ਼ਨਲ ਮੋਬਾਈਲ ਸਬਸਕ੍ਰਾਈਬਰ ਆਈਡੈਂਟੀਟੀ ਤੇ ਆਈ ਐਮ ਈ ਆਈ ਹੈ ਇੰਟਰਨੈਸ਼ਨਲ ਮੋਬਾਈਲ ਇਕੁਪਮੈਂਟ ਆਈਡੈਂਟੀਟੀ ਇਹ ਥੋੜਾ ਜਿਹਾ ਪੜ ਲੈਨੇ ਆ ਆਈ ਐਮ ਐਸ ਆਈ ਇਜ਼ ਅ ਯੂਨੀਕਲੀ ਐਂਡ ਆਟੋਮੈਟਿਕਲੀ ਜਨਰੇਟਡ ਕੋਡ ਸਟੋਰਡ ਇਨ ਦੀ ਸਿਮ ਥੈਟ ਆਈਡੈਂਟੀਫਾਈਜ਼ ਏਵਰੀ ਮੋਬਾਈਲ ਫੋਨ ਸਬਸਕ੍ਰਾਈਬਰ ਔਨ ਐਨੀ ਨੈਟਵਰਕ ਗਲੋਬਲੀ ਕਿਸੇ ਵੀ ਨੈਟਵਰਕ ਤੇ ਜਿਹੜਾ 글로ਬਲੀ ਇਸ ਨੂੰ ਆਇਡੈਂਟੀਫਾਈ ਕਰਦਾ ਉਹ IMSI ਨੰਬਰ ਹੁੰਦਾ ਤੇ ਇਹ ਯੂਸੂਅਲੀ 15 ਡਿਜੀਟ ਦਾ ਹੁੰਦਾ ਬਟ ਇਹਦੇ ਤੋਂ ਘੱਟ ਵੀ ਹੋ ਸਕਦਾ ਹੈ ਕਲੀਅਰ ਤੇ ਸੈਲੂਲਰ ਨੈਟਵਰਕ ਦੇ ਵਿੱਚ ਇਹ ਯੂਜ਼ ਕੀਤਾ ਜਾਂਦਾ ਤੇ IMEI ਨੰਬਰ ਵੀ ਉਹੀ ਉਹ ਥੋੜਾ ਜਿਹਾ ਹਾਰਡਵੇਅਰ ਦਾ ਹੁੰਦਾ ਇੰਟਰਨੈਸ਼ਨਲ ਮੋਬਾਈਲ ਇਕੁਪਮੈਂਟ ਆਇਡੈਂਟੀਟੀ ਇਹ 15 ਡਿਜੀਟ ਦਾ ਹੁੰਦਾ ਯਾਦ ਰੱਖਣਾ ਤੇ ਕੁਐਸਚਨ ਪੁੱਛਿਆ ਗਿਆ ਤੇ ਇਹ ਯੂਨੀਕ ਆਈਡੈਂਟੀਫਿਕੇਸ਼ਨ ਔਰ ਸੀਰੀਅਲ ਨੰਬਰ दैट ਮੋਬਾਈਲ ਫੋਨ ਐਂਡ ਸਮਾਰਟਫੋਨ ਇਹ ਹਾਰਡਵੇਅਰ ਦਾ ਹੈ ਉਹ ਸਿਮ ਹੁੰਦਾ ਸੀ ਠੀਕ ਹੈ ਤਾਂ ਚਲੋ ਆ ਚੈੱਕ ਕਰਨ ਦਾ ਤਰੀਕਾ ਆਈਐਮਈਆਈ ਨੰਬਰ ਜੇ ਤੁਹਾਡੇ ਕੋਲੇ ਦੋ ਸਿਮ ਚੱਲਦੇ ਨੇ ਤਾਂ ਇਹ ਦੋ ਹੋਣਗੇ ਆਈਐਮਈ ਨੰਬਰ ਇਸ ਤੇ ਡਾਇਲ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤਾਂ ਫਿਰ ਇਹਦਾ ਕੀ ਬਣ ਜੂਗਾ ਵਿਚ ਆਫ ਦੀ ਫੋਲੋਇੰਗ ਯੂਜ਼ ਟੂ ਆਈਡੈਂਟੀਫਾਈ ਇੰਡੀਵਿਜੂਅਲ ਸਿਮ ਕਾਰਡ ਤਾਂ ਆਈਐਮਐਸਆਈ ਠੀਕ ਹੈ ਸੀ ਅਨਸਰ ਹੈ ਇੱਕ ਪਿੰਨ ਤੇ ਪੱਕ ਹੁੰਦਾ ਵੀ ਆਪਾਂ ਦੇਖ ਲੈਨੇ ਆ ਪੁੱਛ ਸਕਦਾ ਇਹਦੇ ਤੇ ਵੀ ਕੁਐਸਚਨ ਇਹ PUC ਵੀ ਹੋ ਸਕਦਾ ਤੇ PUK ਵੀ ਹੋ ਸਕਦਾ ਜੇ PUK ਹੈ ਪਰਸਨਲ ਅਨਬਲੌਕਿੰਗ ਕੀ ਤੇ ਜੇ PUC ਹੈ ਫਿਰ ਪਰਸਨਲ ਅਨਬਲੌਕਿੰਗ ਕੋਡ ਤੇ ਆਪਾਂ ਨੂੰ ਪਤਾ ਨਾ ਛੋਟੇ ਜਿਹਨੂੰ ਆਪਾਂ ਆਪਣੇ ਕੋਲ 33159 ਕੀ ਇਹਦੇ ਫੋਨ ਹੁੰਦੇ ਸੀ ਜਾਂ ਨੋਕੀ ਦੇ ਕੋਈ ਵੀ 1100 ਹੁੰਦੇ ਸੀ ਜਿਹਨੂੰ ਡਰਾਈਵਰ ਸੈਟ ਗਿਆ ਜਾਂਦਾ ਹੈ ਨਾ ਸੋ ਉਹਨਾਂ ਫੋਨਾਂ ਦੇ ਵਿੱਚ ਕਈ ਵਾਰੀ ਆਪਾਂ ਪੰਗੇ-ਪੁੰਗੇ ਲੈਣ ਲੱਗ ਜਾਂਦੇ ਤੇ ਪੱਕ ਕੋਡ ਲੱਗ ਜਾਂਦਾ ਤਾਂ ਪੱਕ ਕੋਡ ਲੱਗਦੇ ਫਿਰ ਕੰਪਨੀਆਂ ਨੂੰ ਫੋਨ ਕਰਦੇ ਫਿਰ ਉਹ ਪੱਕ ਕੋਡ ਦੱਸਦੇ ਸੀ ਤਾਂ ਅਸਲ ਦੇ ਵਿੱਚ ਪਿੰਨ ਲੱਗਿਆ ਹੁੰਦਾ ਪਹਿਲਾਂ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ ਜਿਹੜਾ ਕਿ 4 ਅੱਖਰਾਂ ਦਾ ਹੁੰਦਾ ਤੇ ਜਦੋਂ ਅਸੀਂ ਤਿੰਨ ਵਾਰੀ ਉਹ ਗਲਤ ਪਿੰਨ ਐਂਟਰ ਕਰ ਦਈਏ ਤਾਂ ਫਿਰ ਸਾਡਾ ਪੱਕ ਕੋਡ ਲੱਗ ਜਾਂਦਾ ਕੰਪਨੀ ਲੌਕ ਕਰ ਦਿੰਦੀ ਆ ਉਸ ਨੂੰ ਸਿਕਿਉਰਿਟੀ ਵਾਸਤੇ ਆ ਕਿ ਤੁਹਾਡਾ ਮੰਨ ਲਓ ਪਿੰਨ ਲੱਗਿਆ ਹੋਇਆ ਕਿਸੇ ਦੇ ਹੱਥ ਹੋਰ ਫੋਨ ਆ ਗਿਆ ਤੇ ਉਹਨੇ ਤਿੰਨ ਵਾਰੀ ਰੋਂਗ ਪਿੰਨ ਭਰਿਆ ਹਨਾ ਤਾਂ ਉਥੇ ਪੱਕ ਕੋਡ ਲੱਗ ਜੂਗਾ ਪਰਸਨਲ ਅਨਬਲੌਕਿੰਗ ਕੀ ਤਾਂ ਫਿਰ ਕੰਪਨੀ ਵਾਲੇ ਦੱਸਣਗੇ ਸੋ so, ਇਹ 8 ਡਿਜੀਟ ਦਾ ਹੁੰਦਾ ਯਾਦ ਰੱਖਣਾ ਠੀਕ ਹੈ ਦੋਨੇ ਚੀਜ਼ਾਂ ਨੋਟ ਕਰ ਲਓ ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਲੈ ਲੇ ਕਲੀਅਰ ਹੋਈ ਗੱਲ ਅਗਲਾ ਹੈਗਾ ਇਨ ਐਮ ਐਸ ਪਾਵਰਪੁਆਇੰਟ 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਗਰਪ ਸਿਲੈਕਟਡ ਸ਼ੇਪ ਪਿਕਚਰ অর ਵਰਡਸ ਆਰਟ ਆਬਜੈਕਟ ਕਹਿੰਦਾ ਕਿਹੜਾ ਸ਼ਾਰਟਕਟ ਆਪਣੇ ਕੋਲੇ ਗਰਪ ਕਰਨ ਲਈ ਵਰਤਿਆ ਜਾਂਦਾ ਹੈ ਕੰਟਰੋਲ ਜੀ ਕੰਟਰੋਲ ਆਈ ਕੰਟਰੋਲ ਐਚ ਕੰਟਰੋਲ ਕੇ ਜੇ ਤੁੱਕਾ ਮਾਰਨਾ ਨਹੀਂ ਆਉਂਦਾ ਤਾਂ ਆਪਾਂ ਨੂੰ ਐਂ ਜੇ ਲੱਗਦਾ ਵੀ ਜੀ ਦੇ ਨਾਲ ਗਰੁੱਪ ਜਿਹਾ ਹੁੰਦਾ ਹੈ ਹਨਾ ਅਸਲ ਦੇ ਵਿੱਚ ਇਹੀ ਹੁੰਦਾ ਆਪਾਂ ਦੇਖ ਲੈਨੇ ਕਰਕੇ ਦਿਖਾ ਦਣਾ ਮੈਂ ਪ੍ਰੈਕਟੀਕਲੀ ਤੁਹਾਨੂੰ ਸੋ ਇਹ ਆਪਣੇ ਕੋਲੇ ਤਿੰਨ ਆਬਜੈਕਟ ਨੇ ਜਿਹਦੇ ਵਿੱਚ ਆਪਾਂ ਲਿਖਿਆ ਬਾਈਨਰੀ ਇਨਸਟ੍ਰਕਟਰ ਕੰਪਿਊਟਰ ਜੇ ਆਪਾਂ ਇਹਨੂੰ ਐਂ ਕਰ ਦਈਏ ਇਕੱਲਾ ਇਕੱਲਾ ਆਬਜੈਕਟ ਹੈ ਆ ਵੀ ਇੱਕ ਆਬਜੈਕਟ ਹੈ ਬਾਈਨਰੀ ਵਾਲਾ ਬਾਕਸ ਹੈ ਹੈ ਅਲੱਗ ਆਬਜੈਕਟ ਹੈ ਆ ਵੀ ਅਲੱਗ ਆਬਜੈਕਟ ਹੈ ਹਨਾ ਹੁਣ ਜੇ ਆਪਾਂ ਇਹਨਾਂ ਨੂੰ ਸਿਲੈਕਟ ਕਰ ਲ ਗਏ ਪਹਿਲਾਂ ਕੰਟਰੋਲ A ਦੇ ਨਾਲ ਸਾਰੇ ਸਿਲੈਕਟ ਹੋ ਗਏ ਜੇ ਮੈਂ ਕੰਟਰੋਲ G ਕਰਦਾ ਆ ਦੇਖੋ ਗਰੁੱਪ ਬਣ ਗਿਆ ਇੱਕ ਹੁਣ ਮੈਨੂੰ ਚੱਕ ਕੇ ਲੈ ਜਾਵਾਂ ਸਾਰੇ ਜਾਂਦੇ ਨੇ ਅੱਗੇ ਅੱਗੇ ਪਿੱਛੇ ਠੀਕ ਹੈ ਇਹਦਾ ਬੈਨੀਫਿਟ ਕੀ ਹੁੰਦਾ ਹੈ ਕਿ ਦੇਖੋ ਮੈਂ ਫੌਂਟ ਚੇਂਜ ਕਰਨਾ ਹੈ ਲਿਸਟ ਨੂੰ ਐਮਪਟੀ ਕੀਤਾ ਸਾਰਿਆਂ ਦਾ ਕਲਿਸਟੂ ਐਮਪਟੀ ਹੋ ਗਿਆ ਜੇ ਆਪਾਂ ਸਾਈਜ਼ ਵਧਾਵਾਂਗੇ ਕੰਟਰੋਲ ਸ਼ਿਫਟ ਗ੍ਰੇਟਰ ਥੈਨ ਦੇ ਨਾਲ ਤਾਂ ਸਾਈਜ਼ ਵਧ ਹੀ ਜਾਂਦਾ ਬੋਲਡ ਕਰ ਦਾਂਗੇ ਕੰਟਰੋਲ ਬੀ ਹੋ ਗਿਆ ਬੋਲਡ ਦੇ ਨਾਲ ਹਨਾ ਤੇ ਇਹ ਗਰੂਪਿੰਗ ਹੈ ਤੇ ਇਸ ਤਰੀਕੇ ਨਾਲ ਆਪਾਂ ਗਰੁੱਪ ਕਰ ਸਕਦੇ ਹਾਂ ਜੇ ਆਪਾਂ ਅਨ ਗਰੁੱਪ ਕਰਨਾ ਹੋਵੇ ਤਾਂ ਕੰਟਰੋਲ ਸ਼ਿਫਟ ਜੀ ਕੰਟਰੋਲ ਸ਼ਿਫਟ ਤੇ ਜੀ ਦੇ ਨਾਲ ਅਨ ਅਨ ਗਰੁੱਪ ਤੇ ਕੰਟਰੋਲ ਜੀ ਦੇ ਨਾਲ ਗਰੁੱਪ ਬਣ ਜਾਂਦਾ ਠੀਕ ਹੈ ਇਹੀ ਕੁਐਸਚਨ ਪੁੱਛਿਆ ਆਪਾਂ ਨੂੰ ਨੇ ਸੌਖਾ ਜਿਹਾ ਕੰਮ ਹੈ ਹਨਾ ਤਾਂ ਗਰੁੱਪ ਦੇ ਲਈ ਕੰਟਰੋਲ ਜੀ ਤੇ ਅਨ ਗਰੁੱਪ ਦੇ ਲਈ ਕੰਟਰੋਲ ਸ਼ਿਫਟ ਜੀ ਕਲੀਅਰ ਹੋ ਗਈ ਗੱਲ ਫਿਰ ਆਨਸਰ ਏ ਹੈ ਦਾ ਯਾਦ ਰੱਖਣੀ ਹੈ ਗੱਲ ਅਗਲਾ ਕੁਐਸਚਨ ਆ ਗਿਆ ਡੈਸ਼ ਇਜ਼ ਅ ਲਾਈਨ ਪ੍ਰਿੰਟਰ ਕਹਿੰਦਾ ਇਹਦੇ ਵਿੱਚੋਂ ਕਿਹੜਾ ਲਾਈਨ ਪ੍ਰਿੰਟਰ ਹੈ ਪਹਿਲਾਂ ਤਾਂ ਹੁਣ ਆਪਾਂ ਨੂੰ ਇਹੀ ਨਹੀਂ ਪਤਾ ਵੀ ਲਾਈਨ ਪ੍ਰਿੰਟਰ ਕੀ ਹੁੰਦਾ ਹੈ ਪ੍ਰਿੰਟਰ ਦੋ ਤਿੰਨ ਤਰ੍ਹਾਂ ਦੇ ਹੁੰਦੇ ਨੇ ਆ ਪੜ੍ਹ ਲੈਨੇ ਆਪਾਂ ਕੋਈ ਨਹੀਂ ਤਿੰਨ ਕੈਟਾਗਰੀ ਦੇ ਵਿੱਚ ਆਪਾਂ ਬ੍ਰਾਡਲੀ ਡਿਵਾਈਡ ਕਰ ਸਕਦੇ ਆ ਪਹਿਲਾਂ ਜਿਵੇਂ ক্যারেক্টার প্রিন্টার ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਲਾਈਨ ਪ੍ਰਿੰਟਰ ਤੀਜੇ ਨੰਬਰ ਤੇ ਪੇਜ ਪ੍ਰਿੰਟਰ ਠੀਕ ਹੈ ਤੇ ਇਹ ਪ੍ਰਿੰਟ ਕਰਦਾ ਲਾਈਨ ਬਾਈ ਲਾਈਨ ਤੇ ਇਹਦੇ ਵਿੱਚ ਡਾਟ ম্যাਟ੍ਰਿਕਸ ਪ੍ਰਿੰਟਰ ਡੇਜੀ 휠 ਪ੍ਰਿੰਟਰ ਥਰਮਲ ਪ੍ਰਿੰਟਰ ਤੇ ਇਨਕ ਜੈਟ ਇਹ ਕਾਦੇ ਚਾਹਦੇ ਨੇ ਕੈਰੈਕਟਰ ਪ੍ਰਿੰਟਰ ਦੇ ਵਿੱਚ ਤੇ ਸਪੀਡ ਕਾਦੇ ਚ ਮੈਜ਼ਰ ਕਰਦੇ ਆ ਕੈਰੈਕਟਰ ਪ੍ਰਿੰਟਰ ਦੀ ਸੀਪੀਐਮ ਕੈਰੈਕਟਰ ਪਰ ਮਿੰਟ ਇਹ ਬਹੁਤ ਇੰਪੋਰਟੈਂਟ ਹੈ ਪੁੱਛੀ ਜਾ ਸਕਦੀ ਹੈ ਗੱਲ ਸਪੀਡ ਆਫ ਕੈਰੈਕਟਰ ਪ੍ਰਿੰਟਰ ਇਜ਼ ਮੈਜ਼ਰਡ ਇਨ ਕਾਰੈਕਟਰ ਪਰ ਮਿੰਟਸ ਯਾਦ ਰੱਖਣੀ ਗੱਲ ਫਿਰ ਆ ਗਿਆ ਲਾਈਨ ਪ੍ਰਿੰਟਰ ਇਹ ਲਾਈਨ ਬਾਈ ਲਾਈਨ ਪ੍ਰਿੰਟ ਕਰਦਾ ਤੇ ਇਹਦੇ ਵਿੱਚ ਕਿਹੜੇ ਕਿਹੜੇ ਹੁੰਦੇ ਨੇ ਡਰਮ ਪ੍ਰਿੰਟਰ ਤੇ ਚੇਨ ਪ੍ਰਿੰਟਰ ਇਹਦੀ ਸਪੀਡ ਹੁੰਦੀ ਹੈ ਲਾਈਨ ਪਰ ਮਿੰਟਸ ਕਲੀਅਰ ਹੋਈ ਗੱਲ ਉਵੇਂ ਪੇਜ ਪ੍ਰਿੰਟਰ ਪੇਜ ਪ੍ਰਿੰਟਰ ਕਿਹੜਾ ਲੇਜ਼ਰ ਤੇ ਮੈਗਨੇਟਿਕ ਪ੍ਰਿੰਟਰ ਇਹਦੀ ਸਪੀਡ ਹੁੰਦੀ ਹੈ ਪੀਪੀਐਮ ਜਨਰਲੀ ਅੱਜਕੱਲ ਆਹ ਪ੍ਰਿੰਟਰ ਜ਼ਿਆਦਾ ਯੂਜ਼ ਹੁੰਦੇ ਨੇ ਪੇਜ ਪ੍ਰਿੰਟਰ ਤਾਂ ਸਪੀਡ ਦੇ ਕੁਐਸਚਨ ਪੁੱਛ ਲਿਆ ਤਾਂ ਆਪਸ਼ਨ ਦੇ ਵਿੱਚ ਪੀਪੀਐਮ ਹੀ ਹੋਊਗਾ ਠੀਕ ਹੈ ਪੇਜ ਪਰ ਮਿੰਟ ਇੱਕ ਕਈ ਵਾਰੀ ਰੈਜ਼ੋਲੂਸ਼ਨ ਪੁੱਛ ਲੇ ਰੈਜ਼ੋਲੂਸ਼ਨ ਆਫ ਪ੍ਰਿੰਟਰ ਠੀਕ ਹੈ ਰੈਜ਼ੋਲੂਸ਼ਨ ਆਫ ਪ੍ਰਿੰਟਰ ਕਾਦੇ ਵਿੱਚ ਮੈਜ਼ਰ ਕਰਦੇ ਆ ਡੀ ਪੀ ਆਈ ਡਾਟਸ ਪਰ ਇੰਚ ਠੀਕ ਹੈ ਇਹ ਹੁਣ ਹੀ ਪੇਪਰ ਹੋਇਆ ਅੰਗੜ ਅੰਗੜਵਾੜੀ ਸੁਪਰਵਾਈਜ਼ਰ ਦਾ ਉਹਦੇ ਵਿੱਚ ਇਹ ਕੁਐਸਚਨ ਪਾਇਆ ਸੀਗਾ ਕਿ ਰੈਜ਼ੋਲੂਸ਼ਨ ਆਫ ਕੰਪਿਊਟਰ resolution of computer ਕਹਦੇ ਸੀ ਉਹ ਸੀ ਕਿ ਪਿਕਸਲ ਪਿਕਸਲ ਦੀ ਫੋਨ ਦੇ ਵਿੱਚ ਜਾਂ ਪੀਪੀਆਈ ਪਿਕਸਲ ਪਰ ਇੰਚ ਤੇ resolution of printer ਡਾਟਸ ਪਰ ਇੰਚ ਠੀਕ ਹੈ ਇਹ ਉਹ ਮੈਂ ਵੀਡੀਓ ਅਪਲੋਡ ਕੀਤੀ ਹੋਈ ਹੈ ਅੰਗੜਬਾੜੀ ਸੁਪਰਵਾਈਜ਼ਰ ਵਾਲੀ ਉਹ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਮੈਂ ਡੀਪ ਅਨਲਿਸਿਸ ਕਰਾਇਆ ਹੋਇਆ ਹੈ ਉਹਦੇ ਵਿੱਚ ਕੁਐਸਚਨ ਤਾਂ ਦੱਸ ਹੀ ਆਏ ਸੀ ਪਰ ਆਪਾਂ ਇਸ ਤਰ੍ਹਾਂ ਕਰਾਇਆ ਹੋਇਆ ਵੀ ਉਹਦੇ ਨਾਲ ਲੱਗਦਾ ਮਿਲਦਾ ਕਈ ਵਾਰੀ ਕੁਐਸਚਨ ਆ ਜਾਂਦਾ ਉੱਥੋਂ ਵੀ ਤੁਹਾਨੂੰ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲੂਗਾ ਤਾਂ ਉਹ ਤੁਸੀਂ ਵੀਡੀਓ ਜ਼ਰੂਰ ਦੇਖਿਓ ਜਾ ਕੇ ਠੀਕ ਹੈ ਮੈਂ ਉਹ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦੂੰਗਾ ਉਹਦਾ ਕਲੀਅਰ ਹੋਈ ਗੱਲ ਸੋ ਫਿਰ ਲਾਈਨ ਪ੍ਰਿੰਟਰ ਪ੍ਰਿੰਟਰ ਦੀ ਗੱਲ ਪੁੱਛ ਰਿਆ ਸੀ ਹੈਨਾ ਲਾਈਨ ਪ੍ਰਿੰਟਰ ਪੁੱਛ ਰਿਆ ਹੈ ਨਾ ਲਾਈਨ ਪ੍ਰਿੰਟਰ ਦੇ ਵਿੱਚ ਡਰਮ ਤੇ ਚੇਨ ਤਾਂ ਡਰਮ ਹੈਗਾ ਇਹਦੇ ਚੋਂ ਤਾਂ ਫਿਰ ਆਨਸਰ ਡੀ ਲਾ ਦਾਂਗੇ ਇਹ ਤੋਂ ਬਿਨਾ ਹੋਰ ਵੀ ਕੁਸ਼ਚਨ ਪੁੱਛਿਆ ਜਾ ਸਕਦਾ ਵੀ ਇੰਪੈਕਟ ਪ੍ਰਿੰਟਰ ਕੀ ਹੁੰਦਾ ਤੇ ਨੋਨ ਇੰਪੈਕਟ ਪ੍ਰਿੰਟਰ ਕੀ ਹੁੰਦਾ ਇੰਪੈਕਟ ਪ੍ਰਿੰਟਰ ਇਨਵੋਲਡ ਮੈਕੈਨੀਕਲ ਕੰਪੋਨੈਂਟ ਫਾਰ ਕੰਡਕਟਿੰਗ ਪ੍ਰਿੰਟਿੰਗ ਠੀਕ ਹੈ ਇਹਦਾ ਸਕਰੀਨਸ਼ਾਟ ਲੈਣਾ ਤਾਂ ਲੈ ਸਕਦੇ ਹੋ ਆ ਮੈਂ ਹਟਾ ਦਿੰਨਾ ਇੱਕ ਵਾਰੀ ਰੱਬ ਕਰ ਦੇਣਾ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਸੋ ਆਪਾਂ ਇਹ ਦੇਖ ਰਹੇ ਸੀ ਕਿ ਇੰਪੈਕਟ ਪ੍ਰਿੰਟਰ ਹੁੰਦਾ ਇੱਕ ਇੰਪੈਕਟ ਪ੍ਰਿੰਟਰ ਉਹ ਹੁੰਦਾ ਜਿਹਦੇ ਵਿੱਚ ਕੋਈ ਮਕੈਨੀਕਲ ਕੰਪੋਨੈਂਟ ਇਨਵੋਲਡ ਹੋਵੇ ਮਕੈਨੀਕਲ ਜਿਵੇਂ ਡਰਮ ਜਾਨੀ ਘੁੰਮਦਾ ਹੁੰਦਾ ਤੇ ਨੋਨ ਇੰਪੈਕਟ ਹੁੰਦਾ ਜਿਹਦੇ ਵਿੱਚ ਕੋਈ ਮਕੈਨੀਕਲ ਕੰਪੋਨੈਂਟ ਨਾ ਹੋਵੇ ਉਹਨੂੰ ਆਪਾਂ ਨੋਨ ਇੰਪੈਕਟ ਬੋਲਦੇ ਨੇ ਪ੍ਰਿੰਟਰ ਦੋ ਤਰ੍ਹਾਂ ਦੇ ਹੁੰਦੇ ਨੇ ਪਿਛਲੇ ਲਾਈਨ ਕਰੈਕਟਰ ਤੇ ਪੇਜ ਦੇ ਬੇਸ ਤੇ ਤਿੰਨ ਤਰ੍ਹਾਂ ਦੇ ਸੀ ਇਹਦੇ ਬੇਸ ਤੇ ਦੋ ਤਰ੍ਹਾਂ ਦੇ ਆ ਇੰਪੈਕਟ ਪ੍ਰਿੰਟਰ ਨੋਨ ਇੰਪੈਕਟ ਪ੍ਰਿੰਟਰ ਇੰਪੈਕਟ ਦੇ ਵਿੱਚ ਡੇਜੀ ਵੀਲ ਡਾਟ ਮੈਟ੍ਰਿਕਸ ਲਾਈਨ ਪ੍ਰਿੰਟਰ ਤੇ ਨੋਨ ਇੰਪੈਕਟ ਦੇ ਵਿੱਚ ਇਨਕ ਜੈਟ ਲੇਜ਼ਰ ਤੇ ਥਰਮਲ ਕਲੀਅਰ ਹੋਈ ਗੱਲ ਸੋ ਇਹਦੇ ਤੇ ਵੀ ਪੁੱਛਿਆ ਜਾ ਸਕਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਅਗਲਾ ਕੁਐਸਚਨ ਆ ਗਿਆ ਸੀ ਡੀ ਰੋਮ ਵੋਮ NDBDR एग्जांपल्स ऑफ सीडी रोम ਪਹਿਲਾਂ ਤਾਂ ਸਮਝਣਾ ਆਪਾਂ ਸੀਡੀ ਹੁੰਦਾ ਕੰਪੈਕਟ ਡਿਸਕ ਕੰਪੈਕਟ ਡਿਸਕ ਤੇ ਰੋਮ ਆਪਾਂ ਨੂੰ ਪਤਾ ਹੈ ਰੀਡ ਓਨਲੀ ਮੈਮਰੀ ਇਹ ਇਹ ਰੋਮ ਨਹੀਂ ਹੈ ਵੈਸੇ ਤਾਂ ਪ੍ਰਾਇਮਰੀ ਮੈਮਰੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਰੈਮ ਤੇ ਰੋਮ ਰੈਮ ਜਿਹੜੀ ਇਹ ਟੈਂਪਰੇਰੀ ਮੈਮਰੀ ਹੈ ਤੇ ਬੋਲਾਟਾਈਲ ਹੈ ਰੋਮ ਹੈ ਜਿਹੜੀ ਨਾਨ ਬੋਲਾਟਾਈਲ ਹੈ ਰੀਡ ਓਨਲੀ ਮੈਮਰੀ ਹੈ ਸਿਮਿਲਰਲੀ ਸੀਡੀ ਰੋਮ ਹੈ ਜਿਹੜੀ ਸੀਡੀ ਸੀਡੀ ਦੀਆਂ ਵੀ ਦੋ ਤਿੰਨ ਟਾਈਪ ਹੁੰਦੀਆਂ ਨੇ ਸੀਡੀ ਹੁੰਦੀ ਹੈ ਇੱਕ ਸੀਡੀ ਰੋਮ ਇੱਕ ਸੀਡੀ ਆਰ ਤੇ ਇੱਕ ਸੀਡੀ ਆਰ ਡਬਲਿਊ ਸੀਡੀ ਰੋਮ ਹੈ ਜਿਹੜੀ ਇਹ ਲਿਖੀ ਲਿਖਾਈ ਰਾਈਟ ਕੀਤੀ ਹੋਈ ਮਿਲਦੀ ਹੈ ਸਾਨੂੰ ਨੇ ਉਹ ਅਸੀਂ ਕੁਝ ਵੀ ਚੇਂਜ ਨਹੀਂ ਕਰ ਸਕਦੇ ਰੀਡ ਓਨਲੀ ਹੈ ਠੀਕ ਹੈ ਤਾਂ ਤਾਂ ਇਹਨੂੰ ਸੀਡੀ ਰੋਮ ਕਹਿੰਦੇ ਆ ਇੱਕ ਹੁੰਦੀ ਹੈ ਸੀਡੀ ਆਰ ਸੀਡੀ ਆਰ ਨੂੰ ਆਪਾਂ ਵਾਰਮ ਵੀ ਕਹਿੰਦੇ ਆ ਦੇਖੋ ਵਾਰਮ ਲਿਖਿਆ ਹੋਇਆ ਹੈ ਨਾ ਵਾਰਮ ਹੁੰਦਾ ਹੈ ਰਾਈਟ ਵਾਂਸ ਰੀਡ ਮੈਨੀ ਰਾਈਟ ਵਾਂਸ ਰੀਡ ਮੈਨੀ ਤੇ ਡੀਵੀਡੀ ਹੁੰਦੀ ਹੈ ਡਿਜੀਟਲ ਵੀਡੀਓ ਜਰ ਵਰਸਟਾਈਲ ਡਿਸਕ ਡਿਜੀਟਲ ਵੀਡੀਓ ਡਿਸਕ ਵੀ ਹੁੰਦਾ ਹੈ ਡਿਜੀਟਲ ਵਰਸਟਾਈਲ ਵਰਸਟਾਈਲ ਦਾ ਮਤਲਬ ਹਰ ਫਰਮੌਲਾ ਜਿਹੜਾ ਸਾਰੇ ਕੰਮ ਕਰ ਲੇ ਬੰਦਾ ਉਹਨੂੰ ਆਪਾਂ ਕੀ ਕਹਿੰਦੇ ਆ ਵੀ ਇਹ ਤਾਂ ਵਰਸਟਾਈਲ ਹੈ ਠੀਕ ਹੈ ਸੋ ਸੀਡੀ ਰੋਮ ਤੇ CDR ਨੂੰ ਹੀ ਵਾਰਮ ਕਹਿੰਦੇ ਆਪਾਂ ਇੱਕ ਕੁਐਸਚਨ ਚ ਉਹਨੇ ਪੁੱਛਿਆ ਇੱਕ ਪੇਪਰ ਦੇ ਵਿੱਚ ਵੀ ਵਾਰਮ ਦੀ ਐਬ੍ਰੇਵੀਏਸ਼ਨ ਕੀ ਹੈ ਰਾਈਟ ਵান্স ਰੀਡ ਮੈਨੀ ਠੀਕ ਹੈ ਕਹਿੰਦਾ ਇਹ ਕਾਹਦੀਆਂ ਐਗਜ਼ਾਮਪਲਸ ਨੇ ਕੀ ਇਹ ਮੇਨ ਮੈਮਰੀ ਹੈ ਨਹੀਂ ਹੈ ਆਪਟੀਕਲ ਡਿਸਕ ਹੋ ਸਕਦੀ ਹੈ ਮੈਗਨੇਟਿਕ ਡਿਸਕ ਵੀ ਨਹੀਂ ਹੈ ਕੈਸ਼ੇ ਮੈਮਰੀ ਵੀ ਨਹੀਂ ਹੈ ਫਿਰ ਇਹਦਾ ਆਨਸਰ B ਹੈ ਇਹ ਆਪਟੀਕਲ ਹੈ ਠੀਕ ਹੈ ਇਹਨੂੰ ਆਪਾਂ ਦੇਖ ਵੀ ਲੈਨੇ ਆ ਮੈਮਰੀ ਹਾਇਰਾਰਕੀ ਮੈਂ ਪਹਿਲੇ ਪਾਰਟ ਦੇ ਵਿੱਚ ਚੰਗੀ ਤਰ੍ਹਾਂ ਡਿਸਕਸ ਕਰਾਇਆ ਹੋਇਆ ਤੁਸੀਂ ਜੇ ਨਹੀਂ ਦੇਖਿਆ ਇੱਥੇ ਮੈਂ ਜ਼ਿਆਦਾ ਡਿਟੇਲ ਚ ਨਹੀਂ ਕਰਾਉਂਗਾ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਰੈਜਿਸਟਰ ਕੈਸ਼ੇ ਰੈਮ ਇਲੈਕਟ੍ਰੋਨਿਕ ਔਰ ਫਲੈਸ਼ ਮੈਮਰੀ ਮੈਗਨੇਟਿਕ ਡਿਸਕ ਆਪਟੀਕਲ ਆਪਟੀਕਲ ਦੇ ਵਿੱਚ ਦੇਖੋ ਸੀਡੀ ਡੀਵੀਡੀ ਤੇ ਬਲੂ ਰੇ ਉਹ ਸੀਡੀ ਦੀਆਂ ਹੀ ਟਾਈਪ ਨੇ ਸੀਡੀ ਰੋਮ ਇਹ ਸਿੱਧ ਗਈਆਂ ਸੀਡੀ ਆਰ ਤੇ ਸੀਡੀ ਆਰ ਡਬਲ ਇਹ ਸ਼ਾਇਦ ਮੈਂ ਦੱਸਣਾ ਭੁੱਲ ਗਿਆ ਸੀਡੀ ਆਰ ਹੁੰਦੀ ਹੈ ਖਾਲੀ ਆਪਾਂ ਨੂੰ ਸੀਡੀ ਮਿਲਦੀ ਹੈ ਇੱਕ ਵਾਰੀ ਆਪਾਂ ਰਾਈਟ ਕਰ ਸਕਦੇ ਹਾਂ ਤੇ ਸੀਡੀ ਆਰ ਡਬਲ ਹੈ ਰੀਰਾਈਟ ਕਰ ਸਕਦੇ ਹਾਂ ਬਾਰੀ-ਬਾਰੀ ਠੀਕ ਹੈ ਤੋ ਫਿਰ ਇਹਦਾ ਆਨਸਰ ਹੈ ਸੀਗਾ ਬੀ ਅਗਲਾ ਕੁਐਸਚਨ ਹੈ ਇਨ ਐਮ ਐਸ ਐਕਸਲ 2019 ਵਿੱਚ ਉਹਦੀ ਫੋਲੋਇੰਗ ਫੰਕਸ਼ਨ ਐਡਸ ਦੀ ਸਮ ਸਪੈਸੀਫਾਈਡ ਬਾਈ 기ਵਨ ਕੰਡੀਸ਼ਨ ਕਿਸੇ ਕੰਡੀਸ਼ਨ ਦੇ ਨਾਲ ਆਪਾਂ ਸਮ ਕਿਵੇਂ ਐਡ ਕਰ ਸਕਦੇ ਹਾਂ ਕਿ ਸਮ ਆਈ ਸੀ ਸਮ ਸੀ ਆਰ ਸਮ ਸੀਓ ਸਮ ਇਫ ਸਮ ਇਫ ਆਨਸਰ ਹੈ ਤਾਂ ਜਦੋਂ ਮੰਨ ਲਓ ਇੱਕ ਏ ਕਾਲਮ ਦੇ ਵਿੱਚ ਵੈਲਿਊਜ਼ ਪਈਆਂ ਨੇ ਕਸਟਮਰ ਨੰਬਰ ਪਿਆ ਦੂਜੀ ਦੇ ਵਿੱਚ ਪਲੱਸ ਅਮਾਉਂਟ ਹੈ ਡੋਲਰ ਦੇ ਵਿੱਚ 100 ਡਾਲਰ 300 ਡਾਲਰ 100 ਡਾਲਰ 200 ਡਾਲਰ 500 ਡਾਲਰ ਇੱਥੇ ਆਪਾਂ ਸਮ ਕਰਨਾ ਚਾਹੁੰਦੇ ਆ ਫੰਕਸ਼ਨ ਲਾਤਾ ਸੀ ਇਕਵਲ ਟੂ ਇਹ ਯਾਦ ਰੱਖਣਾ ਐਕਸਲ ਦਾ ਫੰਕਸ਼ਨ ਕਾਦੇ ਨਾਲ ਸਟਾਰਟ ਹੁੰਦਾ ਇਕਵਲ ਟੂ ਦੇ ਨਾਲੇ ਕੁਐਸਚਨ ਪੁੱਛਿਆ ਹੋਇਆ ਤੇ ਐਕਸਲ ਦਾ ਜਿਹੜੀ ਰੇਂਜ ਹੈ ਰੇਂਜ ਹੈ ਜੇਕਰ ਤੁਸੀਂ ਐਕਸਲ ਵਰਡ ਪਾਵਰਪੁਆਇੰਟ ਦੀਆਂ ਵੀਡੀਓ ਦੇਖੀਆਂ ਨੇ ਨਾ ਸਾਰੀਆਂ ਜਾ ਕੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕੁਐਸਚਨ ਪੁੱਛਿਆ ਗਿਆ ਤਾਂ ਇਹਦੇ ਵਿੱਚ ਰੇਂਜ ਕਾਦੇ ਨਾਲ ਸਪੈਸੀਫਾਈ ਕਰਦੇ ਆ ਕਾਲਨ ਦੇ ਨਾਲ ਤਾਂ ਸਮ ਇਫ B2 ਤੋਂ ਲੈ ਕੇ B2 ਕਿਹੜਾ ਹੈ ਆ ਸੀ B2 B2 ਤੋਂ ਲੈ ਕੇ B6 ਤੱਕ ਰੇਂਜ ਡਿਫਾਈਨ ਕੀਤੀ ہوئی ਹੈ ਸਮ ਕਰ ਦੇਣਾ ਸਮ ਇਫ ਇਫ ਕੰਡੀਸ਼ਨ ਦੇ ਵਿੱਚ ਕਹਿੰਦਾ ਜੇਕਰ ਇਹ ਵੈਲਿਊ ਗ੍ਰੇਟਰ ਥੈਨ 100 ਹੈ ਤਾਂ ਗ੍ਰੇਟਰ ਗ੍ਰੇਟਰ ਥੈਨ 100 ਕਰੀ ਇਹ ਵਾਲੀ 300 200 500 ਤੇ 500 ਤਾਂ ਇਸ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਹਾਂ ਠੀਕ ਹੈ ਡੀ ਆਨਸਰ ਹੈ ਅਗਲਾ ਕੁਐਸਚਨ ਹੈਗਾ ਵਿੱਚੋਂ ਦੀ ਫੋਲੋਇੰਗ ਪੇਅਰਸ ਆਫ ਐਲਗੋਰਿਦਮ ਇਜ਼ ਅ ਐਲਗੋਰਿਦਮ ਟਾਈਪ ਇਜ਼ ਕਰੈਕਟ ਕਿਹੜੀ ਠੀਕ ਹੈ ਕਹਿੰਦਾ RSA ਕਿ ਸਿਮੈਟ੍ਰਿਕ ਐਲਗੋਰਿਦਮ ਹੈ DES ਐ ਇਸਿਮੈਟ੍ਰਿਕ ਹੈ ਦੇਖੋ ਆਪਾਂ ਪਹਿਲਾਂ ਵੀਡੀਓ ਚ ਪੜ ਚੁੱਕੇ ਆ ਵੀ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਕੀ ਹੁੰਦੀ ਹੈ ਉਹ ਵਾਲੀ ਇਨਕ੍ਰਿਪਸ਼ਨ ਜਿਹਦੇ ਵਿੱਚ ਸੇਮ ਕੀ ਯੂਜ਼ ਹੋਵੇ ਸੇਮ ਕੀ ਇਨਕ੍ਰਿਪਸ਼ਨ ਵਾਸਤੇ ਵੀ ਡੀਕ੍ਰਿਪਸ਼ਨ ਵਾਸਤੇ ਇਹਨੂੰ ਪ੍ਰਾਈਵੇਟ ਕੀ ਇਨਕ੍ਰਿਪਸ਼ਨ ਵੀ ਬੋਲਦੇ ਆ ਇਹਨੂੰ ਸੀਕ੍ਰੀਟ ਕੀ ਇਨਕ੍ਰਿਪਸ਼ਨ ਵੀ ਬੋਲਿਆ ਜਾਂਦਾ ਇਹਨੂੰ ਆਪਾਂ ਸਿਮੈਟ੍ਰਿਕ ਬੋਲਦੇ ਆ ਤੇ ਐ ਇਸਿਮੈਟ੍ਰਿਕ ਕੀ ਹੁੰ ਜਿਦੇ ਵਿੱਚ ਡਿਫਰੈਂਟ ਕੀ ਹੈ ਇਨਕ੍ਰਿਪਸ਼ਨ ਵਾਸਤੇ ਪਬਲਿਕ ਕੀ ਹੈ ਤੇ ਡੀਕ੍ਰਿਪਸ਼ਨ ਵਾਸਤੇ ਸੀਕ੍ਰੀਟ ਕੀ ਹੈ ਇਸ ਨੂੰ ਪਬਲਿਕ ਕੀ ਇਨਕ੍ਰਿਪਸ਼ਨ ਵੀ ਬੋਲਿਆ ਜਾਂਦਾ ਠੀਕ ਹੈ ਤਾਂ ਡਿਫਰੈਂਸ ਦੇਖ ਲੈਂਦੇ ਆ ਨੰਬਰ ਆਫ ਕੀ ਸਿਮਟ੍ਰਿਕ ਦੇ ਵਿੱਚ ਇੱਕੋ ਹੀ ਕੀ ਹੁੰਦੀ ਹੈ ਇਹ ਸਿਮਟ੍ਰਿਕ ਦੇ ਵਿੱਚ ਦੋ ਕੀ ਹੁੰਦੀਆਂ ਨੇ ਦੋ ਚਾਬੀਆਂ ਤੇ ਕਿਹੜੇ-ਕਿਹੜੇ ਐਲਗੋਰਿਥਮ ਨੇ ਸਿਮਟ੍ਰਿਕ ਦੇ ਨੇ ਜਿਵੇਂ RC4 ਹੈ AES AES ਹੁੰਦਾ ਐਡਵਾਂਸਡ ਇਨਕ੍ਰਿਪਸ਼ਨ ਸਟੈਂਡਰਡ ਤੇ ਡੀਈਐਸ ਹੁੰਦਾ ਹੈ ਡਾਟਾ ਇਨਕ੍ਰਿਪਸ਼ਨ ਸਟੈਂਡਰਡ ਠੀਕ ਹੈ ਇਹ ਹੈਗੇ ਨੇ ਸਿਮੈਟ੍ਰਿਕ ਦੇ ਐਈਐਸ ਤੇ ਡੀਐਸ ਟ੍ਰਿਪਲ ਡੈਸ਼ ਸਕੁਆਡ ਤੇ ਆਰਸੀ4 ਸਿਮਿਲਰਲੀ ਐਸਿਮੈਟ੍ਰਿਕ ਦੇ ਆਰਐਸਏ ਤੇ ਡੀਸੀ ਹੈਲਮੈਨ ਈਡਬਲ ਸੀ ਐਲਗੋਰਿਥਮ ਇਹ ਤਿੰਨ ਜਿਹੜੇ ਹੈਗੇ ਨੇ ਐਸਿਮੈਟ੍ਰਿਕ ਦੇ ਨੇ ਹੁਣ ਆਪਾਂ ਨੂੰ ਪੁੱਛ ਕੀ ਰਿਹਾ ਹੈ ਕਹਿੰਦਾ ਆਰਐਸਏ ਸਮੈਟ੍ਰਿਕ ਦਾ ਨਹੀਂ ਆਰਐਸਏ ਕਿਹਦਾ ਹੈ ਏ ਸਮੈਟ੍ਰਿਕ ਦਾ ਹੈ ਠੀਕ ਹੈ ਡੀਈਐਸ ਕਿਹਦਾ ਹੈ ਡੀਈਐਸ ਹੈਗਾ ਏ ਸਮੈਟ੍ਰਿਕ ਦਾ ਤਾਂ ਬਟ ਡੀਐਸ ਹੈਗਾ ਸਮੈਟ੍ਰਿਕ ਦਾ ਤਾਂ ਦੋਨੋਂ ਹੀ ਗਲਤ ਨੇ ਫਿਰ ਡੀ ਆਨਸਰ ਆ ਜੂਗਾ ਨਾਈਦਰ ਬੰਨ ਤੇ ਨੌਰ 2 ਕਲੀਅਰ ਅਗਲਾ ਕੁਐਸਚਨ ਹੈ ਸੋਸ਼ਲ ਮੀਡੀਆ ਪਲੈਟਫਾਰਮਸ ਹੈਵ ਪ੍ਰੋਵਾਈਡਡ ਸੈਵਰਲ ਮੈਜਰਸ ਆਫ ਇੰਗੇਜਮੈਂਟ ਵਿਚ ਆਫ ਦ ਫੋਲੋਇੰਗਸ ਆਰ ਦੋਜ਼ ਮੈਜਰ ਇਹ ਤਾਂ ਬਹੁਤ ਸੌਖਾ ਕੰਮ ਹੈ ਇਹ ਨਹੀਂ ਆਪਾਂ ਛੱਡਦੇ ਸੋਸ਼ਲ ਮੀਡੀਆ ਤੇ ਇੰਗੇਜਮੈਂਟ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਕਹਿੰਦਾ ਤੁਸੀਂ ਲਾਈਕ ਕਰ ਸਕਦੇ ਹੋ ਦੇਖੋ ਤੁਸੀਂ ਜਿਹੜੇ ਬੰਦੇ ਵੀਡੀਓ ਦੇਖ ਰਹੇ ਹੋ ਸਾਰੇ ਨੇ ਲਾਈਕ ਵੀ ਕਰਨਾ ਹੈ ਚਾਰੇ ਚੀਜ਼ਾਂ ਕਰ ਦਿਓ ਠੀਕ ਹੈ ਕਿਉਂਕਿ ਮੈਨੂੰ ਵੀ ਮੋਟੀਵੇਸ਼ਨ ਚਾਹੀਦਾ ਵੀ ਤੁਸੀਂ ਦੇਖ ਰਹੇ ਹੋ ਮੈਨੂੰ ਦੱਸ ਸਕਦੇ ਹੋ ਚਾਹੇ ਕੋਈ ਸੁਜੈਸ਼ਨ ਦੇ ਸਕਦੇ ਹੋ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਇਹ ਕੁਐਸਚਨ ਬਣਾਉਣ ਤੇ ਪਹਿਲਾਂ ਟਾਈਪ ਕੀਤੇ ਫਿਰ ਇਹਨਾਂ ਵਾਰੀ ਚੀਜ਼ਾਂ ਕੱਢੀਆਂ ਕੁਝ ਚੀਜ਼ਾਂ ਥੋੜੀਆਂ ਜਿਹਾ ਬਾਹਰੋਂ ਆਈਆਂ ਹੋਈਆਂ ਨੇ ਹਨਾ ਤਾਂ ਤੁਸੀਂ ਤਾਂ ਕੁਝ ਵੀ ਨਹੀਂ ਕਰਨਾ ਤੁਸੀਂ ਸਿਰਫ ਤੁਹਾਡੇ ਫਾਇਦੇ ਦੇ ਲਈ ਹੈ ਤੁਸੀਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਲਓ ਠੀਕ ਹੈ ਤਾਂ ਸ਼ੇਅਰ ਕਰ ਸਕਦੇ ਆਪਾਂ ਸ਼ੇਅਰ ਚਲਨਾ ਕਰਿਓ ਤੁਸੀਂ ਸ਼ੇਅਰ ਨੂੰ ਨਹੀਂ ਕਹਿੰਦਾ ਮੈਂ ਤੁਹ ਕਮੈਂਟ ਕਰਦੇ ਹੋ ਦੋ ਚੀਜ਼ਾਂ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸਬਸਕ੍ਰਾਈਬ ਇਹਦੇ ਵਿੱਚ ਹੈ ਨਹੀਂ ਉਹ ਮੇਰੇ ਵੱਲੋਂ ਕਰ ਲਿਓ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਸੋਸ਼ਲ ਮੀਡੀਆ ਤੇ ਆਪਾਂ ਨੂੰ ਪਤਾ ਹੈ ਸੀ ਅਨਸਰ ਹੈ ਵੀਰੇ ਦਾ ਅੱਗੇ ਹੈਗਾ ਰੀਸੀਵਰ ਇਨ ਦਾ ਕਮਿਊਨੀਕੇਸ਼ਨ ਸਿਸਟਮ ਇਜ਼ ਆਲਸੋ ਨੋਨ ਐਜ਼ ਕੀ ਰੀਸੀਵਰ ਨੂੰ ਰਾਈਜ਼ ਰਾਈਜ਼ ਸੌਰੀ ਰਾਈਜ਼ ਨਹੀਂ ਹੋਲ ਸੋਰਸ ਤੇ ਸਿੰਕ ਦੇਖੋ ਇਹ ਕਮਿਊਨੀਕੇਸ਼ਨ ਹੁੰਦਾ ਹੈ ਸੋਰਸ ਬੋਲਦੇ ਆਂ ਆਪਾਂ ਸੈਂਡਰ ਨੂੰ ਜਾਂ ਟ੍ਰਾਂਸਮਿਟਰ ਨੂੰ ਸੋਰਸ ਜਿੱਥੋਂ ਮੈਸੇਜ ਸ਼ੁਰੂ ਹੋਇਆ ਵਿਚ ਵਿਚਕਾਰ ਚੈਨਲ ਮੀਡੀਅਮ ਆ ਜਾਂਦਾ ਹੈ ਹਨਾ ਫਿਰ ਰੀਸੀਵਰ ਆ ਜਾਂਦਾ ਹੈ ਰੀਸੀਵਰ ਨੂੰ ਹੀ ਸਿੰਕ ਕਿਹਾ ਜਾਂਦਾ ਹੈ ਤੇ ਉਹਨੇ ਪੁੱਛਿਆ ਵੀ ਰੀਸੀਵਰ ਹੈ ਆਨਸਰ ਫਿਰ ਇਹਦਾ ਡੀ ਆ ਜੂਗਾ ਸਿੰਕ ਦੇਖੋ ਸੌਖਾ ਵੀ ਕੰਮ ਹੈ ਸਾਰੇ ਕੁਸ਼ਨ ਔਖੇ ਨਹੀਂ ਹੈਗੇ ਵਿੱਚ ਕੁਝ ਔਖੇ ਹੈਗੇ ਨੇ ਪਰ ਆਪਾਂ ਨੂੰ ਵੀ ਐਂ ਬਣਾਤਾ ਵੀ ਯਾਰ ਪੇਪਰ ਪਤਾ ਨਹੀਂ ਕਿੰਨਾ ਔਖਾ ਚੀਜ਼ਾਂ ਹੈਗੀਆਂ ਨੇ ਵਿੱਚ ਮੇਰਾ ਵੀ ਜ਼ੋਰ ਲੱਗਿਆ ਚੀਜ਼ਾਂ ਕੱਢਣ ਤੇ ਸੋ ਵਿੱਚੋਂ ਦੀ ਫੋਲੋਇੰਗ ਸਟੇਟਮੈਂਟਸ ਇਜ਼ ਕਰੈਕਟ ਵਿੱਚੋਂ ਦੀ ਫੋਲੋਇੰਗ ਸਟੇਟਮੈਂਟਸ ਇਜ਼ ਦੇ ਨਾਲ ਆਰ ਵੀ ਆਉਣਾ ਸੀ ਯੂ ਨੋ ਇਸ ਆ ਗਿਆ ਜਾ ਫਿਰ ਇਹ ਪੜਨਾ ਚਾਹੀਦਾ ਸੀ ਇਹ ਟਾਈਪਿੰਗ ਮਿਸਟੇਕ ਬਹੁਤ ਹੋਈ ਹੈ ਠੀਕ ਹੈ ਪਿਛਲੇ ਪੇਪਰਾਂ ਦੇ ਵਿੱਚ ਵੀ ਹੈ ਸੋ ਪਹਿਲਾ ਹੈ ਇਥਰਨੈਟ ਲਾਨ ਕੈਨ سپورਟ ਵਾਇਰਲੈਸ ਟੈਲੀਫੋਨੀ ਬਾਈ ਐਡਿੰਗ VOIP ਕੰਪੈਟੀਬਲ ਵਾਇਰਲੈਸ ਐਕਸੈਸ ਪੁਆਇੰਟ ਵਾਇਰਲੈਸ ਐਕਸੈਸ ਪੁਆਇੰਟ ਕੀ ਹੁੰਦਾ ਰਾਊਟਰ ਹੀ ਹੁੰਦਾ ਜਾਂ ਮੋਡਮ ਜਿਹੜਾ ਸਾਨੂੰ ਵਾਈਫਾਈ ਪ੍ਰੋਵਾਈਡ ਕਰਦਾ ਤੁਸੀਂ ਦੇਖਿਆ ਹੁਣ ਆਪਾਂ ਕਹਿੰਦੇ ਨੇ ਨਾ ਵੀ ਰਾਊਟਰ ਲੱਗਿਆ ਹੋਇਆ ਜਾਂ ਵੈਪ ਵੀ ਬੋਲਦੇ ਨੇ ਵਾਇਰਲੈਸ ਐਕਸੈਸ ਪੁਆਇੰਟ ਇਥਰਨੈਟ ਲਾਨ ਕੀ ਹੁੰਦਾ ਇਥਰਨੈਟ ਆਪਾਂ ਨੂੰ ਪਤਾ ਹੈ ਇਹ ਲਾਨ ਦੀ ਟਾਈਪ ਹੈ ਲੋਕਲ ਏਰੀਆ ਨੈਟਵਰਕ ਦੀ ਟਾਈਪ ਹੈ ਇਥਰਨੈਟ ਇੱਕ ਪ੍ਰੋਟੋਕੋਲ ਹੈ ਇਹ ਵਾਇਰਡ ਹੁੰਦਾ ਤੇ ਵਾਇਰਲੈਸ ਵੀ ਹੋ ਸਕਦਾ ਕਹਿੰਦਾ ਕੈਨ سپورਟ ਵਾਇਰਲੈਸ ਟੈਲੀਫੋਨੀ ਕਹਿੰਦਾ ਉਹਦੇ ਵਿੱਚ ਆਪਾਂ ਵਾਇਰਲੈਸ ਟੈਲੀਫੋਨੀ ਐਡ ਕਰ ਸਕਦੇ ਹਾਂ ਵਾਈ ਐਡਿੰਗ VOIP ਕੰਪੈਟੀਬਲ ਹਾਂ ਇਹ ਕਰ ਸਕਦੇ ਆ ਜਿੱਥੇ ਵੀ ਇੰਟਰਨੈਟ ਚੱਲਦਾ ਉੱਥੇ VOIP ਚੱਲ ਸਕਦਾ ਯਾਨੀ ਕਿ VOIP ਹੈ ਉਹ ਆਈਸ ਓਵਰ ਇੰਟਰਨੈਟ ਪ੍ਰੋਟੋਕੋਲ ਇਹ ਬਹੁਤ ਇੰਪੋਰਟੈਂਟ ਹੈ ਬਹੁਤ ਕੁਐਸਚਨ ਪੁੱਛੇ ਨੇ ਉਹਨੇ ਇਸ ਤੋਂ ਦੂਸਰਾ ਹੈ ਐਨੀ ਕੰਪਿਊਟਰ ਦੈਟ ਪਰਮਿਟਸ ਯੂ ਟੂ ਐਡ ਏ ਵਾਈਫਾਈ ਕਾਰਡ ਨਨ ਬੀਓਆਈਪ ਕਹਿੰਦਾ ਕੋਈ ਵੀ ਕੰਪਿਊਟਰ ਜਿਹੜਾ ਤੁਹਾਨੂੰ ਅਲਾਉ ਕਰਦਾ ਹੈ ਕਿ ਵਾਈਫਾਈ ਕਾਰਡ ਲਗਾ ਦੇ ਉੱਥੇ ਵੀ ਬੀਓਆਈਪ ਚੱਲੂਗਾ ਤਾਂ ਆਪਾਂ ਤੁਹਾਨੂੰ ਦੱਸਿਆ ਹੀ ਹੈ ਵੀ ਜਿੱਥੇ ਇੰਟਰਨੈਟ ਚੱਲ ਪਿਆ ਉੱਥੇ ਵੀ ਇਹ ਬੀਓਆਈਪ ਚੱਲੂਗਾ ਚੱਲੂਗਾ ਤਾਂ ਫਿਰ ਆਦਾ ਆਨਸਰ ਸੀ ਹੀ ਹੋਣਾ ਚਾਹੀਦਾ ਹੈ ਸੀ ਆਨਸਰ ਹੈ ਤਾਂ ਇਹ ਮੋਡਮ ਲੱਗ ਜਾਂਦਾ ਹੁੰਦਾ ਹੈ ਬੀਓਆਈਪ ਮੋਡਮ ਹੁੰਦਾ ਹੈ VOIP ਮੋਡਮ ਮੋਡਮ ਵੀ ਬੋਲਦੇ ਨੇ ਐਪ ਵੀ ਬੋਲਦੇ ਨੇ ਜਿਹੜਾ ਉੱਪਰ ਲਿਖਿਆ ਹੋਇਆ ਹੈ ਨਾ ਵੈਪ ਵੈਪ ਵੀ ਬੋਲ ਸਕਦੇ ਹਾਂ ਕਲੀਅਰ ਹੋ ਗਈ ਗੱਲ ਅਗਲਾ ਕੁਐਸਚਨ ਆ ਗਿਆ ਵਿੱਚੋਂ ਦੀ ਫੋਲੋਇੰਗ ਇਜ਼ ਅ ਕੈਰੈਕਟ੍ਰਿਸਟਿਕਸ ਫੀਚਰ ਆਫ ਸੈਕੰਡ ਜਨਰੇਸ਼ਨ ਕੰਪਿਊਟਰ ਦੇ ਵੀ ਬੜਾ ਸੌਖਾ ਦੇਖਣ ਨੂੰ ਬਹੁਤ ਵੱਡੀਆਂ ਆਪਸ਼ਨੀਆਂ ਲੱਗਦੀਆਂ ਕਹਿੰਦਾ ਸੈਕੰਡ ਜਨਰੇਸ਼ਨ ਕੰਪਿਊਟਰ ਦੀਆਂ ਕਿਹੜੀਆਂ ਕੈਰੈਕਟ੍ਰਿਸਟਿਕਸ ਨੇ ਦੇ ਵਰ ਮੋਰ ਰਿਲਾਈਏਬਲ ਐਂਡ ਲੈਸ ਪ੍ਰੋਨ ਟੂ ਹਾਰਡਵੇਅਰ ਫੇਲਿਅਰ ਦੈਨ ਦਾ ਫਰਸਟ ਜਨਰੇਸ਼ਨ ਇਹ ਬਿਲਕੁਲ ਠੀਕ ਹੈ ਦੂਜੀ ਜਨਰੇਸ਼ਨ ਦੇ ਵਿੱਚ ਇੰਪਰੂਵ ਕਿ ਲੈਸ ਦੇ ਵਰ ਮੋਰ ਰਲਾਈਅਰ ਲਾਇਬਲ ਹੁੰਦਾ ਹੈ ਪ੍ਰੋਸੇਜੋਗਤਾ ਲੈਸ ਪ੍ਰੋਨ ਟੂ ਹਾਰਡਵੇਅਰ ਫੇਲਿਅਰ ਮਤਲਬ ਦੁਰਘਟਨਾਵਾਂ ਜਾਂ ਹਾਰਡਵੇਅਰ ਫੇਲ ਹੋਣਾ ਉਹਦੇ ਚਾਂਸ ਘੱਟ ਸੀ ਇਹ ਗੱਲ ਠੀਕ ਹੈ ਇੱਕ ਇਹ ਚੀਜ਼ ਜ਼ਰੂਰ ਦੇਖਣੀ ਹੈ ਵੀ ਵਿੱਚ ਉਹਦਾ ਕੈਰੇਕਟਰਿਸਟਿਕਸ ਪੁੱਛਿਆ ਇਨਕਰੈਕਟ ਪੁੱਛਿਆ ਕਿ ਕਰੈਕਟ ਪੁੱਛਿਆ ਦਾ ਧਿਆਨ ਦੇਖਣਾ ਟ्रू ਫਾਲਸ ਦਾ ਠੀਕ ਹੈ ਦੂਸਰਾ ਆਪਸ਼ਨ ਹੈਗਾ ਇਨ ਥੀਸ ਕੰਪਿਊਟਰ ਹਾਊਜ਼ੈਂਡਸ ਆਫ ਇੰਡੀਵਿਜੁਅਲ ਟ੍ਰਾਂਜ਼ਿਸਟਰ ਹੈਵ ਟੂ ਅਸੈਂਬਲਡ ਮੈਨੂਲੀ ਬਾਈ ਹੈਂਡ ਟੂ ਇਲੈਕਟ੍ਰੋਨਿਕ ਸਰਕਟਸ ਮੇਕਿੰਗ ਕਮਰਸ਼ੀਅਲ ਪ੍ਰੋਡਕਸ਼ਨ ਆਫ ਥੀਸ ਕੰਪਿਊਟਰ ਡਿਫਿਕਲਟ ਐਂਡ ਕਾਸਟਲੀ ਤਾਂ ਇਹ ਗੱਲ ਬਿਲਕੁਲ ਠੀਕ ਸੀ ਪਹਿਲੀ ਜਨਰੇਸ਼ਨ ਦੇ ਵਿੱਚ ਵੈਕਿਊਮ ਟਿਊਬ ਯੂਜ਼ ਹੁੰਦੇ ਸੀ ਫਰਸਟ ਜਨਰੇਸ਼ਨ ਦੇ ਵਿੱਚ ਵੈਕਿਊਮ ਟਿਊਬ ਦੂਸਰੀ ਦੇ ਵਿੱਚ ਟ੍ਰਾਂਜ਼ਿਸਟਰ ਲੱਗੇ ਸੀ ਠੀਕ ਹੈ ਮੈਂ ਬਹੁਤ ਵਾਰੀ ਪਹਿਲਾਂ ਵੀ ਦੱਸ ਚੁੱਕਿਆ ਦੂਸਰੀ ਦੇ ਵਿੱਚ ਟ੍ਰਾਂਜ਼ਿਸਟਰ ਤੀਸਰੀ ਦੇ ਵਿੱਚ ਆਈਸੀ ਸਰਕਟ ਚੌਥੀ ਦੇ ਵਿੱਚ ਬੀ ਐਲ ਐਸ ਆਈ ਜਾਂ ਮਾਈਕਰੋ ਪ੍ਰੋਸੈਸਰ ਵੀ ਬੋਲਿਆ ਜਾਂਦਾ ਹੈ ਤੇ ਪੰਜਵੀਂ ਜਨਰੇਸ਼ਨ ਦੇ ਵਿੱਚ UL, SI ULSI ਹੁੰਦਾ ਹੈ, আল্ট্রা ਲਾਰਜ ਸਕੇਲ ਇੰਟੀਗ੍ਰੇਸ਼ਨ, VLSI ਹੁੰਦਾ ਹੈ, ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ IC ਹੁੰਦਾ ਹੈ, ਇੰਟੀਗ੍ਰੇਟਿਡ ਸਰਕਟ। ਤੇ ਦੂਸਰੀ ਜਨਰੇਸ਼ਨ ਦੇ ਵਿੱਚ 트랜지ਸਟਰ ਲੱਗੇ ਸੀ ਤੇ ਉਦੋਂ ਇੰਨੀ ਟੈਕਨੋਲੋਜੀ ਹੈ ਨਹੀਂ ਸੀ ਜਿਹੜੇ ਹੈਂਡ ਹੱਥਾਂ ਦਾ ਵਾਰਾ ਸਰਕਟ ਬਣਾਏ ਹੋਏ ਸੀ ਤਾਂ ਕਰਕੇ ਉਹਦੀ ਕੋਸਟ ਜ਼ਿਆਦਾ ਸੀ। ਇਹ ਗੱਲ ਵੀ ਬਿਲਕੁਲ ਠੀਕ ਹੈ। They were smaller than first generation computer and required smaller space। ਇਹ ਵੀ ਗੱਲ ਠੀਕ ਹੈ। ਜਿਵੇਂ ਜਿਵੇਂ ਜਨਰੇਸ਼ਨਾਂ ਆਈਆਂ ਗਿਆ ਸਾਈਜ਼ ਘਟੀ ਗਿਆ ਅੱਜ ਕੱਲ ਦੇਖਦੇ ਆਪਾਂ ਜਿਹੜੀਆਂ ਉਹ ਮੈਕਬੁੱਕ ਆਉਂਦੀਆਂ ਨੇ ਛੋਟੇ ਛੋਟੇ ਪਤਲੇ ਪਤਲੇ ਲੈਪਟਾਪ ਆ ਗਏ ਹਨਾ ਸੋ ਇਹ ਗੱਲ ਵੀ ਬਿਲਕੁਲ ਠੀਕ ਆ ਸੋ ਹੈਗੀਆਂ ਤਾਂ ਮਿੱਤਰੋ ਤਿੰਨੋਂ ਹੀ ਠੀਕ ਨੇ ਏ ਬੀ ਸੀ ਆਪਾਂ ਦੇਖ ਲੈਨੇ ਆ ਇਹ ਟਰਾਂਜਿਸਟਰ ਕੰਪਿਊਟਰ ਹੈ ਬਹੁਤ ਸਾਰੇ ਛੋਟੇ ਛੋਟੇ ਹੈਂਡ ਮੇਡ ਟਰਾਂਜਿਸਟਰ ਟਰਾਂਜਿਸਟਰ ਲੱਗੇ ਹੋਏ ਨੇ ਠੀਕ ਹੈ ਸਾਈਜ਼ ਦੀ ਗੱਲ ਕਰੀਏ ਪਹਿਲਾ ਬਿਲਡਿੰਗਸ ਦੇ ਵਿੱਚ ਸੀ ਪਹਿਲੀ ਜਨਰੇਸ਼ਨ ਦੇ ਵਿੱਚ ਦੂਜੀ ਜਨਰੇਸ਼ਨ ਦੇ ਵਿੱਚ ਥੋੜਾ ਜਿਹਾ ਹੋਰ ਛੋਟਾ ਤੀਜੀ ਵਿੱਚ ਹੋਰ ਛੋਟਾ ਚੌਥੀ ਵਿੱਚ ਹੋ ਠੀਕ ਹੈ ਇਹਦੇ ਵਿੱਚ ਲੈਪਟਾਪ ਨਹੀਂ ਦਿਖਾਇਆ ਹੋਇਆ ਲੈਪਟਾਪ ਹੋਰ ਵੀ ਛੋਟੇ ਹੋਗੇ ਸੀ ਪੀਸੀ ਦੇ ਵਿੱਚੋਂ ਤਾਂ ਫਿਰ ਸੀ ਆਨਸਰ ਹੈ ਠੀਕ ਹੈ ਅਗਲਾ ਕੁਸ਼ਚਨ ਹੈਗਾ ਵਿੱਚੋਂ ਦੀ ਫੋਲੋਇੰਗ ਇਜ਼ ਨੋਟ ਦੀ ਫਿਜ਼ੀਕਲ ਕੰਪੋਨੈਂਟ ਆਫ ਕੰਪਿਊਟਰ ਫਿਜ਼ੀਕਲ ਕੰਪੋਨੈਂਟ ਆਪਾਂ ਹਾਰਡਵੇਅਰ ਨੂੰ ਬੋਲਦੇ ਹਾਂ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ ਟੈਂਜੇਬਲ ਕੰਪੋਨੈਂਟ ਮਦਰ ਬੋਰਡ ਤੇ ਹੱਥ ਲਾ ਸਕਦੇ ਆਪਾਂ ਹਾਰਡ ਡਿਸਕ ਤੇ ਵੀ ਲਾ ਸਕਦੇ ਆ ਗ੍ਰਾਫਿਕ ਕਾਰਡ ਨੂੰ ਵੀ ਫੜ ਕੇ ਦੇਖ ਸਕਦੇ ਆ ਬਟ ኦਪਰੇਟਿੰਗ ਸਿਸਟਮ ਨੂੰ ਅਸੀਂ ਫੜ ਕੇ ਥੋੜਾ ਦੇਖ ਸਕਦੇ ਆ ኦਪਰੇਟਿੰਗ ਸਿਸਟਮ ਤਾਂ ਇੱਕ ਸੌਫਟਵੇਅਰ ਹੈ ਸੋ ਇਹ ਫਿਜ਼ੀਕਲ ਕੰਪੋਨੈਂਟ ਨਹੀਂ ਆ ਦੇਖੋ ਸੌਖੇ ਵੀ ਹੈ ਨਾ ਹਨਾ ਵਿੱਚ ਵਿੱਚ ਆ ਦੇਖੋ ਔਖਾ ਆ ਗਿਆ ਇੱਕ ਹੋਰ VOIP ਇਸ ਰੈਫਰ ਟੂ ਐਜ਼ ਐਂਡ ਬ੍ਰਾਡਲੀ ਇਨਕਲੂਡਸ ਵਿਚ ਆਫ ਦੀ ਫੋਲੋਇੰਗ ਕਹਿੰਦਾ VOIP ਕੀ ਕੀ ਉਹਨੂੰ ਰੈਫਰ ਕੀਤਾ ਜਾਂਦਾ ਕਿ ਬ੍ਰਾਡਲੀ ਇਨਕਲੂਡ ਕਰਦਾ ਹੈ ਵੌਇਸ ਓਵਰ ਡਿਜੀਟਲ ਸਬਸਕ੍ਰਾਈਬਰ ਲਾਈਨ ਇਹ ਵੀ ਗੱਲ ਠੀਕ ਆ ਆਪਾਂ ਕਨੈਕਸ਼ਨ ਪੜ ਚੁੱਕੇ ਹਾਂ ਨਾ ਵੀ ਜਿਹਦੇ ਵਿੱਚ ਡਾਇਲ ਅਪ ਹੁੰਦਾ ਇੱਕ ਤੇ ਇੱਕ ਡਿਜੀਟਲ ਸਬਸਕ੍ਰਾਈਬਰ ਲਾਈਨ ਹੁੰਦਾ ਇੱਕ ISDN ਹੁੰਦਾ ਹੈ ਨਾ ਇਹ ਸਾਰੇ ਆਪਾਂ ਤੀਜੀ ਵੀਡੀਓ ਦੇ ਵਿੱਚ ਦੇਖ ਚੁੱਕੇ ਆ ਸੋ ਜਿਹੜਾ VOIP ਹੈ ਉਹ DSL ਤੇ ਵੀ ਚੱਲਦਾ ਹੈ ਡਿਜੀਟਲ ਸਬਸਕ੍ਰਾਈਬਰ ਲਾਈਨ ਤੇ ਵੌਇਸ ਓਵਰ ਵਾਇਰਲੈਸ ਲੋਕਲ ਏਰੀਆ ਇਹ ਵੀ ਹੈਗਾ ਹੀ ਆਪਾਂ ਵੈਬ ਚ ਹੀ ਪੜਿਆ ਜਿੱਥੇ ਇੰਟਰਨੈਟ ਚੱਲਦਾ ਹੈ ਉੱਥੇ VOIP ਚੱਲਣਾ ਹੀ ਚੱਲਣਾ ਤਾਂ ਸੀ ਅਨਸਰ ਹੈ ਦਾ ਦੋਨੇ ਹੀ ਠੀਕ ਨੇ ਠੀਕ ਆ ਆਹੀ ਆਪਾਂ VOIP ਮੋਡਮ ਲਾ ਦਾਂਗੇ ਤਾਂ ਇਹਦੇ ਨਾਲ ਕੰਮ ਚੱਲ ਜਾਊਗਾ ਠੀਕ ਹੈ ਜੀ ਅਗਲਾ ਕੁਐਸ਼ਨ ਆ ਗਿਆ ਦੀ ਟਾਈਮ ਰਿਕੁਆਇਰਡ ਟੂ ਸਪਿੰ ਦੀ ਸਪੈਸੀਫਾਈਡ ਸੈਕਟਰ ਟੂ ਕਮ ਅੰਡਰ ਦੀ ਹੈਡ ਇਜ਼ ਕਾਲਡ ਬਹੁਤ ਵਧੀਆ ਕੁਐਸ਼ਨ ਐ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਪੜ੍ਹ ਲੈਨੇ ਆਂ ਕਹਿੰਦਾ ਟਾਈਮ ਰਿਕੁਆਇਰਡ ਟੂ ਸਪਿੰ ਦੀ ਸਪੈਸੀਫਾਈਡ ਸੈਕਟਰ ਟੂ ਕਮ ਅੰਡਰ ਦੀ ਹੈਡ ਇਜ਼ ਕਾਲਡ ਕੀ ਸੀਕ ਟਾਈਮ ਐ ਲੇਟੈਂਸੀ ਟਾਈਮ ਐ ਟ੍ਰਾਂਸਫਰ ਟਾਈਮ ਐ ਐਕਸੈਸ ਟਾਈਮ ਐ ਮੈਂ ਚਾਰੇ ਹੀ ਦੱਸ ਦੇਣਾ ਤੁਹਾਨੂੰ ਕੁਐਸ਼ਨ ਦੇ ਤੇ ਤੋ ਜਿਹੜਾ ਮਰਜ਼ੀ ਪੁੱਛ ਲੈ ਤੁਸੀਂ ਭਗਾ ਕੇ ਮਾਰੋਗੇ ਤਾਂ ਇਹ ਹਾਰਡ ਡਿਸਕ ਹੁੰਦੀ ਆ ਆਪਣੇ ਕੋਲੇ ਹਾਰਡ ਡਿਸਕ ਦੇ ਵਿੱਚ ਆਹ ਮੂਵਿੰਗ ਪਾਰਟ ਹੁੰਦਾ ਹੈਗਾ ਇਹਨੂੰ ਰੀਡ ਰਾਈਟ ਹੈ ਇਹ ਇੱਥੋਂ ਲੈ ਕੇ ਐਂ ਜਾਂਦਾ ਇਹ ਇੱਥੋਂ ਤੱਕ ਹੀ ਜਾਂਦਾ ਹੈ ਤਾਂ ਫਿਰ ਹੁਣ ਇੱਥੋਂ ਵਾਲਾ ਡਾਟਾ ਕਿਵੇਂ ਐਕਸੈਸ ਕਰੂਗਾ ਇਹ ਤਾਂ ਇੱਥੋਂ ਵਾਲੇ ਦੇ ਲਈ ਆ ਜਿਹੜੀ ਡਿਸਕ ਹੈ ਘੁੰਮਦੀ ਹੈ ਰੋਟੇਟ ਕਰਦੀ ਹੈ ਤਾਂ ਇਸ ਤਰ੍ਹਾਂ ਕਰਕੇ ਇਹਦੇ ਤੇ ਟਰੈਕ ਬਣੇ ਹੁੰਦੇ ਨੇ ਇਹ ਕੁਐਸਚਨ ਵੀ ਪੁੱਛਿਆ ਗਿਆ ਕਿ ਹਾਰਡ ਡਿਸਕ ਇਜ਼ ਡਿਵਾਈਡਡ ਇਨਟੂ ਟਰੈਕਸ ਜਿਹੜੇ ਟਰੈਕਸ ਆਰ ਫਰਦਰ ਡਿਵਾਈਡਡ ਇਨਟੂ ਸੈਕਟਰਸ ਇਧਰ ਦੇਖ ਲੈਣੇ ਆਪਣੇ ਤੋਂ ਕੋੜਾ ਸਿੱਧੀ ਡਰਾਗ ਬਣਦੀ ਹੈ ਇਧਰੋਂ ਦੇਖ ਲੈਣੇ ਦੇਖੋ ਆਹਾ ਕੀ ਹੈ ਇੱਕ ਕਿਹੜੇ ਰੰਗ ਦਾ ਜਾਮਨੀ ਜੇ ਰੰਗ ਦਾ ਕੀਤਾ ਹੋਇਆ ਇਹ ਟਰੈਕ ਹੈ ਇਹ ਟਰੈਕ ਦੇ ਵਿੱਚ ਇੱਥੋਂ ਲੈ ਕੇ ਇੰਨਾ ਇੱਕ ਸੈਕਟਰ ਹੈ ਆਹ ਅਲੱਗ ਸੈਕਟਰ ਹੈ ਤੇ ਆਹ ਅਲੱਗ ਸੈਕਟਰ ਹੈ ਹੈਨਾ ਹੁਣ ਆਪਾਂ ਦੇਖਦੇ ਹਾਂ ਵੀ ਜਿਹੜਾ ਆਪਾਂ ਡੇਟਾ ਰੀਡ ਕਰਨਾ ਹੈ ਮੰਨ ਲਓ ਆਹ ਵਾਲੇ ਸਭ ਤੋਂ ਪਹਿਲਾਂ ਤਾਂ ਆਪਾਂ ਲਾਸਟ ਵਾਲੇ ਆਹ ਵਾਲੇ ਟਰੈਕ ਤੋਂ ਡੇਟਾ ਰੀਡ ਕਰਨਾ ਤਾਂ ਰੀਡ ਰਾਈਟ ਨੂੰ ਇੱਥੋਂ ਲੈ ਕੇ ਇੱਥੇ ਮੂਵ ਕਰਨਾ ਪਊਗਾ ਰੀਡ ਰਾਈਟ ਹੈੱਡ ਨੂੰ ਇੱਧਰ ਮੂਵ ਕਰਨਾ ਪਊਗਾ ਪਹਿਲਾਂ ਠੀਕ ਹੈ ਤਾਂ ਇੱਥੋਂ ਲੈ ਕੇ ਇੱਥੋਂ ਮੂਵ ਕਰਨ ਤੇ ਵੀ ਟਾਈਮ ਲੱਗਿਆ ਫਿਰ ਇਸੇ ਟਰੈਕ ਦੇ ਵਿੱਚ ਜਾ ਕੇ ਇੱਥੇ ਡੇਟਾ ਪਿਆਗਾ ਮੰਨ ਲਓ ਆਹ ਵਾਲੇ ਸੈਕਟਰ ਤੇ ਡੇਟਾ ਪਿਆ ਇਹਨੂੰ ਘੁਮਾ ਕੇ ਇੱਥੇ ਵੀ ਲੈ ਕੇ ਆਉਣਾ ਪਊਗਾ ਦੋ ਦੋ ਤਰ੍ਹਾਂ ਦੇ ਟਾਈਮ ਹੋਗੇ ਪਹਿਲਾ ਟਾਈਮ ਤਾਂ ਰੀਡ ਰਾਈਟ ਹੈੱਡ ਨੂੰ ਪ੍ਰੋਪਰ ਟਰੈਕ ਤੇ ਲੈ ਕੇ ਆਉਣ ਦਾ ਟਾਈਮ ਹੋ ਗਿਆ ਦੂਜਾ ਟਰੈਕ ਤੇ ਪਏ ਹੋਏ ਡੇਟਾ ਨੂੰ ਘੁਮਾ ਕੇ ਰੀਡ রাইਟ ਹੈਡ ਦੇ ਥੱਲੇ ਲੈ ਕੇ ਆਉਣ ਦਾ ਸਮਾਂ ਹੋ ਗਿਆ ਇੱਕੋ ਸਮਾਂ ਹੋ ਗਿਆ ਇੱਕ ਟੋਟਲ ਟਾਈਮ ਕਿੰਨਾ ਹੋ ਗਿਆ ਡਾਟਾ ਨੂੰ ਐਕਸੈਸ ਕਰਨਾ ਇਹਨਾਂ ਨੂੰ ਆਪਾਂ ਦੇਖ ਲੈਨੇ ਆ ਪਹਿਲਾਂ ਹੁੰਦਾ ਸੀਕ ਟਾਈਮ ਸੀਕ ਟਾਈਮ ਕੀ ਹੁੰਦਾ ਟਾਈਮ ਟੂ ਪੋਜੀਸ਼ਨ ਦੀ ਰੀਡ রাইਟ ਹੈਡ ਓਵਰ ਪ੍ਰੋਪਰ ਟ੍ਰੈਕ ਦੇਖੋ ਜਿਹੜਾ ਰੀਡ রাইਟ ਹੈਡ ਹੈ ਇਹਨੂੰ ਢਾਦਨੇ ਆ ਇੱਕ ਵਾਰੀ ਆਪਾਂ ਰੀਡ রাইਟ ਹੈਡ ਨੂੰ ਇਹਨੂੰ ਇੱਥੇ ਲਿਆਉਣ ਤੇ ਜਿੰਨਾ ਟਾਈਮ ਲੱਗਦਾ ਉਹਨੂੰ ਅਸੀਂ ਸੀਕ ਟਾਈਮ ਬੋਲਦੇ ਨੇ ਟਾਈਮ ਟੂ ਪੋਜੀਸ਼ਨ ਦੀ ਰੀਡ রাইਟ ਹੈਡ ਓਵਰ ਪ੍ਰੋਪਰ ਟ੍ਰੈਕ ਇਜ਼ ਨੋਨ ਐਜ਼ ਸੀਕ ਟਾਈਮ ਇਹਦਾ ਸੀਕ ਟਾਈਮ ਹੋ ਗਿਆ ਤੇ ਦੂਸਰਾ ਇੱਥੇ ਜੇ ਆਪਾਂ ਦੇਖਿਆ ਸੀ ਇਹ ਵਾਲੇ ਸੈਕਟਰ ਦੇ ਵਿੱਚ ਡੇਟਾ ਪਿਆ ਇੱਥੋਂ ਲੈ ਕੇ ਇੱਥੋਂ ਤੱਕ ਕਮਾਉਣ ਨੂੰ ਟਾਈਮ ਟੂ ਪੋਜੀਸ਼ਨ ਦੀ ਰਿਕੁਆਇਰਡ ਡੇਟਾ ਅੰਡਰ ਰੀਡ ਰਾਈਟ ਹੈਡ ਇਜ਼ ਨੋਨ ਐਜ਼ ਰੋਟੇਸ਼ਨਲ ਲੇਟੈਂਸੀ ਯਾ ਲੇਟੈਂਸੀ ਟਾਈਮ ਲੇਟੈਂਸੀ ਦਾ ਮਤਲਬ ਹੁੰਦਾ ਕਮਾਉਣਾ ਲਟਾ ਕੇ ਲੈ ਕੇ ਆਉਣਾ ਯਾਦ ਰੱਖ ਲਿਓ ਲੇਟੈਂਸੀ ਨੂੰ ਲੇਟੈਂਸੀ ਟਾਈਮ ਇੱਥੋਂ ਲੈ ਕੇ ਇੱਥੇ ਤੱਕ ਕਮਾ ਕੇ ਲੈ ਕੇ ਆਉਣ ਨੂੰ ਲੱਗਣਾ ਲੇਟੈਂਸੀ ਟਾਈਮ ਠੀਕ ਹੈ ਰੋਟੇਸ਼ਨਲ ਲਟੈਂਸੀ ਜਾਂ ਲਟੈਂਸੀ ਟਾਈਮ ਟਾਈਮ ਟੂ ਸਪਿੰ ਦਿ ਰਿਕੁਆਇਰਡ ਡਾਟਾ ਅੰਡਰ ਰੀਡ ਰਾਈਟ ਹੈਡ ਐਕਸੈਸ ਟਾਈਮ ਕੀ ਹੁੰਦਾ ਟੋਟਲ ਟਾਈਮ ਕਿੰਨਾ ਜਿੰਨਾ ਲੱਗਦਾ ਉਸ ਡਾਟਾ ਨੂੰ ਐਕਸੈਸ ਕਰਨ ਲਈ ਮੰਨ ਲਓ ਅਸੀਂ Song ਚਲਾਉਣਾ ਹੈ ਸਾਨੂੰ ਥੋੜਾ ਪਤਾ ਪਿੱਛੇ ਕੀ ਹੋ ਰਿਹਾ ਅਸੀਂ ਤਾਂ ਕਲਿੱਕ ਕਰਾਂਗੇ ਸਾਡਾ ਤਾਂ ਚੱਲਣਾ ਚਾਹੀਦਾ ਜਿਵੇਂ ਲੋਕ ਆਈਫੋਨ ਕਿਉਂ ਲੈਂਦੇ ਨੇ ਕਿਉਂਕਿ ਉਹਦੇ ਵਿੱਚ ਸਪੀਡ ਬਹੁਤ ਜ਼ਿਆਦਾ ਫਾਸਟ ਹੈ ਤਾਂ ਉੱਥੇ ਕੀ ਹੁੰਦਾ ਟਾਈਮ ਦੋ ਟਾਈਮ ਲੱਗਣਗੇ ਪਹਿਲਾਂ ਰੀਡ ਰਾਈਟ ਹੈਡ ਇੱਧਰ ਜਾਊਗਾ ਫਿਰ ਜਿਹੜਾ ਹੈ ਕੀ ਹੋ ਗਿਆ ਰੁਕ ਜਾ ਰੁਚਾਰ ਹੋ ਗਿਆ ਕਾਨੂੰ ਪਹਿਲਾਂ ਉਸ ਤੋਂ ਬਾਅਦ ਫਿਰ ਪਹਿਲਾਂ ਰੀਡ ਰਾਈਟ ਹੈਡ ਇੱਧਰ ਜਾਊਗਾ ਫਿਰ ਰਿਕੁਆਇਰ ਡਾਟਾ ਹੋ ਜਿਹੜਾ ਘੁੰਮ ਕੇ ਥੱਲੇ ਆਊਗਾ ਦੋ ਤਰ੍ਹਾਂ ਦੇ ਟਾਈਮ ਨੇ ਦੋਨਾਂ ਨੂੰ ਜੋੜ ਕੇ ਜਿੰਨਾ ਟਾਈਮ ਲੱਗਿਆ ਉਹਨੂੰ ਆਪਾਂ ਬੋਲ ਦਾਂਗੇ ਐਕਸੈਸ ਟਾਈਮ ਐਕਸੈਸ ਟਾਈਮ ਦਾ ਫਾਰਮੂਲਾ ਬਹੁਤ ਵਾਰੀ ਪੁੱਛਿਆ ਗਿਆ ਜੇਕਰ ਕਹਿੰਦਾ ਸੀਕ ਟਾਈਮ ਤੇ ਰੋਟੇਸ਼ਨਲ ਲੇਟੈਂਸੀ ਨੂੰ ਜੋੜ ਦਾਂਗੇ ਤਾਂ ਐਕਸੈਸ ਟਾਈਮ ਦਾ ਆਪਸ਼ਨਾਂ 'ਚ ਪਤਾ ਕੀ ਹੋ ਪਉਂਦਾ ਪਲੱਸ ਦੀ ਥਾਂ ਤੇ ਮਲਟੀਪਲਾਈ ਪਾ ਦਿੰਦਾ ਮਾਈਨਸ ਪਾ ਦਿੰਦਾ ਡਿਵੀਜ਼ਨ ਪਾ ਦਿੰਦਾ ਤਾਂ ਦੋਨਾਂ ਟਾਈਮ ਨੂੰ ਜੋੜ ਕੇ ਹੀ ਐਕਸੈਸ ਟਾਈਮ ਬਣੂਗਾ ਠੀਕ ਹੈ ਹੁਣ ਪੜ the time required to spin the specified sector to come under the read write, time. Read -write head ਇਹ ਤਾਂ ਹੁਣ ਆਪਾਂ ਨੂੰ ਪਤਾ ਲੱਗਾ ਲੇਟੈਂਸੀ ਟਾਈਮ ਜੇਕਰ ਰੀਡ ਰਾਈਟ ਹੈਡ ਨੂੰ ਘੁਮਾ ਕੇ ਕਿਸੇ ਹੋਰ ਸੈਕਟਰ ਤੇ ਸੌਰੀ ਟਰੈਕ ਤੇ ਲੈ ਕੇ ਜਾਈਏ ਫਿਰ ਹੁੰਦਾ ਸੀਕ ਟਾਈਮ ਬਣ ਗਈ ਨਾ ਗੱਲ ਅਗਲਾ ਕੁਐਸਚਨ ਕੰਟਰੋਲ ਯੂਨਿਟ ਐਂਡ ਅਰਥਮੈਟਿਕ ਲੌਜਿਕ ਯੂਨਿਟ ਇੱਕ ਕੰਪਿਊਟਰ ਟੁਗੇਦਰ ਫਾਰਮਸ ਦੀ ਡੈਸ਼ ਆਫ ਅ ਕੰਪਿਊਟਰ ਸਿਸਟਮ ਕਹਿੰਦਾ ਕੰਪਿਊਟਰ ਦਾ ਜੇਕਰ ਕੰਟਰੋਲ ਯੂਨਿਟ ਮਿਲਾ ਦਈਏ ਨੂੰ ਸੀਯੂ ਵੀ ਬੋਲਦੇ ਆ ਤੇ ਅਰਥਮੈਟਿਕ ਲੌਜੀਕ ਯੂਨਿਟ ALU ਇਹਨੇ ਇਹਨਾਂ ਨੂੰ ਮਿਲਾ ਦਈਏ ਮਿਲ ਕੇ ਕੀ ਬਣ ਜਾਂਦੇ ਨੇ ਠੀਕ ਹੈ ਕੰਪਿਊਟਰ ਦੇ ਕੰਪੋਨੈਂਟ ਆਪਾਂ ਨੂੰ ਪਤਾ ਤਿੰਨ ਹੁੰਦੇ ਨੇ ਮੈਮਰੀ ਯੂਨਿਟ MU ਕੰਟਰੋਲ ਯੂਨਿਟ ਤੇ ALU ਇਹਨੇ ਹੁਣ ਮੈਮਰੀ ਯੂਨਿਟ ਦੀ ਗੱਲ ਨਹੀਂ ਕੀਤੀ ਇਹ ਕਹਿੰਦਾ ALU ਤੇ CU ਮਿਲ ਕੇ ਕੀ ਬਣਾਉਂਦੇ ਨੇ ਤਾਂ ਆਪਾਂ ਕਹਿੰਦਾਂਗੇ ਵੀ CPU ਬਣਾਉਂਦੇ ਨੇ ਤਾਂ ਇਹਦਾ ਅਨਸਰ A ਹੈ ਬੜਾ ਸੌਖਾ ਕੁਐਸਚਨ ਹੈ ਹਨਾ ਠੀਕ ਹੈ ਜੀ ਅਗਲਾ ਕੁਐਸਚਨ ਹੈਗਾ ਇਹ yellow ਜਾਂ ਤਾਂ ਮਾਰਕ ਕੀਤਾ ਹੋਇਆ ਕਿਉਂਕਿ ਇਹਦੇ ਵਿੱਚ ਪ੍ਰੋਬਲਮ ਹੈ ਥੋੜੀ ਜੀ ਇਨ MS ਪਾਵਰਪੁਆਇੰਟ 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਸ਼ੋ ਔਰ ਹਾਈਡ ਫੋਕਸਡ ਆਈਟਮ ਇਨ ਦੀ ਸਿਲੈਕਸ਼ਨ ਪੈਨ ਸਿਲੈਕਸ਼ਨ ਪੈਨ ਦੇ ਵਿੱਚ ਜਿਹੜੀਆਂ ਆਈਟਮਸ ਹੁੰਦੀਆਂ ਨੇ ਉਹਨਾਂ ਨੂੰ ਹਾਈਡ ਕਿਵੇਂ ਕਰ ਸਕਦੇ ਆ ਸੋ ਇਹਦੇ ਨਾਲ ਦਾ ਕੁਐਸਚਨ ਜੇ ਤੁਹਾਨੂੰ ਯਾਦ ਹੋਵੇ ਤਾਂ ਇਹ ਆਪਾਂ ਪਹਿਲੇ ਪਾਰਟ ਦੇ ਵਿੱਚ ਵੀ ਕੀਤਾ ਸੀ ਆ ਦੇਖੋ ਆ ਪਹਿਲੇ ਪਾਰਟ ਦਾ ਕੁਐਸਚਨ ਹੈ ਜਿਹੜਾ 19 ਅਗਸਤ ਨੂੰ ਹੋਇਆ ਸੀ ਆਪਾਂ ਵੀਡੀਓ ਬਣਾਈ ਹੈ ਉਨੀ ਗਸਤ ਵਾਲੇ ਦੇ ਵਿੱਚ ਇਹਦੇ ਵਿੱਚ ਕੁਐਸਚਨ ਪੁੱਛ ਰਿਆ ਸੀ ਇਨ ਐਮ ਐਸ ਪਾਵਰਪੁਆਇੰਟ 2019 ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਮੂਵ ਅ ਸਿਲੇਕਟਡ ਆਈਟਮ ਬੈਕਵਰਡ ਇਨ ਦੀ ਸਿਲੇਕਸ਼ਨ ਪੈਨ ਕਹਿੰਦਾ ਇਹਦੇ ਵਿੱਚ ਬੈਕਵਰਡ ਆਈਟਮ ਨੂੰ ਕਿਵੇਂ ਕਰ ਸਕਦੇ ਆ ਸੋ ਫਿਰ ਮੈਂ ਤੁਹਾਨੂੰ ਕਰਕੇ ਦਿਖਾਉਣਾ ਇਹ ਚੀਜ਼ ਦੇ ਨਾਲ ਉੱਥੇ ਵੀ ਦੱਸਿਆ ਸੀ ਦੁਬਾਰੇ ਵੀ ਦੱਸੂਗਾ ਤਾਂ ਇਹ ਆਪਣੇ ਕੋਲੇ ਗਰੁੱਪ ਬਣਿਆ ਹੋਇਆ ਬਹੁਤ ਸਾਰੇ ਆਬਜੈਕਟਸ ਦਾ ਤਾਂ ਜੇ ਪਹਿਲਾ ਸ਼ਾਰਟਕਟ ਤਾਂ ਹੈਗਾ ਜੇ ਆਪਾਂ ਸਿਲੈਕਸ਼ਨ ਪੈਨ ਖੋਲਣਾ ਹੈ ਦੇਖੋ ਸਿਲੈਕਸ਼ਨ ਪੈਨ ਖੋਲਣ ਦਾ ਆਲਟ ਐਫ 10 ਮੈਂ ਆਲਟ ਐਫ 10 ਕੀਤਾ ਸੀ ਦੇਖੋ ਮੈਂ ਆਲਟ ਐਫ 10 ਕਰਦਾ ਤੇ ਆ ਸਿਲੈਕਸ਼ਨ ਪੈਨ ਖੁੱਲ ਗਿਆ ਤੇ ਇਸ ਨੂੰ ਹਟਾਉਣਾ ਤੇ ਆਲਟ ਐਫ 10 ਫੇਰ ਕਰ ਦਾਂਗੇ ਜੇ ਨਹੀਂ ਸ਼ਾਰਟਕਟ ਦੇ ਨਾਲ ਖੋਲਣਾ ਤਾਂ ਇੱਥੇ ਜਾ ਕੇ ਸਿਲੈਕਟ ਸਿਲੈਕਸ਼ਨ ਪੈਨ ਇੱਥੇ ਵੀ ਉਹੀ ਚੀਜ਼ ਖੁੱਲੂ ਜੁ ਤਾਂ ਇੱਕ ਚੀਜ਼ ਯਾਦ ਰਹੂਗੀ ਕਿ ਸਿਲੈਕਸ਼ਨ ਪੈਨ ਖੋਲਣ ਦੇ ਲਈ ਸ਼ਾਰਟਕਟ ਕੀ ਹੈ ਆਲਟ ਐਫ 10 ਹੁਣ ਇਹਦੇ ਵਿੱਚ ਬਹੁਤ ਸਾਰੇ ਆਬਜੈਕਟ ਨੇ ਜਿਵੇਂ ਆਪਾਂ ਕੀਤਾ ਸੀ ਇਹ ਆਪਣਾ ਸਿਲੈਕਟ ਕਰ ਲਿਆ ਇਹਨੂੰ ਆਪਾਂ ਅੱਗੇ ਪਿੱਛੇ ਲੈ ਕੇ ਆਉਣਾ ਸੀਗਾ ਆ ਇਹਦੇ ਸ਼ਾਰਟਕਟ ਲਿਖੇ ਹੋਏ ਨੇ ਜਿਵੇਂ ਕੰਟਰੋਲ ਸ਼ਿਫਟ ਕੰਟਰੋਲ ਸ਼ਿਫਟ ক্লোਜ਼ਡ ਸਕੁਆਇਰ ਬ੍ਰੈਕਟ ਆ ਦੇਖੋ ਇਹਦੇ ਨਾਲ ਇਹ ਉੱਪਰ ਆਈ ਜਾਂਦਾ ਉੱਪਰ ਗਿਆ ਹੁਣ ਇਹਨੂੰ ਪਿੱਛੇ ਲੈ ਜਾਣਾ ਤਾਂ ਓਪਨ ਬ੍ਰੈਕਟ ਲਾ ਦਾਂਗੇ ਕੰਟਰੋਲ ਸ਼ਿਫਟ ਓਪਨ ਬ੍ਰੈਕਟ ਇਸ ਤਰ੍ਹਾਂ ਕਰਕੇ ਮੂਵ ਹੁੰਦਾ ਠੀਕ ਹੈ ਫਾਰਵਰਡ ਜਾਂਦਾ ਤੇ ਬੈਕਵਰਡ ਜਾਂਦਾ ਦੇਖੋ ਯਾਹ ਲੋ ਜ ਆਬਜੈਕਟ ਸੀ ਜਿਹੜਾ ਟ੍ਰਾਇੰਗਲ ਉਹ ਬੈਕਵਰਡ ਚਲਾ ਗਿਆ ਫਾਰਵਰਡ ਲਿਆਉਣਾ ਹੈ ਤਾਂ ਆਪਾਂ ক্লোਜ਼ਡ ਬ੍ਰੈਕਟ ਲਾ ਰਹੇ ਹਾਂ ਤਾਂ ਇਹਦੇ ਦੋ ਆਪਸ਼ਨਾਂ ਨੇ ਕੰਟਰੋਲ ਸ਼ਿਫਟ ਬੀ ਵੇਨੇ ਬੈਕਵਰਡ ਕੰਟਰੋਲ ਸ਼ਿਫਟ ਐਫ ਵੇਨੇ ਫੋਰਵਰਡ ਉਹਨੇ ਆਪਸ਼ਨ ਦੇ ਵਿੱਚ ਇਹੀ ਪਾਇਆ ਹੋਇਆ ਬਟ ਅਸਲ ਦੇ ਵਿੱਚ ਇਹ ਕੰਮ ਨਹੀਂ ਕਰਦਾ 2019 ਹੀ ਹੈ ਆਪਣਾ ਵਰਡ ਵੀ 2019 ਹੈ ਸੋ ਇਹਦੇ ਵਿੱਚ ਇਹ ਕੰਮ ਨਹੀਂ ਕਰਦਾ ਠੀਕ ਹੈ ਪਤਾ ਨਹੀਂ ਕੀ ਚੱਕਰ ਆ ਇੱਥੇ ਜੇ ਕਿਤੇ 2019 ਆ ਗਿਆ ਤਾਂ ਮੈਂ ਤੁਹਾਨੂੰ ਦਿਖਾ ਸਕਦਾ ਇੱਥੇ ਨਹੀਂ ਆ ਰਿਹਾ ਇਹ ਆਫਿਸ 2019 ਹੈ ਠੀਕ ਹੈ ਫਿਰ ਆਪਣੀ ਪੀਪੀਟੀ ਉੱਡ ਜੂ ਚਲੋ ਛੱਡੋ ਅ ਹੈਲਪ ਚ ਦੇਖ ਲੈਂਦੇ ਆ ਹਮ ਹੈਲਪ ਦੇ ਵਿੱਚ ਵੀ ਨਹੀਂ ਹੈ ਸੋ ਇਹ ਆਫਿਸ 2019 ਹੈ ਤਾਂ ਇਹਦੇ ਵਿੱਚ ਇਹ ਚੀਜ਼ਾਂ ਕੰਮ ਨਹੀਂ ਕਰਦੀਆਂ ਬਟ ਇਹ ਲਿਖੀਆਂ ਹੋਈਆਂ ਨੇ ਇੰਟਰਨੈਟ ਤੇ ਤੁਸੀਂ ਚੈੱਕ ਕਰੋਗੇ ਪੁਰਾਣਿਆਂ ਦੇ ਵਿੱਚ ਕੰਮ ਕਰਦੀਆਂ ਹੋਣੀਆਂ ਮੈਂ 16 ਦੇ ਵਿੱਚ ਚਲਾ ਕੇ ਨਹੀਂ ਦੇਖਿਆ ਮੈਂ ਐਵੇਂ ਤੁਹਾਨੂੰ ਕਲੇਮ ਕਰੀ ਜਾਵਾਂ ਵੀ ਹਾਂ ਇਹ 16 'ਚ ਚੱਲਦੀਆਂ ਨੇ ਜਾਂ 14 'ਚ ਚੱਲਦਾ ਹੈ ਨਾ ਜਾਂ 19 'ਚ 19 'ਚ ਨਹੀਂ ਚੱਲਦਾ ਮੈਂ ਇਨੀ ਗੱਲ ਦੱਸ ਰਿਹਾ ਬਟ ਉਹਨੇ ਆਪਸ਼ਨ ਪਾ ਤੀ ਤਾਂ ਪਹਿਲਾਂ ਹੁੰਦੀਆਂ ਸੀ ਤਾਂ ਫਿਰ ਇਹਦੇ ਹਿਸਾਬ ਨਾਲ ਆਨਸਰ ਦੇਵਾਂਗੇ ਉਵੇਂ ਹੀ ਹਾਈਡ ਕਰਨ ਵਾਲਾ ਹੈ ਹਾਈਡ ਕਰਨ ਦੇ ਲਈ ਇੱਥੋਂ ਆਹ ਅੱਖ ਜੀ ਬਣੀ ਹੋਈ ਅੱਖ ਤੇ ਕਲਿੱਕ ਕਰਾਂਗੇ ਤਾਂ ਹਾਈਡ ਹੋ ਜਾਊਗਾ ਆ ਦੇਖੋ ਹਾਈਡ ਹੋ ਗਿਆ ਸ਼ੋ ਹੋ ਗਿਆ ਹਾਈਡ ਹੋ ਗਿਆ ਯੈਲੋ ਜਾ ਸ਼ੋ ਹੋ ਗਿਆ ਇੱਥੋਂ ਮੈਂ ਸਾਰੇ ਹਾਈਡ ਕਰ ਸਕਦਾ ਇਸੇ ਦੇ ਹੀ ਉਹ ਸ਼ਾਰਟਕਟ ਪੁੱਛ ਰਿਹਾ ਆਪਾਂ ਨੂੰ ਵੀ ਕਿਹੜਾ ਸ਼ਾਰਟਕਟ ਹੈ ਇਹਦਾ ਕੋਈ ਸ਼ਾਰਟਕਟ ਨਹੀਂ ਚੱਲਿਆ ਨਹੀਂ ਆਪਣੇ ਕੋਲੇ ਬਟ ਜਿਹੜਾ ਉਹ ਇਹਦੇ ਹਿਸਾਬ ਨਾਲ ਚੱਲਦਾ ਉੱਪਰ ਲਿਆਂਦੇ ਹਿਸਾਬ ਨਾਲ ਕੰਟਰੋਲ ਸ਼ਿਫਟ ਬੀ ਤੇ ਕੰਟਰੋਲ ਸ਼ਿਫਟ ਐਫ ਉਦੇ ਸਾਬ ਨਾਲ ਮੈਂ ਤੁਹਾਨੂੰ ਦੱਸ ਦਿੰਨਾ ਵੀ ਜਿਹੜਾ ਉਹਨੇ ਆਨਸਰ ਬਣਾਇਆ ਠੀਕ ਆ ਸੋ ਇਹ ਤਾਂ ਮੈਂ ਤੁਹਾਨੂੰ ਦੱਸਤਾ ਕਿ ਹਾਈਡ ਤੇ ਸ਼ੋ ਔਰ ਹਾਈਡ ਦੀ ਸਿਲੈਕਸ਼ਨ ਪੈਨ ਤਾਂ ਇਸ ਦਾ ਆਨਸਰ ਆਪਾਂ ਕੀਤਾ ਹੀ ਸੀ ਇਹ ਪਹਿਲੇ ਉਸ ਵਾਲਾ ਸੀਗਾ ਇਹਦਾ ਫਿਰ ਆਪਾਂ ਲੈ ਲਿਆ ਸੀ ਕੰਟਰੋਲ ਸ਼ਿਫਟ ਬੀ ਕੰਟਰੋਲ ਸ਼ਿਫਟ ਵੀ ਇਹਦੇ ਨਾਲ ਨਹੀਂ ਚੱਲਦਾ ਸੀ ਚੱਲਦਾ ਸੀਗਾ ਕਾਦੇ ਲਈ ਆ ਇਹ ਬੈਕਵਰਡ ਜਾਣ ਦੇ ਲਈ ਬੈਕਵਰਡ ਜਾਣ ਦੇ ਲਈ ਆਹ ਚੀਜ਼ ਚੱਲਦੀ ਸੀ ਬੈਕਵਰਡ ਦੇ ਲਈ ক্লোਜ਼ਡ ਸਕੁਅਰ ਬ੍ਰੈਕਟ ਕੰਟਰੋਲ ਸ਼ਿਫਟ ਬੀ ਐ ਯਾਦ ਰੱਖਿਓ ਆ ਚੀਜ਼ ਚੱਲਦੀ ਸੀ ਫਾਰਵਰਡ ਦੇ ਲਈ ক্লোਜ਼ਡ ਸਕੁਆਇਰ ਬ੍ਰੈਕਟ ਹੈਨਾ ਚਲੋ ਫਿਰ ਆਪਾਂ ਆਨਸਰ ਡੀ ਲੈਣਾ ਸੀ ਕਿਉਂਕਿ ਲਿਖੀ ਹੋਈ ਹੈ ਚੀਜ਼ ਮੈਂ ਪ੍ਰੈਕਟੀਕਲੀ ਨਹੀਂ ਚੱਲੀ ਪਰ ਲਿਖੀ ਹੋਈ ਹੈ ਨੈਟ ਤੇ ਤੁਸੀਂ ਵੀ ਸਰਚ ਮਾਰੋਗੇ ਤੁਹਾਨੂੰ ਇਹ ਮਿਲ ਜੂਗਾ ਕਿ ਤਰ੍ਹਾਂਗੇ ਤੋਂ ਉਵੇਂ ਹੀ ਆਹ ਵਾਲਾ ਕੁਐਸਚਨ ਹੈ ਇਹਦੇ ਵਿੱਚ ਉਹਨੇ ਕੰਟਰੋਲ ਸ਼ਿਫਟ ਐਸ ਉਹਨੂੰ ਆਨਸਰ ਮੰਨਿਆ ਹੋਇਆ ਬਟ ਐਸ ਨਹੀਂ ਚੱਲਦਾ ਐਸ ਬਣੇ ਸ਼ੋ ਕਰਦਾ ਠੀਕ ਹੈ hide ਤੇ show ਦੇ ਲਈ ਫਿਰ ਆਪਾਂ ਇਹੀ ਆਨਸਰ ਮੰਨ ਲਾਂਗੇ ਵੀ ਇਹੀ ਹੈ ਠੀਕ ਹੈ ਸੋ ਇਹਦੇ ਵਿੱਚ ਮੈਂ ਸ਼ੋਰ ਨਹੀਂ ਐ ਇਹ ਤੁਸੀਂ ਵੀ ਇਹਨੂੰ ਐਂ ਜੀ ਜਲਾ ਲਓ ਜੇ ਆ ਗਿਆ ਕੰਟਰੋਲ ਸ਼ਿਫਟ S ਕੋਈ ਹੋਰ ਵੀ ਨਹੀਂ ਲੱਭਿਆ ਮੈਨੂੰ ਨਹੀਂ ਮੈਂ ਹੋਰ ਦੱਸ ਦਿੰਦਾ ਜਿਵੇਂ ਇਹਦੇ ਮੈਂ ਹੋਰ ਲੱਭੇ ਹੋਏ ਨੇ ਇਹ ਮੈਂ ਆਪੇ ਹੀ ਲੱਭੇ ਨੇ ਆਹ ਵਾਲੇ ਆਹ ਵਾਲੇ ਉਹਨੇ ਆਪਸ਼ਨਾਂ ਚ ਦਿੱਤਾ ਦਿੱਤੇ ਨਹੀਂ ਸੀ ਇਹ ਆਪਾਂ ਲੱਭੇ ਨੇ ਠੀਕ ਹੈ ਸੋ ਇਹ ਸੀਗਾ 19ਵਾਂ ਕੁਐਸਚਨ ਮੈਂ ਪਾਣੀ ਪੀ ਲਾਂ ਥੋੜਾ ਜਿਹਾ ਤੁਸੀਂ ਕੁਐਸਚਨ ਪੜ੍ਹੋ ਐਨੇ ਟਾਈਮ 'ਚ ਕਹਿੰਦਾ b ਮਾ ਕੁਸ਼ਨ ਹੈ ਇਹ ਡੈਸ਼ ਇਜ਼ ਐਨ ਇਨਪੁਟ ਡਿਵਾਈਸ ਦੈਟ ਟ੍ਰਾਂਸਲੇਟਸ ਪੇਪਰ ਡਾਕੂਮੈਂਟ ਇੰਟੂ ਇਲੈਕਟ੍ਰੋਨਿਕ ਫਾਰਮੈਟ ਫਾਰ ਇਨਪੁਟ ਟੂ ਅ ਕੰਪਿਊਟਰ ਕਹਿੰਦਾ ਪੇਪਰ ਤੇ ਕੁਝ ਲਿਖਿਆ ਹੋਇਆ ਜਿਵੇਂ ਆਪਣੇ ਨੋਟਸ ਤੁਸੀਂ ਤੁਹਾਡੇ ਕੋਲੇ ਹੋਏ ਹੋਏ ਨੇ ਹਨਾ ਉਹਨੂੰ ਤੁਸੀਂ ਕੰਪਿਊਟਰ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹੋ ਕੀਬੋਰਡ ਦੇ ਨਾਲ ਵਗ ਜਾਣਗੇ ਨਹੀਂ ਮਾਊਸ ਦੇ ਨਾਲ ਵਗ ਜਾਣਗੇ ਨਹੀਂ ਡਿਜੀਟਾਈਜ਼ਰ ਡਿਜੀਟਾਈਜ਼ਰ ਕੀ ਹੁੰਦਾ ਇਹ ਡਿਵਾਈਸ ਹੁੰਦਾ ਸੋ ਜਦ ਇਹ ਆਪਾਂ ਲਿਖਦੇ ਆ ਜਿਵੇਂ ਆਪਣੇ ਕੋਲੇ ਵੀ ਇਹੀ ਆ ਆ ਦੇਖ ਸਕਦੇ ਹੋ ਤੁਹਾਨੂੰ ਕੈਮਰੇ ਵਿੱਚ ਦਿਖਦਾ ਆਊਗਾ ਆ ਪੈਨ ਜਾਏਗਾ ਜਿਹੜਾ ਵੀ ਆਪਾਂ ਕੁਝ ਲਿਖਦੇ ਆ ਦੇਖੋ ਉਹ ਡਿਜੀਟਾਈਜ਼ਰ ਤੇ ਲਿਖਦੇ ਆ ਪੇਪਰ ਤੇ ਤਾਂ ਨਹੀਂ ਲਿਖਿਆ ਹੋਇਆ ਹੈ ਨਾ ਸੋ ਉਹ ਇਹ ਪੁੱਛ ਰਿਹਾ ਸੀ ਕਹਿੰਦਾ ਵੀ ਪੇਪਰ ਤੋਂ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਤਾਂ ਡਿਜੀਟਾਈਜ਼ਰ ਨਹੀਂ ਹੋ ਸਕਦਾ ਸਕੈਨਰ ਯੈਸ ਸਕੈਨਰ ਇਹਦਾ ਰਾਈਟ ਆਨਸਰ ਇਹਨੂੰ ਪੈਨ ਟੈਬ ਵੀ ਬੋਲਦੇ ਆ ਤੁਸੀਂ ਅਗਰ ਵੀਡੀਓ ਬਣਾਉਣਾ ਚਾਹੁੰਦੇ ਹੋ ਤੁਹਾਡਾ ਕੋਈ ਵੀ ਸਬਜੈਕਟ ਹੈ ਤੁਸੀਂ ਵੀਡੀਓ ਆਪਣਾ ਚੈਨਲ ਸਟਾਰਟ ਕਰੋ ਤੁਸੀਂ ਇੰਨੀ ਤਿਆਰੀ ਕੀਤੀ ਹੈ ਹਨਾ ਪੰਜਾਬ ਪੁਲਿਸ ਵਾਲਿਆਂ ਨੇ ਤੁਹਾਨੂੰ ਜੌਬ ਮਿਲ ਜੂਗੀ ਹਨਾ ਜੌਬ ਤੋਂ ਬਾਅਦ ਵੀ ਛੱਡਣਾ ਨਹੀਂ ਨਾ ਚੀਜ਼ਾਂ ਨੂੰ ਕਿਉਂਕਿ ਇੰਨੀ ਡਿਟੇਲ ਦੇ ਵਿੱਚ ਤੁਸੀਂ ਹਿਸਟਰੀ ਜੀਓਗ੍ਰਾਫੀ ਪੋਲਿਟੀ ਚੀਜ਼ਾਂ ਪੜ੍ਹੀਆਂ ਹੋਣਗੀਆਂ ਮੈਂ ਥ੍ਰੀਜ਼ਿੰਗ ਹਨਾ ਤਾਂ ਤੁਸੀਂ ਉਹ ਲੋਕਾਂ ਨੂੰ ਸਿਖਾਓ ਤਾਂ ਸਿਖਾਉਣਾ ਆਪਣਾ ਤੁਸੀਂ ਸਿਖਾ ਕੇ ਤੁਸੀਂ ਜਿਹਨੂੰ ਕਿਸੇ ਨੂੰ ਪੜ੍ਹਾਉਂਦੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਸੈਟੀਸਫੈਕਸ਼ਨ ਮਿਲਦੀ ਹੈ ਤਾਂ ਜ਼ਰੂਰੀ ਨਹੀਂ ਹੈ ਅਸੀਂ ਕਿਹੜਾ ਮਿਲੀਅਨਰ ਚ ਵਿਊ ਲੈ ਜਾਣੇ ਨੇ ਯਾਰ ਪਰ ਇੱਕ ਸਮਾਂ ਹੈ ਅੱਜ ਸਾਡੇ ਕੋਲ એનર્ਜੀ ਵੀ ਹੈ ਜੰਗ ਬਲੱਡ ਹੈ ਹਨਾ ਤਾ ਆਉਣ ਵਾਲੇ 15-20 ਸਾਲਾਂ ਬਾਅਦ ਅਸੀਂ ਯਾਦ ਕਰਾਂਗੇ ਵੀ ਹਾਂ ਅਸੀਂ ਵੀ ਕੰਟਰੀਬਿਊਟ ਕੀਤਾ ਐ ਸੁਸਾਇਟੀ ਨੂੰ ਹਨਾ ਠੀਕ ਐ ਸੋ ਇਹ ડી ਆਨਸਰ ਐ ਇਹਦਾ ਕੋਈ ਵੀ ਹੈਲਪ ਚਾਹੁੰਦੇ ਹੋ ਤਾਂ ਮੇਰੇ ਤੋਂ ਹੈਲਪ ਲੈ ਸਕਦੇ ਹੋ ਤਾਂ ਮੈਂ نیچے ਮੈਂਸ਼ਨ ਕੀਤਾ ਹੋਇਆ Telegram ਦਾ ਵੀ ਲਿੰਕ ਐ ਉੱਥੇ ਆਡੀਓ ਪਲੈਟਫਾਰਮ ਰਾਹੀਂ ਕੰਪਿਊਟਰ ਤੇ ਹਿਸਟਰੀ ਦੀ ਸਾਰੀਆਂ ਟੌਪਿਕਸ ਆਪਾਂ ਡਿਸਕਸ ਕੀਤੇ ਹੋਏ ਨੇ ਤੇ Instagram ਤੇ ਵੀ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਮੈਂ ਲਿੰਕ ਦਿੱਤਾ ਹੋਇਆ ਹੈ ਨੀਂ ਚ ਉੱਥੇ ਕੋਈ ਗੱਲਬਾਤ ਪੁੱਛਣੀ ਆ ਪੁੱਛ ਸਕਦੇ ਹੋ ਠੀਕ ਹੈ ਅਗਲਾ ਕੁਐਸਚਨ ਹੈਗਾ ਵਿੱਚੋਂ ਦੀ ਫਾਲੋਇੰਗ ਇਜ਼ ਨਾਟ ਏ ਕਲਾਸੀਫਿਕੇਸ਼ਨ ਆਫ ኦਪਰੇਟਿੰਗ ਸਿਸਟਮ ਬੇਸਡ ਔਨ देयर ਫੰਕਸ਼ਨ ਕਿਹਨਾ ਆਪਰੇਟਿੰਗ ਸਿਸਟਮ ਦੀ ਕਲਾਸੀਫਿਕੇਸ਼ਨ ਕਿਹੜੀ ਨਹੀਂ ਹੈ ਬੇਸਡ ਔਨ ਫੰਕਸ਼ਨ ਜੇ ਆਪਾਂ ਆਨਸਰ ਲਗਾ ਕੇ ਚੱਲਣਾ ਹੋਵੇ ਤਾਂ ਚੱਕੋ ਜੀ ਡੀ ਆਨਸਰ ਹੈ ਮਿਨੀ ਕਰਨ ਲਈ ਇਹ ਇਹ ਨਹੀਂ ਹੁੰਦਾ ਬਾਕੀ ਸਾਰੇ ਹੁੰਦੇ ਨੇ ਪਰ ਆਪਾਂ ਨਹੀਂ ਜਾਂਦੇ ਆਵੇਂ ਆਪਾਂ ਮੈਂ ਕੱਲੀ ਕੱਲੀ ਗੱਲ ਦੱਸੂਗਾ ਮਲਟੀ ਪ੍ਰੋਸੈਸਰ ਪਹਿਲਾਂ ਪੜ ਲੈਨੇ ਮਲਟੀ ਪ੍ਰੋਸੈਸਰ ਮਲਟੀ ਥ੍ਰੈਡਡ ਤੇ ਮਾਈਕਰੋ ਕਰਨਲ ਮਿਨੀ ਕਰਨਲ ਸਿੰਗਲ ਯੂਜ਼ਰ ਕਿਹੜਾ ਹੁੰਦਾ ਹੈ ਟਾਈਪਸ ਆਫ ਆਪਰੇਟਿੰਗ ਸਿਸਟਮ ਦੇਖ ਲੈਂਦੇ ਆ ਸਿੰਗਲ ਯੂਜ਼ਰ ਜਿਹਦੇ ਤੇ ਇੱਕੋ ਹੀ ਬੰਦਾ ਕੰਮ ਕਰ ਸਕਿਆ एट ਅ ਟਾਈਮ ਤੇ ਉਹ ਸਿੰਗਲ ਯੂਜ਼ਰ ਹੁੰਦਾ ਹੈ ਮਲਟੀ ਯੂਜ਼ਰ ਕਿਹੜਾ ਹੁੰਦਾ ਇੱਕ ਸੈਂਟਰਲ ਸਰਵਰ ਲੱਗ ਜਾਂਦਾ ਹੈ ਕੰਪਿਊਟਰ ਉਹਦੇ ਦੁਆਰਾ ਕੀਬੋਰਡ ਤੇ ਸਕਰੀਨ ਮਾਊਸ ਲਗਾ ਕੇ ਬਹੁਤ ਸਾਰੇ ਆਪਾਂ ਕੰਪਿਊਟਰ ਅਟੈਚ ਕਰ ਦਿੰਦੇ ਆ CPU ਸਰਵਰ ਇੱਕੋ ਹੀ ਹੁੰਦਾ ਉਹਦੇ ਨਾਲ ਤਾਰਾਂ ਪਾ ਕੇ ਇੱਕ ਸਕਰੀਨ ਲਗਾਤੀ ਇੱਕ ਮਾਊਸ ਲਗਾਤਾ ਨਾਲ ਇੱਕ ਕੀਬੋਰਡ ਲਗਾਤਾ ਬਹੁਤ ਸਾਰੇ ਕੰਪਿਊਟਰ ਲਗਾ ਦਿੰਦੇ ਆ ਉਹਨੂੰ ਆਪਾਂ ਬੋਲਦੇ ਆ ਮਲਟੀ ਯੂਜ਼ਰ ਕਈ ਯੂਜ਼ਰ ਨੇ ਜਿਵੇਂ ਵਿੰਡੋ ਤੇ ਲਿਨਕਸ ਦੋਨੋਂ ਹੀ ਮਤਲਬ ਕਿ ਸਪੋਰਟ ਕਰਦੇ ਨੇ ਕਿ ਯੂ ਕੈਨ ਅਟੈਚ ਹੰਡਰਡਸ ਔਰ ਈਵਨ ਥਾਊਜ਼ੈਂਡਸ ਆਫ ਯੂਜ਼ਰ ਸਾਈਮਲਟੇਨੀਅਸਲੀ ਕਲੀਅਰ ਗੱਲ ਫਿਰ ਆ ਗਿਆ ਮਲਟੀ ਪ੍ਰੋਸੈਸਰ ਜੇਕਰ ਕਹਿੰਦਾ ਇੱਕ ਤੋਂ ਜ਼ਿਆਦਾ ਪ੍ਰੋਸੈਸਰ ਲਗਾ ਦੀਏ ਹੁਣ ਇੱਕ ਕੰਮ ਨੂੰ ਕਰਨ ਵਾਲੇ ਇੱਕੋ ਹੀ ਬੰਦੇ ਨੇ ਇੱਕ ਇੱਕ ਤੋਂ ਜ਼ਿਆਦਾ ਸੀਪੀਯੂ ਆਪਾਂ ਕਹਿ ਲਓ ਕੰਪਿਊਟਰ ਇੱਕੋ ਹੀ ਆ ਉਹਦੇ ਵਿੱਚ ਜ਼ਿਆਦਾ ਆਪਾਂ ਕੀ ਕਰਤੇ ਬੰਦੇ ਲਗਾਤੇ ਜਸ ਸਿੰਪਲ ਨੇ ਸਮਝ ਲੈਣੇ ਆ ਇੱਕ ਕੂਲਰ ਦੇ ਵਿੱਚ ਜਿਹੜਾ ਪਾਣੀ ਵਾਲਾ ਪੰਪ ਜਾਂ ਹੁੰਦਾ ਟੈਂਕ ਪਾਣੀ ਚਕਾਉਣ ਵਾਲਾ ਪੰਪ ਜਿਹਾ ਇੱਕ ਹੁੰਦਾ ਜੇ ਇੱਕੋ ਹੀ ਕੂਲਰ ਦੇ ਵਿੱਚ ਆਪਾਂ 5-6 ਪੰਪ ਲਾ ਦਈਏ ਤਾਂ ਉਹ ਕੀ ਹੋ ਜਾਊਗਾ ਮਲਟੀ ਪ੍ਰੋਸੈਸਰ ਹੋ ਜਾਊਗਾ ਠੀਕ ਹੈ ਤਾਂ ਉਹ ਸਾਰੇ ਹੀ ਪਾਣੀ ਸਿੱਟਣਗੇ ਚੱਕ ਕੇ ਤਾਂ ਉਵੇਂ ਹੀ ਜਿਹੜੇ ਇਹ CPU ਨੇ ਇੱਕ ਕੰਪਿਊਟਰ ਦੇ ਵਿੱਚ ਕਿਸੇ ਸਿੰਗਲ ਟਾਸਕ ਤੇ ਕਲੈਕਟਿਵਲੀ ਕੰਮ ਕਰਨਗੇ ਇਕੱਠੇ ਠੀਕ ਹੈ ਇਹ ਹੁੰਦਾ ਮਲਟੀ ਪ੍ਰੋਸੈਸਰ ਤੇ ਮਲਟੀ ਟਾਸਕਿੰਗ ਕੀ ਹੁੰਦਾ ਇੱਕ ਤੋਂ ਜ਼ਿਆਦਾ ਪ੍ਰੋਗਰਾਮ ਚਲਾਉਣੇ ਜਿਵੇਂ ਗਾਣੇ ਚਲਾ ਲੈ ਫੇਸਬੁੱਕ ਚਲਾ ਲਈ WhatsApp ਚਲਾ ਲਿਆ ਹਨਾ ਤੋ ਉਹਨੂੰ ਕਹਿੰਦੇ ਆਪਾਂ ਜੇਕਰ ਮੋਰ ਥੈਨ 1 ਪ੍ਰੋਗਰਾਮਜ਼ ਆਰ ਰਨਿੰਗ ਐਟ ਅ ਸੇਮ ਟਾਈਮ ਥੈਨ ਇਟ ਇਜ਼ नोन ਐਸ ਮਲਟੀਟਾਸਕਿੰਗ ਫਿਰ ਆਪਾਂ ਮਲਟੀਥ्रेडਿੰਗ ਕਰਨ ਤੋਂ ਪਹਿਲਾਂ ਥ्रेड ਸਮਝ ਲੈਣੇ ਆ ਥ्रेड ਕੀ ਹੁੰਦਾ ਧਾਗਾ ਜਿੰਨੇ ਵਿੱਚ ਪਤਲਾ ਹੁੰਦਾ ਇਹ ਇੱਕ ਪਹਿਲਾਂ ਆ ਲਾਈਨ ਵੀ ਸਮਝ ਲਿਓ ਪ੍ਰੋਸੈਸ ਇਜ਼ ਅ ਪ੍ਰੋਗਰਾਮ ਬੀਇੰਗ ਐਗਜ਼ੀਕਿਊਟ ਪ੍ਰੋਸੈਸ ਜਿਹੜੀ ਹੈ ਇਹ ਐਕਟਿਵ ਐਂਟੀਟੀ ਹੈ ਕੁਐਸਚਨ ਪੁੱਛਿਆ ਜਾ ਸਕਦਾ ਪੁੱਛਿਆ ਹੋਇਆ ਤੇ ਪ੍ਰੋਗਰਾਮ ਇੱਕ ਪੈਸਿਵ ਐਂਟੀਟੀ ਹੈ ਪੈਸਿਵ ਇਸੇ ਵੀ ਪ੍ਰੋਗਰਾਮ ਨੂੰ ਪ੍ਰੋਗਰਾਮ ਹਾਰਡ ਡਿਸਕ ਦੇ ਵਿੱਚ ਸਟੋਰ ਹੁੰਦਾ ਕੋਡਿੰਗ ਕੀਤੀ ਹੁੰਦੀ ਹੈ ਜਦੋਂ ਕਿਸੇ ਪ੍ਰੋਗਰਾਮ ਨੂੰ ਆਪਾਂ ਐਗਜ਼ੀਕਿਊਟ ਕਰ ਦਨੇ ਆ ਉਸੇ ਪ੍ਰੋਗਰਾਮ ਨੂੰ ਆਪਾਂ ਕਹਿ ਦਨੇ ਆ ਇਟ ਇਜ਼ ਅ ਪ੍ਰੋਸੈਸ ਸੋ ਪ੍ਰੋਸੈਸ ਇਜ਼ ਅ ਰਨਿੰਗ ਸਟੇਟ ਆਫ ਪ੍ਰੋਗਰਾਮ ਐਗਜ਼ੀਕਿਊਸ਼ਨ ਆਫ ਪ੍ਰੋਗਰਾਮ ਇਜ਼ ਨੋਨ ਐਸ ਪ੍ਰੋਸੈਸ ਇਹ ਪ੍ਰੋਸੈਸ ਕੈਨ ਬੀ ਫਰਦਰ ਡਿਵਾਈਡਡ ਇਨਟੂ ਇੰਡੀਪੈਂਡੈਂਟ ਯੂਨਿਟਸ ਨੋਨ ਐਸ ਥਰੈਡ ਠੀਕ ਹੈ ਹੁਣ ਇੰਡੀਪੈਂਡੈਂਟ ਦਾ ਮਤਲਬ ਜਿਵੇਂ ਆ ਥਰੈਡ ਆ ਪਹਿਲਾ ਥਰੈਡ ਆ ਦੂਜਾ ਥਰੈਡ ਆ ਤੀਜਾ ਥਰੈਡ ਹੈ ਮਲਟੀ ਥਰੈ ਤਾਂ ਆਹ ਜਿਹੜਾ ਕੰਮ ਹੈ ਇਹਦਾ ਇਹਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ ਇੰਡੀਪੈਂਡੈਂਟ ਹੈ ਇਹਦੇ ਨਾਲੋਂ ਤਾਂ ਇੰਡੀਪੈਂਡੈਂਟ ਥ੍ਰੈਡਸ ਦੇ ਵਿੱਚ ਤੋੜਨਾ ਇੰਡੀਪੈਂਡੈਂਟ ਪਾਰਟਸ ਦੇ ਵਿੱਚ ਯੂਨਿਟਸ ਦੇ ਵਿੱਚ ਤੋੜ ਉਹਨੂੰ ਆਪਾਂ ਕੀ ਬੋਲਦੇ ਨੇ ਆ ਥ੍ਰੈਡ ਬੋਲਦੇ ਨੇ ਆ ਸਿੰਗਲ ਥ੍ਰੈਡ ਵੀ ਉਸ ਦਾ ਮਲਟੀ ਥ੍ਰੈਡ ਵੀ ਉਸ ਦਾ ਸੋ ਫਿਰ ਮਾਈਕਰੋ ਕਰਨਲ ਕੀ ਹੁੰਦਾ ਮਾਈਕਰੋ ਕਰਨਲ ਸਮਝਦੇ ਆ ਮਲਟੀ ਥ੍ਰੈਡਿੰਗ ਸਮਝ ਆ ਗਈ ਆਪਸ਼ਨ ਕਿ ਮਲਟੀ ਥ੍ਰੈਡੇਡ ਯੈਸ ਮਲਟੀ ਥ੍ਰੈਡੇਡ ኦਪਰੇਟਿੰਗ ਸਿਸਟਮ ਵੀ ਹੁੰਦਾ ਆਨਸਰ ਨਹੀਂ ਹੈਗਾ ਇਹ ਉਹੀ ਟਿਕ ਲਾਇਆ ਵਾ ਠੀਕ ਹੈ ਅੱਗੇ ਆ ਗਿਆ ਮਾਈਕਰੋ ਕਰਨਲ ਕਿਉਂ ਕਿਉਂਕਿ ਇੱਕ ਮਾਈਕਰੋ ਕਰਨਲ ਸੀ ਸਭ ਤੋਂ ਪਹਿਲਾਂ ਕਰਨਲ ਸਮਝਦੇ ਆਪਾਂ ਕਰਨਲ ਇਜ਼ ਅ ਕੋਰ ਪਾਰਟ ਆਫ ਅਪਰੇਟਿੰਗ ਸਿਸਟਮ ਥੈਟ ਮੈਨੇਜਸ ਦੀ ਸਿਸਟਮ ਰਿਸੋਰਸ ਆਪਾਂ ਨੂੰ ਪਤਾ ਇੱਕ ਆਪਰੇਟਿੰਗ ਸਿਸਟਮ ਹੁੰਦਾ ਹੈ ਹਨਾ ਇੱਕ ਆਪਰੇਟਿੰਗ ਸਿਸਟਮ ਹੁੰਦਾ ਤੇ ਇੱਕ ਆਪਰੇਟਿੰਗ ਸਿਸਟਮ ਦੇ ਅੰਡਰ ਕਰਨਲ ਹੁੰਦਾ ਜਿਵੇਂ ਆਪਾਂ ਕਹਿ ਦਈਏ ਸਟੇਟ ਦੀ ਗਵਰਨਮੈਂਟ ਆਪਣੇ ਪੰਜਾਬ ਦੀ ਗਵਰਨਮੈਂਟ ਹੈ ਪੰਜਾਬ ਦੀ ਗਵਰਨਮੈਂਟ ਦੇ ਵਿੱਚ ਮੰਤਰੀ ਵੀ ਨੇ ਹਨਾ ਕੈਬਨਟ ਮਨਿਸਟਰਸ ਨੇ ਤੇ ਸੀਐਮ ਐ ਤੇ ਉਹਨਾਂ ਸਾਰਿਆਂ ਦੇ ਵਿੱਚੋਂ ਮੇਨ ਹੁੰਦਾ ਰੋਲ ચીਫ ਸੈਕਟਰੀ ਦਾ ચીਫ ਸੈਕਟਰੀ ਸੈਂਟਰ ਗਵਰਨਮੈਂਟ ਦਾ ਵੀ ਹੁੰਦਾ ਤੇ ਸਟੇਟ ਦਾ ਵੀ ਜਿਹੜਾ ਕਿ ਆਫੀਸਰ ਹੁੰਦਾ ਹੈ ਹਨਾ ਬਿਊਰੋਕ੍ਰੇਟਸੀ ਨੂੰ ਆਪਾਂ ਬੋਲਦੇ ਹਾਂ ਤੁਸੀਂ ਪੜਿਆ ਵੀ ਹੋਣਾ ਉਹ ਬੰਦਾ ਸਾਰੀ ਬਾਡੀ ਨੂੰ ਮੈਨੇਜ ਕਰਦਾ ਸਾਰੀਆਂ ਉਹ ਬਿਊਰੋਕ੍ਰੇਟਸ ਦਾ ਹੈੱਡ ਹੁੰਦਾ ਉਹਦੇ ਜੁਮੇ ਹੁੰਦਾ ਹੁਣ 5 ਸਾਲਾਂ ਬਾਅਦ ਮੁੱਖ ਮੰਤਰੀ ਬਦਲ ਜਾਂਦਾ ਨਵਾਂ ਮੁੱਖ ਮੰਤਰੀ ਆਉਂਦਾ ਉਹਨੂੰ ਥੋੜਾ ਪਤਾ ਹੁੰਦਾ ਵੀ ਕੀ ਹੋ ਰਿਹਾ ਉਹ ਹੋ ਵਿੱਚ ਪਾਣੀ ਕੀ ਟੈਂਕੀ ਕੀ ਭਰ ਗਈ ਹੈ ਕਿਰਪਾ ਮੋਟਰ ਬੰਦ ਕਰੇ ਹੁਣ ਪਤਾ ਨਹੀਂ ਚਲੋ ਮਾੜਾ ਮੋਟਾ ਸੁਣੀ ਜਾਣ ਦੇ ਵਿੱਚ ਕੁਝ ਨਹੀਂ ਹੁੰਦਾ ਹੈਨਾ ਕੀ ਧਿਆਨ ਭਟਕਦਾ ਰੋਕ ਦਿਆਂ ਚਲ ਦੇ ਇੱਕ ਮਿੰਟ ਰੁਕ ਜਾਨੇ ਆਪਾਂ ਹੋ ਗਈ ਹੋ ਗਈ ਹੋ ਗਈ ਬੰਦ ਸੋ ਆਪਾਂ ਗੱਲ ਕਰ ਰਹੇ ਸੀ ਕਾਰਨਲ ਬਾਰੇ ਤੇ ਇੱਕ ਸੀਐਮ ਦਾ ਇੱਕ ਸਟੇਟ ਦਾ ਹੁੰਦਾ ਹੈ ਸੀਐਮ ਸੀਐਮ ਹੁੰਦਾ ਜਿਹੜਾ ਉਹ ਮਤਲਬ ਕਿ ਹਾਇਰ ਅਥਾਰਟੀ ਹੁੰਦੀ ਹੈ ਬਟ ਆਫੀਸਰ ਹੁੰਦਾ ਕਿ ਚੀਫ ਸੈਕਟਰੀ ਜਿਹੜਾ ਸਾਰਾ ਕੰਟਰੋਲ ਕਰਦਾ ਹੈ 5 ਸਾਲਾਂ ਬਾਅਦ ਮੁੱਖ ਮੰਤਰੀ ਬਦਲ ਜਾਂਦਾ ਉਹਨੂੰ ਥੋੜਾ ਪਤਾ ਕੀ ਕੰਮ ਕਰਨਾ ਹੈ ਪਿੱਛੇ ਕੀ ਹੋ ਗਿਆ ਕੀ ਪਾਲਿਸੀਜ਼ ਨੇ ਜਿਵੇਂ ਹੁਣ ਭਗਵੰਤ ਮਾਨ ਆਪਣੇ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਉਹ ਹਵਾਜ ਤੀਰ ਚਲਾਈ ਗਿਆ ਪਰ ਜਦੋਂ ਅਸਲੀਅਤ 'ਚ ਜਾ ਕੇ ਪਤਾ ਲੱਗਿਆ ਬਿਊਰੋਕਰੇਟਸ ਨੇ ਅਸੇ ਵੀ ਐਂ ਕੰਮ ਚੱਲਦਾ ਹੈ ਹੁਣ ਉਹ ਆਪਦੀਆਂ ਗੱਲਾਂ ਦੇ ਝੂਠਾ ਪੈ ਗਿਆ ਹਨਾ ਸੋ ਇਹੀ ਹੁੰਦਾ ਸੋ ਕਰਨਲ ਵੀ ኦਪਰੇਟਿੰਗ ਸਿਸਟਮ ਦਾ ਮੇਨ ਪਾਰਟ ਹੁੰਦਾ ਹੈ ਕੋਰ ਪਾਰਟ ਹੁੰਦਾ ਹੈ ਜਿਹੜਾ ਕੀ ਕਰਦਾ ਹੈ ਮੈਨੇਜ ਕਰਦਾ ਹੈ ਸਿਸਟਮ ਨੂੰ ਇਟ ਇਜ਼ ਅ ਸੈਂਟਰਲ ਕੰਪੋਨੈਂਟ ਆਫ ਹਾਸਟ दैट ਹੈਂਡਲ ది ਸਿਸਟਮ ਰਿਸੋਰਸ ਦੀ ਮਾਈਕਰੋ ਕਰਨਲ ਇਜ਼ ਵਨ ਆਫ ਦੀ ਕਰਨਲ ਕਲਾਸੀਫਿਕੇਸ਼ਨ ਕਹਿੰਦਾ ਮਾਈਕਰੋ ਕਰਨਲ ਇੱਕ ਆਪਰੇਟਿੰਗ ਸਿਸਟਮ ਦੀ ਟਾਈਪ ਹੈ ਜਿਹੜਾ ਕਿ ਹੈਂਡਲ ਕਰਦਾ ਆਲ ਸੋਰਸਸ ਨੂੰ ਤਾਂ ਕਰਕੇ ਇਹ ਆਪਰੇਟਿੰਗ ਸਿਸਟਮ ਹੁੰਦਾ ਤੇ ਜਿਹੜਾ ਡੀ ਹੈ ਮਿਨੀ ਕਰਨਲ ਇਹ ਨਹੀਂ ਹੁੰਦਾ ਮਾਈਕਰੋ ਹੁੰਦਾ ਠੀਕ ਹੈ ਅਗਲਾ ਕੁਐਸਚਨ ਹੈਗਾ ਵਿਚ ਆਫ ਦੀ ਫਾਲੋਇੰਗ ਆਰ ਦੋਜ਼ ਕੰਪੋਨੈਂਟ ਥੈਟ ਸਮਰਾਈਜ਼ ਦੀ ਹੋਲ ਜੇਮਟ ਕੀ ਬੋਲਦਾ ਹੈ ਜੇਮਟ ਆਫ ਸੋਸ਼ਲ ਮੀਡੀਆ ਗੈਮਟ ਸੌਰੀ ਗੈਮਟ ਹੈ ਜੇਮਟ ਨਹੀਂ ਹੈਗਾ ਯਾਰ ਕਿੰਨਾ ਵਿਚ ਆਫ ਦੀ ਫੋਲੋਇੰਗ ਆਰ ਦੋਸ ਕੰਪੋਨੈਂਟਸ ਥੈਟ ਸਮਰਾਇਜ਼ ਦੀ ਹੋਲ ਜੇਮਟ ਆਫ ਸੋਸ਼ਲ ਮੀਡੀਆ ਕਹਿੰਦਾ ਸੋਸ਼ਲ ਮੀਡੀਆ ਜੇਮਟ ਦਾ ਮਤਲਬ ਹੁੰਦਾ ਆਲ ਐਕਟੀਵਿਟੀ ਕੰਪਲੀਟ ਰੇਂਜ ਆਫ ਸਕੋਪ ਆਫ ਸਮਥਿੰਗ ਸੋਸ਼ਲ ਮੀਡੀਆ ਦੀ ਪੂਰੀ ਚੀਜ਼ ਨੂੰ ਕੀ ਐਕਸਪਲੇਨ ਕਹੜੇ ਚ ਸਮਾਇਆ ਜਾ ਸਕਦਾ ਹੈ ਇੰਟਰਨੈਟ ਬੇਸਡ ਹੈ ਬਿਲਕੁਲ ਠੀਕ ਹੈ ਡਿਸੈਂਟਰਡ ਪਰਸਿਸਟੈਂਟ ਚੈਨਲ ਪਰਸਿਸਟੈਂਟ ਹੁੰਦਾ ਕਿੰਨਾ ਲੰਮਾ ਸਮਾਂ ਅਸੀਂ ਪ੍ਰਸਤ ਕਰ ਸਕਦੇ ਹਾਂ ਡਿਸੈਂਟਰਡ ਟਰੈਂਸ ਟਰੈਂਸ ਦੇ ਹੁਣ ਟਰੈਂਸ ਹੁੰਦਾ ਹੈ ਮਤਲਬ ਕੋਈ ਨੀਂਦ ਚ ਸੁੱਤਾ ਪਿਆ ਡਿਸੈਂਟਰੈਂਟ ਨੀਂਦ ਚ ਸੁੱਤੇ ਪਏ ਨੂੰ ਜਗਾਉਣਾ ਤਾਂ ਦੇਖ ਵੀ ਲੋ ਲਿਖਿਆ ਵੀ ਹੋਇਆ ਮੈਂ ਟਰੈਂਸ ਹੁੰਦਾ ਕੋਈ ਬੰਦਾ ਲੇਜੀ ਤੇ ਡਿਸੈਂਟਰੈਂਟ ਉਹਨੂੰ ਜਗਾਉਣਾ ਤਾਂ ਸੋਸ਼ਲ ਮੀਡੀਆ ਫੇਰ ਹੀ ਚੱਲੂਗਾ ਨਾ ਜੇ ਥੋੜੇ ਥੋੜੇ ਸਮੇਂ ਬਾਅਦ ਅਸੀਂ ਅਪਡੇਟ ਕਰਦਾ ਰਹੀਏ ਮੈਂ ਵੀਡੀਓ ਬਣਾ ਕੇ 2 ਸਾਲ ਵੀਡੀਓ ਇਹ ਨਾ ਪਾਵਾਂ ਤਾਂ ਫਿਰ ਅੱਗੇ ਨਹੀਂ ਆਊਗਾ ਕੰਮ ਨਹੀਂ ਚੱਲੂਗਾ ਸੋਸ਼ਲ ਮੀਡੀਆ ਪਲੈਟਫਾਰਮ ਨੀਡਸ ਕੰਟੀਨਿਊਸ ਅਪਡੇਟਸ ਐਂਡ ਪਰਸਿਸਟੈਂਟ ਚੈਨਲ ਹੋਣਾ ਚਾਹੀਦਾ ਹੈ ਉਹ ਲੌਂਗ ਲਾਸਟਿੰਗ ਠੀਕ ਹੈ ਪਰਸੀਵਡ ਇੰਟਰਐਕਟਿਵਿਟੀ ਪਰਸੀਵਡ ਇੰਟਰਐਕਟਿਵਿਟੀ ਹੈ ਮਤਲਬ ਕਿ ਜਿਹੜੇ ਕੰਜ਼ਿਊਮਰ ਨੇ ਜਾਂ ਵਿਊਅਰਜ਼ ਨੇ ਉਹਨਾਂ ਦੇ ਲਈ ਇੰਗੇਜਮੈਂਟ ਦੇ ਕਿਹੜੇ-ਕਿਹੜੇ ਤਰੀਕੇ ਹੋ ਸਕਦੇ ਨੇ ਤਾਂ ਇਹ ਫਿਰ ਤਿੰਨੋਂ ਹੀ ਚੀਜ਼ਾਂ ਠੀਕ ਨੇ ਤਾਂ ਆਨਸਰ ਏ ਹੈ ਠੀਕ ਹੈ ਥੋੜਾ ਜਿਹਾ ਔਖਾ ਜਿਹਾ ਸੀਗਾ ਜਿੱਥੇ ਐਂ ਜੇ ਹੋਵੇ ਉੱਥੇ ਮੋਸਟਲੀ ਸਾਰੇ ਹੀ ਹੁੰਦੇ ਨੇ ਐਂ ਤਾਂ ਨਹੀਂ ਆਪਾਂ ਕਹਿੰਦੇ ਵੀ 100% ਸਾਰੇ ਹੁੰਦੇ ਨੇ 70 80% ਆਲ অপਸ਼ਨ ਵਾਲੇ ਹੁੰਦੇ ਨੇ ਅਗਲਾ ਕੁਐਸਚਨ ਵੀ ਥੋੜਾ ਜਿਹਾ ਟੇਡਾ ਹੈ ਵਿੱਚੋਂ ਦੀ ਫੋਲੋਇੰਗ ਕੋਡਸ ਹੈਵ देयर ਡਿਸਕ੍ਰਿਪਸ਼ਨ ਇਨ VOIP ਇਜ਼ ਕਰੈਕਟ VOIP ਕਹਿੰਦਾ ਕਿਹੜੇ ਇਹ ਲਿਖਿਆ ਚੋਂ ਠੀਕ ਹੈ ਜੀ 726 ਪਹਿਲਾਂ ਆਪਾਂ 343 ਪੜਿਆ ਸੀ ਸ਼ਾਇਦ H343 VUIP ਦੇ ਵਿੱਚ ਇਹ ਸਟੈਂਡਰਡ ਨੇ ਵੱਖੋ ਵੱਖਰੇ ਕਹਿੰਦਾ ਜੀ 726 ਅਡਾਪਟਿਵ ਡਿਫਰੈਂਸ਼ੀਅਲ ਪਲਸ ਕੋਡ ਮੋਡੂਲੇਸ਼ਨ ਇਹ ਪਲਸ ਕੋਡ ਮੋਡੂਲੇਸ਼ਨ ਹੁੰਦੀ ਹੈ ਦੇਖੋ ਪਲਸ ਕੋਡ ਮੋਡੂਲੇਸ਼ਨ ਉਹਦੇ ਵਿੱਚ ਹੀ ਅਡਾਪਟਿਵ ਡਿਫਰੈਂਸ਼ੀਅਲ ਤੇ ਇਕੱਲੀ ਡਿਫਰੈਂਸ਼ੀਅਲ ਪਲਸ ਕੋਡ ਮੋਡੂਲੇਸ਼ਨ ਵੀ ਹੁੰਦੀ ਹੈ ਇਹ ਪਲਸ ਕੋਡ ਮੋਡੂਲੇਸ਼ਨ ਕਾਦੇ ਲਈ ਹੁੰਦੀ ਹੈ ਇਹ ਵੌਇਸ ਦੀ ਕੰਪ੍ਰੈਸ਼ਨ ਤੇ ਡੀ ਕੰਪ੍ਰੈਸ਼ਨ ਦੇ ਲਈ ਹੁੰਦੀ ਆਪਾਂ ਵੌਇਸ ਭੇਜ ਰਹੇ ਆ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਟੈਲੀਫੋਨ ਦੇ ਵਿੱਚ ਇਹ ਮੈਥਡ ਨੇ ਐਜ਼ ਇਟ ਇਜ਼ ਸਿੱਧੀ ਨਹੀਂ ਚੱਲ ਜਾਂਦੀ ਉਹਨੂੰ ਪੈਕਪੂਕ ਕਰਕੇ ਡਿਜੀਟਲ ਨੂੰ ਐਨਲੌਗਸ ਕਨਵਰਟ ਕਰਕੇ ਫਿਰ ਉਸ ਦੀ ਕੰਪ੍ਰੈਸ਼ਨ ਕੀਤੀ ਜਾਂਦੀ ਹੈ ਰਿਸਿਵਰ ਸਾਈਡ ਤੇ ਉਹਦੀ ਡੀ ਕੰਪ੍ਰੈਸ਼ਨ ਹੁੰਦੀ ਹੈ ਠੀਕ ਹੈ ਕੰਪ੍ਰੈਸ਼ਨ ਐਂਡ ਡੀ ਕੰਪ੍ਰੈਸ਼ਨ ਹੈ ਨਾ ਡੀ ਕੰਪਰੈਸ ਕਰਨਾ ਸੋ ਉਹ ਸਾਰਾ ਕਿਹਦੇ ਅੰਡਰ ਆਉਂਦਾ ਹੈ ਪਲਸ ਕੋਡ ਮੋਡੂਲੇਸ਼ਨ ਦੇ ਤਈ ਆਪਾਂ ਯਾਦ ਰੱਖਣਾ ਕਿ G776 ਜਿਹੜਾ ਇਹ ਐਡਾਪਟਿਵ ਪਲਸ ਕੋਡ ਮੋਡੂਲੇਸ਼ਨ ਯੂਜ਼ ਕਰਦਾ ਤੇ ਇੱਕ ਸਟੈਂਡਰਡ ਹੋਰ ਹੈ H.261 अर्ली ਵੀਡੀਓ ਕੋਡ ਫੋਰ ਜਿਹਦੀ ਸਪੀਡ ਹੈ P64 KBPS ਇਹ ਆਪਾਂ ਦੇਖ ਲੈ ਜਿਆਦਾ ਹੀ ਰੱਖਣੀਆਂ ਪੈਣੀਆਂ ਚੀਜ਼ਾਂ G726 ਦੇ ਵਿੱਚ G771 ਤੇ G772 ਵੀ ਹੁੰਦੇ ਨੇ G726 ਹੈ ਜਿਹੜਾ ITU ਹੁੰਦਾ ਟੈਲੀਕਾਮਿਊਨੀਕੇਸ਼ਨ ਸਟੈਂਡਰਡ ਸੈਕਟਰ ਹੈ ਇਹ ਸਪੀਚ ਕੰਪਰੈਸ਼ਨ ਤੇ ਡੀਕੰਪਰੈਸ਼ਨ ਦੇ ਲਈ ਯੂਜ਼ ਕੀਤਾ ਜਾਂਦਾ ਠੀਕ ਹੈ ਇਹ ਡਿਜੀਟਲ ਟਰਾਂਸਮਿਸ਼ਨ ਸਿਸਟਮ ਦੇ ਵਿੱਚ ਐਨਲੌਗ ਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਨ ਦੇ ਲਈ ਵਰਤਿਆ ਜਾਂਦਾ ਹੈ ਤੇ ਇਹ ਐਡਪਟਿਵ ਡਿਫਰੈਂਸ਼ੀਅਲ ਕੋਡ ਪਲਸ ਮੋਡੂਲੇਸ਼ਨ ਯੂਜ਼ ਕਰਦਾ ਹੈ ਵੌਇਸ ਰੇਟ ਹੁੰਦਾ 16 24 32 ਤੇ 48 kbps ਸੋ ਬਸ ਯਾਦ ਹੀ ਰੱਖ ਲਿਓ ਯਾਰ ਔਖਾ ਥੋੜਾ ਜਿਹਾ ਹੈ ਨਾ ਤੇ ਇਹਦੇ ਵਿੱਚ 64 ਹੁੰਦਾ ਹੈ h2 64 ਦੇ ਵਿੱਚ ਸੋ ਇਹਦਾ ਡੀ ਆਨਸਰ ਹੈ ਇਹੋ ਜਿਹੇ ਕੁਐਸਚਨ ਜਿਹੜੇ ਔਖੇ ਨੇ ਇਹਨਾਂ ਤੇ ਮੱਥਾ ਮਾਰਨ ਦੀ ਬਜਾਏ ਦਾ ਆਨਸਰ ਯਾਦ ਰੱਖ ਲਿਓ ਇਹ ਚੀਜ਼ਾਂ ਲਿਖ ਲਿਓ ਕਿ ਜੇ ਇਹ ਆ ਗਿਆ ਤਾਂ ਫਿਰ ਇਹ ਚੱਕ ਦੇ ਕੇ ਫਟੇ ਅਗਲਾ ਕੁਐਸਚਨ ਹੈ ਦੇਖੋ ਇਹ ਇਹ ਕੁਐਸਚਨ ਹੈਗਾ ਲੈਂਗੁਏਜ ਦਾ ਆਪਣੇ ਬੇਸਿਕ ਦੇ ਵਿੱਚ ਐਵੇਂ ਦਾ ਨਹੀਂ ਆਊਗਾ ਪਰ ਮੈਂ ਫਿਰ ਵੀ ਕਰਾ ਦੇਣਾ ਤੁਹਾਨੂੰ ਕਿਉਂਕਿ ਇਹ ਵਧੀਆ ਕੁਐਸਚਨ ਹੈ ਤੁਹਾਨੂੰ ਸਮਝ ਆ ਜੂਗੀ ਗੱਲ ਧਿਆਨ ਨਾਲ ਦੇਖਿਓ ਇਹਨੂੰ ਛੱਡਣਾ ਨਹੀਂ ਆਪਾਂ ਕਹਿੰਦਾ ਵਿੱਚੋਂ ਦੀ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ ਦੇਖੋ ਇਹਨੂੰ ਡਾਰਕ ਕਰ ਲੈਣਾ ਕਿਉਂਕਿ ਉਹਨੇ ਪੁੱਛਿਆ ਗਲਤ ਹੈ ਆਪਣੇ ਤੋਂ ਠੀਕ ਨਹੀਂ ਪੁੱਛਿਆ ਪਹਿਲਾ ਆਪਸ਼ਨ ਹੈਗਾ ਜਵਾਵਾ ਸਕ੍ਰਿਪਟ ਲੈਕਸ ਦੀ ਕੰਪਲੈਕਸਿਟੀ ਆਫ ਪ੍ਰੋਗਰਾਮਿੰਗ ਸਕਿੱਲ ਪਹਿਲਾਂ ਤਾਂ ਲੈਕਸ ਬਾਰੇ ਪਤਾ ਹੋਣਾ ਚਾਹੀਦਾ ਆਪਰ ਨੂੰ ਲੈਕ ਹੁੰਦਾ ਹੈ this state of being without or not having the and something lacks मतलब not having ਕਹਿੰਦਾ ਜਾਵਾ ਸਕ੍ਰਿਪਟ not having the ਕੰਪਲੈਕਸਿਟੀ ਆਫ ਪ੍ਰੋਗਰਾਮਿੰਗ ਸਕਿੱਲ ਜਾਵਾ ਸਕ੍ਰਿਪਟ ਦੇ ਵਿੱਚ ਕਹਿੰਦਾ ਇੰਨੀ ਕੰਪਲੈਕਸਿਟੀ ਨਹੀਂ ਹੁੰਦੀ ਜਿੰਨੀ ਪ੍ਰੋਗਰਾਮਿੰਗ ਸਕਿੱਲ ਦੇ ਵਿੱਚ ਹੁੰਦੀ ਹੈ ਇਹ ਗੱਲ ਠੀਕ ਹੈ ਵੀ ਇੰਨੀ ਕੰਪਲੈਕਸ ਨਹੀਂ ਹੁੰਦੀ ਇੰਟਰਨੈਟ ਐਕਸਪਲੋਰਰ ਡਸ ਨਾਟ ਸਪੋਰਟ ਐਕਟਿਵ ਐਕਸ ਟੈਕਨੋਲੋਜੀ ਇਹ ਗਲਤ ਹੈ ਕਿਉਂ ਕਿ ਕਿਉਂਕਿ ਐਕਟਿਵ ਐਕਸ ਟੈਕਨੋਲੋਜੀ ਤਾਂ ਬਣੀ ਇੰਟਰਨੈਟ ਐਕਸਪਲੋਰਰ ਵਾਸਤੇ ਹੈ ਐਕਟਿਵ ਐਕਸ ਟੈਕਨੋਲੋਜੀ ਹੁੰਦੀ ਕਾਦੇ ਵਾਸਤੇ ਇੱਕ ਵੈਬ ਬ੍ਰਾਊਜ਼ਰ ਆਪਣੇ ਕੋਲੇ ਇੰਟਰਨੈਟ ਐਕਸਪਲੋਰਰ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਮਬੈਡ ਕਰਨੀਆਂ ਉਹਦੇ ਵਿੱਚ ਵੀਡੀਓ ਵੀ ਚੱਲੇ ਕਈ ਵਾਰੀ ਆਪਾਂ ਨੂੰ ਪਤਾ ਨਾ ਕਿਸੇ ਬ੍ਰਾਊਜ਼ਰ ਦੇ ਵਿੱਚ ਕੋਈ ਚੀਜ਼ ਚੱਲਦੀ ਨਹੀਂ ਹੁੰਦੀ ਉਹ ਸਪੋਰਟ ਨਹੀਂ ਕਰਦਾ ਤਾਂ ਉੱਥੇ ਫਿਰ ਐਕਟਿਵ ਐਕਸ ਟੈਕਨੋਲੋਜੀ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਹੁੰਦੀ ਠੀਕ ਹੈ ਸੋ ਇੰਟਰਨੈਟ ਐਕਸਪਲੋਰਰ ਦੇ ਵਿੱਚ ਸਾਰੀਆਂ ਚੀਜ਼ਾਂ ਆਡੀਓ ਵੀਡੀਓ ਫੋਟੋਆਂ ਚੰਗੀ ਤਰ੍ਹਾਂ ਖੁੱਲਣਾ ਐਚਡੀ ਚੀਜ਼ਾਂ ਚੱਲਣਾ ਉਹਦੇ ਲਈ ਐਕਟਿਵ ਐਕਸ ਟੈਕਨੋਲੋਜੀ ਬਣੀ ਹੈ ਤਾਂ ਆਨਸਰ ਤਾਂ ਇਹ ਆ ਜਾਵਾ ਇਸ অপারেটিং ਸਿਸਟਮ ਇੰਡੀਪੈਂਡੈਂਟ ਇਹ ਬਿਲਕੁਲ ਠੀਕ ਹੈ ਜਾਵਾ ਜਿਹੜੀ ਹੈ অপারেটিং ਸਿਸਟਮ ਤੇ ਡਿਪੈਂਡ ਨਹੀਂ ਕਰਦੀ ਕੋਈ ਵੀ ਲੈਂਗੁਏਜ ਜੇਕਰ অপারেটিং ਸਿਸਟਮ ਤੇ ਡਿਪੈਂਡੈਂਟ ਤਾਂ ਕਹੀ ਜਾਊਗੀ ਜੇ ਆਪਾਂ ਵਿੰਡੋ ਦੇ ਵਿੱਚ ਕੋਈ ਕੋਡ ਲਿਖਤਾ ਉਹ ਵਿੰਡੋ ਜੀ ਚੱਲੇ ਕਿਸੇ ਹੋਰ অপারেটিং ਸਿਸਟਮ ਦੇ ਵਿੱਚ ਨਾ ਚੱਲੇ ਤਾਂ ਉਹਨੂੰ অপারেটিং ਸਿਸਟਮ ਡਿਪੈਂਡੈਂਟ ਕਹਾਂਗੇ ਜਿਵੇਂ ਸੀ ਤੇ ਸੀ ਪਲੱਸ ਪਲੱਸ ਦਾ ਕੋਡ ਹੈ ਇਹ OS ਡਿਪੈਂਡੈਂਟ ਹੈ ਕਿਉਂਕਿ ਇਹਦੇ ਵਿੱਚ .exe ਨਾਮ ਦੀ ਫਾਈਲ ਚੱਲਦੀ ਹੈ ਤੇ .exe ਫਾਈਲ ਹੈ ਜਿਹੜੀ ਵਿੰਡੋਜ਼ ਹੀ ਚੱਲਦੀ ਹੈ ਠੀਕ ਹੈ ਤਾਂ ਇਹ ਗੱਲ ਠੀਕ ਹੈ ਕਿ ਉਹ ਇੰਡੀਪੈਂਡੈਂਟ ਹੈ ਬਟ ਜਾਵਾ ਵਰਚੁਅਲ ਮਸ਼ੀਨ ਹੈ ਜਿਹੜੀ ਉਹ OS ਡਿਪੈਂਡੈਂਟ ਹੈ OS ਡਿਪੈਂਡੈਂਟ ਕਈ ਵਾਰ ਬਿੰਗਰ ਜਿਹੜਾ ਇਹ ਪੁੱਛ ਲੇ ਜਾਵਾ ਇਜ਼ ਅ OS ਇੰਡੀਪੈਂਡੈਂਟ ਜਾਵਾ ਵਰਚੁਅਲ ਮਸ਼ੀਨ ਇਜ਼ ਅ OS ਇੰਡੀਪੈਂਡੈਂਟ ਸੌਰੀ ਜਾਵਾ ਵਰਚੁਅਲ ਜਾਵਾ ਇਜ਼ OS ਇੰਡੀਪੈਂਡੈਂਟ ਜੇਵੀਐਮ ਇਜ਼ ਅ OS ਡਿਪੈਂਡੈਂਟ ਅਗਲਾ ਹੈ ਐਕਟਿਵ ਐਕਸ ਸਪੋਰਟਸ 올 ਫੀਚਰ ਆਫ ਇੰਟਰਨੈਟ ਇਹ ਠੀਕ ਹੈ ਕਿ ਜਿੰਨੇ ਵੀ ਇੰਟਰਨੈਟ ਤੇ ਤੇ ਫੀਚਰ ਨੇ ਜਿਵੇਂ ਗਿਫਟ ਹੈ ਐਨੀਮੇਸ਼ਨ ਹੈ ਵੀਡੀਓ ਆਡੀਓ ਸਾਰੀਆਂ ਚੀਜ਼ਾਂ ਐਕਟਿਵ ਐਕਸ ਟੈਕਨੋਲੋਜੀ ਡਿਸਪਲੇ ਕਰਦੀਆਂ ਤਾਂ ਤੁਸੀਂ ਸਕਰੀਨਸ਼ਾਟ ਲੈਣਾ ਲੈ ਸਕਦੇ ਹੋ ਇਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਵਾਵਾ ਸਕ੍ਰਿਪਟ ਹੈ ਕੀ ਜਵਾਵਾ ਸਕ੍ਰਿਪਟ ਇਜ਼ ਸਕ੍ਰਿਪਟਿੰਗ ਔਰ ਪ੍ਰੋਗਰਾਮਿੰਗ ਲੈਂਗੁਏਜ ਦੈਟ ਅਲਾਉ ਯੂ ਟੂ ਇੰਪਲੀਮੈਂਟ ਕੰਪਲੈਕਸ ਫੀਚਰ ਔਨ ਵੈਬ ਪੇਜ ਲਾਈਕ ਡਿਸਪਲੇਇੰਗ ਟਾਈਮਲੀ ਕੰਟੈਂਟ ਅਪਡੇਟ ਉਸជា ਅਪਡੇਟ ਨਹੀਂ ਹੋ ਰਹੀਆਂ ਹੁੰਦੀਆਂ ਇੱਕ ਪੇਜ ਖੋਲਦੇ ਆ ਪਾਉਦੇ ਤੇ ਨਾਲ ਦੀ ਨਾਲ ਚੀਜ਼ਾਂ ਐਨੀਮੇਸ਼ਨਾਂ ਜਾਂ ਚੱਲ ਰਹੀਆਂ ਹੁੰਦੀਆਂ ਨੇ ਉੱਥੇ ਫਿਰ ਜਵਾਵਾ ਸਕ੍ਰਿਪਟ ਚੱਲਦੀ ਹੈ ਇੰਟਰਐਕਟਿਵ ਮੈਪਸ ਹੁੰਦੇ ਨੇ ਐਨੀਮੇਟਡ 2D 3D ਗ੍ਰਾਫਿਕ ਸਕਰੋਲਿੰਗ ਵੀਡੀਓ ਜੋਕ ਬਾਕਸ ਹੁੰਦੇ ਨੇ ਜਿਵੇਂ ਆ ਚੀਜ਼ਾਂ ਦੇਖੋ ਤੇ ਇਹ ਚੀਜ਼ ਇਕੱਲੇ ਆਪਾਂ ਕਹਿ ਦਈਏ ਬ੍ਰਾਊਜ਼ਰ ਤੇ ਨਹੀਂ ਹੋ ਸਕਦੀ ਇਹਨੂੰ ਕੌਣ ਕਰਾ ਰਿਆ ਬੁੜਕ ਜਿ ਕਿਦੇ ਨਾਲ ਰਹੀ ਹੈ ਇਹ ਇਹਦੇ ਜਵਾਵਾ ਸਕ੍ਰਿਪਟ ਦਾ ਕੋਡ ਲੱਗਿਆ ਹੋਇਆ ਠੀਕ ਹੈ ਅਦਰਵਾਈਜ਼ ਇਹ ਮੂਵਮੈਂਟ ਨਹੀਂ ਹੋਣੀ ਸੀ ਇੰਟਰਐਕਟਿਵਿਟੀ ਵਾਲੀ ਤਾਂ ਐਕਟਿਵ ਐਕਸ ਕੀ ਹੈ ਮਾਈਕਰੋਸਾਫਟ ਦੁਆਰਾ ਡਿਵੈਲਪ ਕੀਤੀ ਹੋਈ ਹੈ ਇੰਟਰਨੈਟ ਐਕਸਪਲੋਰਰ ਵਾਸਤੇ ਟੂ ਫੈਸਿਲੀਟ ਰਿਚ ਮੀਡੀਆ ਪਲੇਬੈਕ ਰਿਚ ਮੀਡੀਆ ਜਿਵੇਂ ਆਡੀਓ ਵੀਡੀਓ ਸਾਰਾ ਐਨੀਮੇਸ਼ਨ ਵਗੈਰਾ ਠੀਕ ਹੈ ਇੰਟਰਨੈਟ ਐਕਸਪਲੋਰਰ ਯੂਜ਼ ਐਕਟਿਵ ਐਕਸ ਸੌਫਟਵੇਅਰ ਫਰੇਮਵਰਕ ਟੂ ਲੋਡ ਅਦਰ ਐਪਲੀਕੇਸ਼ਨ ਇਨ ਦਾ ਬ੍ਰਾਊਜ਼ਰ ਐਕਟਿਵ ਐਕਸ ਕੰਟਰੋਲ ਹੁੰਦੇ ਨੇ ਜਿਹੜੇ ਇਹ ਜਾਵਾ ਐਪਲੇਟਸ ਵਾਂਗੂ ਹੀ ਹੁੰਦੇ ਨੇ ਜਿਵੇਂ ਜਾਵਾ ਐਪਲੇਟਸ ਵੀ ਨੇ ਜਾਵਾ ਐਪਲੇਟ ਕੋਈ ਅਸੀਂ ਐਪ ਡਿਵੈਲਪ ਕਰਦੇ ਆਂ ਹਨੇ ਮੋਬਾਈਲ ਦੀਆਂ ਐਪ ਐਂਡਰੋਇਡ ਦੀਆਂ ਉਹ ਜਾਵਾ ਐਪਲੀਕੇਟਸ ਦੇ ਵਿੱਚ ਬਣਦੀਆਂ ਨੇ ਜਿਸ ਸੀ ਜਾਵਾ ਲੈਂਗੁਏਜ ਬਣਾ ਬਣਾਵਾਂਗੇ ਠੀਕ ਹੈ ਸੋ ਇਹੀ ਸੀਗਾ ਫਿਰ ਆ ਗਿਆ HTML ਇਹ ਵੀ ਨਾਲ ਲੱਗਦੀ ਗੱਲ ਆ ਦੱਸ ਦਿੰਨਾ HTML ਇੱਕ ਮਾਰਕਅਪ ਲੈਂਗੁਏਜ ਐ ਜਿਹੜੀ ਕਿ ਡਿਫਾਈਨ ਕਰਦੀ ਐ ਪੈਰਾਗ੍ਰਾਫ ਡਿਫਾਈਨਿੰਗ ਪੈਰਾਗ੍ਰਾਫ ਹੈਡਿੰਗ ਐਂਡ ਡੇਟਾ ਟੇਬਲਸ ਜਿਹੜੀ मीनिंग ਦਿੰਦੀ ਐ ਆਵਰ ਵੈਬ ਕੰਟੈਂਟ ਨੂੰ ਡੇਟਾ ਅਸੀਂ ਲਿਖ ਲਿਆ ਮੰਨ ਲਓ ਤਿੰਨ ਪੇਜਾਂ ਦਾ ਡੇਟਾ ਲਿਖਿਆ ਉਹ ਚ ਡਾਇਗਰਾਮਾਂ ਵੀ ਨੇ ਉਹ ਚ ਟੇਬਲ ਵੀ ਨੇ ਤੇ HTML ਦੀ ਹੈਲਪ ਦੇ ਨਾਲ ਉਹਨੂੰ ਅਸੀਂ ਸਟਰਕਚਰ ਕਰ ਸਕਦੇ ਹਾਂ ਅਸੀਂ ਪੇਜ ਲਿਕ ਫੋਟੋ ਕਿੱਥੇ ਆਵੇ ਟੇਬਲ ਕਿਵੇਂ ਆਵੇ ਹਨਾ ਉਹ ਚੀਜ਼ਾਂ HTML ਕਰਦੀ ਆ ਤੇ CSS ਕੀ ਕਰਦੀ ਆ ਸੁਰਖੀ ਬਿੰਦੀ ਲਾਉਂਦੀ ਆ ਉਹਦੇ ਤੇ ਬੈਕਗ੍ਰਾਉਂਡ ਵਗੈਰਾ ਸੈੱਟ ਕਰ ਸਕਦੇ ਆ ਆਪਾਂ ਸੈਟਿੰਗ ਬੈਕਗ੍ਰਾਉਂਡ ਕਲਰ ਫੌਂਟ ਵਗੈਰਾ ਉਹ ਵੀ ਗੱਲ ਹੋ ਗਈ ਵੀ ਸੁਰਖੀ ਬਿੰਦੀ ਲਾ ਕੇ ਚਮਕਾਇਆ ਜਾਂਦਾ ਜਿਵੇਂ ਪੁਰਾਣੀ ਕੋਈ ਵੈਬਸਾਈਟ ਖੋਲੋਗੇ ਤੁਸੀਂ ਉਹ ਬੜੀ ਡੱਲ ਜੀ ਲੱਗਦੀ ਆ ਭੱਦੀ ਜੀ ਲੱਗਦੀ ਆ ਬਟ ਜੇ ਉਹਦੇ ਚ CSS ਹੋਵੇ CSS ਹੁੰਦਾ ਕਾਸਕੇਡਿੰਗ ਸਟਾਈਲ ਸ਼ੀਟਸ ਐਬ੍ਰਿਵੀਏਸ਼ਨ ਲਿਖ ਲਿਓ CSS ਹੁੰਦਾ ਕਾਸਕੇਡਿੰਗ ਸਟਾਈਲ ਸ਼ੀਟਸ ਤੇ HTML ਹੁੰਦਾ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ CSS ਦੇ ਨਾਲ ਬੈਕਗ੍ਰਾਉਂਡ ਵਗੈਰਾ ਕਲਰ ਵਗੈਰਾ ਫੌਂਟ ਫੌਂਟ ਅਸੀਂ ਚੇਂਜ ਕਰ ਸਕਦੇ ਹਾਂ ਫਿਰ ਜਾਵਾਸਕ੍ਰਿਪਟ ਜਾਵਾਸਕ੍ਰਿਪਟ ਇੱਕ ਸਕ੍ਰਿਪਟਿੰਗ ਲੈਂਗੁਏਜ ਹੈ ਜਿਹਦੇ ਵਿੱਚ ਅਸੀਂ ਡਾਇਨਾਮਿਕਲੀ ਅਪਡੇਟ ਕਰ ਸਕਦੇ ਹਾਂ ਕੰਟੈਂਟ ਨੂੰ ਕੋਈ ਰੀਫਰੈਸ਼ ਹੋ ਰਿਹਾ ਕੋਈ ਲਾਈਨ ਜੀ ਆ ਰਹੀ ਹੈ ਕੋਈ ਪਿੱਛੇ ਜੇ ਆਪਾਂ ਕੀਤਾ ਸੀ ਕੰਮ ਆ ਹੋ ਰਿਹਾ ਇਹ ਸਾਰਾ ਕੰਮ ਕੀਤਾ ਜਾਵਾਸਕ੍ਰਿਪਟ ਦਾ ਕੰਟਰੋਲ ਮਲਟੀਮੀਡੀਆ ਐਨੀਮੇਸ਼ਨ ਵਗੈਰਾ ਇਮੇਜਸ ਤੇ pretty much everything else बाकी सारा कुछ ਇਹਦੇ ਵਿੱਚ ਕਰ ਸਕਦੇ ਆ ਆ ਤੇ Java is platform independent ऑलरेडी ਦੱਸ ਚੁੱਕਿਆ ਜੇਵੀਐਮ ਇਸ ਅ ਪਲੈਟਫਾਰਮ ਇੰਡੀਪੈਂਡੈਂਟ ਸਕਰੀਨਸ਼ਾਟ ਲੈਣਾ ਲੈ ਸਕਦੇ ਹੋ ਇਹਦਾ ਵੀ ਲੈ ਸਕਦੇ ਹੋ ਮੈਂ ਗੰਦ ਮਾਰਤਾ ਇਹਦਾ ਵੀ ਲੈ ਸਕਦੇ ਹੋ ਪਹਿਲਾਂ ਇਹਦਾ ਸਕਰੀਨਸ਼ਾਟ ਲੈ ਲਓ ਇਹਦਾ ਤਾਂ ਲੋਡ ਹੀ ਨਹੀਂ ਹਾਂ ਇਹਦਾ ਲੈ ਸਕਦੇ ਹੋ ਜਾਵਾ ਸਕ੍ਰਿਪਟ ਦਾ ਤੇ ਫਿਰ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਇਹਦਾ ਵੀ ਲੈ ਸਕਦੇ ਹੋ ਜਾਵਾ ਸਕ੍ਰਿਪਟ ਬਾਰੇ ਵੀ ਪੜ ਲਿਆ ਤੇ ਫਿਰ ਇਸ ਦਾ ਇਹ ਇੰਡੀਪੈਂਡੈਂਟ ਹੈ ਜੀਵੀਐਮ ਹੈ ਜਿਹੜਾ ਪਲੈਟਫਾਰਮ ਡਿਪੈਂਡੈਂਟ ਹੈ ਤੇ ਜਾਵਾ ਜਿਹੜਾ ਹੈ ਸਾਰੇ ኦਪਰੇਟਿੰਗ ਸਿਸਟਮ ਤੇ ਰਨ ਹੁੰਦਾ ਇਹਦੇ ਵਿੱਚ ਬਾਈਟ ਕੋਡ ਹੁੰਦਾ ਹੈ ਬਾਈਟ ਕੋਡ ਹੁੰਦਾ ਜਾਵਾ ਜਰਾ ਯਾਦ ਰੱਖਣਾ ਠੀਕ ਹੈ ਸੀ ਐਂਡ ਸੀ ਪਲੱਸ ਦਾ ਲੈਂਗੁਏਜ ਨੇ ਇਹ ਨਾਟ ਪਲੈਟਫਾਰਮ ਇੰਡੀਪੈਂਡੈਂਟ ਇਹ ਪਲੈਟਫਾਰਮ ਤੇ ਡਿਪੈਂਡ ਕਰਦੀਆਂ ਨੇ ਉਹ ਓ ਐਸ ਡਿਪੈਂਡੈਂਟ ਨੇ ਯਾਦ ਕਰ ਲਓ ਠੀਕ ਹੈ ਜਾਵਾ ਇਜ਼ ਅ ਓ ਐਸ ਇੰਡੀਪੈਂਡੈਂਟ ਤੇ ਸੀ ਸੀ ਪਲਸ ਪਲਸ ਵਰਗੀਆਂ ਲੈਂਗੁਏਜ ਓ ਐਸ ਡਿਪੈਂਡੈਂਟ ਨਹੀਂ ਕਲੀਅਰ ਹੋਈ ਗੱਲ ਫਿਰ ਇਹਦਾ ਬੀ ਆਨਸਰ ਦਾ ਆਪਾਂ ਪਹਿਲਾਂ ਹੀ ਕਰ ਚੁੱਕੇ ਸੀ ਤੇ 25ਵਾਂ ਕੁਐਸਚਨ ਆ ਗਿਆ ਵੀ ਮਿੱਤਰੋ ਤੁਸੀਂ ਪੜ੍ਹੋ ਮੈਂ ਪਾਣੀ ਪੀ ਲਾਂ ਨੇੜੇ ਦੇੜੇ ਘੰਟੇ ਦੇ ਨੇੜੇ ਵੀਡੀਓ ਜਾਣ ਵਾਲੀ ਹੈ ਇੰਨੇ ਟਾਈਮ ਤੱਕ ਗੱਡੀਆਂ ਥੱਕ ਜਾਂਦੀਆਂ ਨੇ ਥੋੜਾ ਜਿਹਾ ਲਗਾਤਾਰ ਬੋਲਣਾ ਬਹੁਤ ਔਖਾ ਹੈ ਘੰਟਾ ਹਨਾ ਸੋ 25ਵਾਂ ਕੁਐਸਚਨ ਹੈ ਦੀ ਐਡਰੈਸਿੰਗ ਸਕੀਮ ਸੀ ਐਚ ਐਸ ਇਨ ਮਲਟੀ ਸੌਰੀ ਇਨ ਮੈਗਨੇਟਿਕ ਡਿਸਕ ਇਜ਼ ਆਲਸੋ ਨੋਨ ਐਸ ਕਹਿੰਦਾ ਸੀ ਐਚ ਐਸ ਜਿਹੜਾ ਮੈਗਨੇਟਿਕ ਡਿਸਕ ਦੇ ਵਿੱਚ ਹੁੰਦਾ ਉਹਨੂੰ ਕੀ ਬੋਲਦੇ ਨੇ ਡਿਸਕ ਲੋਕੇਸ਼ਨ ਡਿਸਕ ਐਡਰੈਸਿੰਗ ਡਿਸਕ ਰੀਫਰੇਮਿੰਗ ਤੇ ਡਿਸਕ ਜਿਓਮੈਟਰੀ ਕੁਐਸਚਨ ਬਹੁਤ ਸੌਖਾ ਹੈ ਦੇਖੋ ਆਹ ਇੱਕ ਆਪਣੇ ਕੋਲੇ ਸਟੈਕ ਹੁੰਦਾ ਹੈ ਹਾਰਡ ਡਿਸਕ ਦੇ ਵਿੱਚ ਜਿਵੇਂ ਪਲੇਟਰ ਹੈ ਪਹਿਲਾ ਪਲੇਟਰ ਦੂਜਾ ਪਲੇਟਰ ਤੀਜਾ ਪਲੇਟਰ ਇਹਦੇ ਸਰਫੇਸ ਹੁੰਦੇ ਨੇ ਅਪਰ ਸਰਫੇਸ ਲੋਅਰ ਸਰਫੇਸ ਅਪਰ ਸਰਫੇਸ ਲੋਅਰ ਸਰਫੇਸ ਅਪਰ ਸਰਫੇਸ ਲੋਅਰ ਸਰਫੇਸ ਮਨ ਲਓ ਇਹ ਮਲਟੀ ਸਟੋਰੀ ਬਿਲਡਿੰਗ ਹੈ ਬਹੁਤ ਸਾਰੀਆਂ ਫਲੋਰ ਬਣੀਆਂ ਹੋਈਆਂ ਨੇ ਇਹਦੇ ਤੇ ਆਪਾਂ ਐਡਰੈਸ ਦੱਸਣਾ ਹੈ ਬੰਦੇ ਦਾ ਪਹਿਲਾਂ ਤਾਂ ਆਪਾਂ ਬਿਲਡਿੰਗ ਦਾ ਦੱਸਾਂਗੇ ਵੀ ਕੁਝ ਵੀ ਹੈ ਹਨਾ ਬਿਲਡਿੰਗ ਦਾ ਨਾਮ ਅਸੀਂ ਕਹਤਾ ਵੀ ਬਾਈਨਰੀ ਇਨਸਟ੍ਰਕਟਰ ਬਿਲਡਿੰਗ ਦਾ ਨਾਮ ਹਨਾ ਫਿਰ ਅਸੀਂ ਉਹਦੇ ਵਿੱਚ ਕਿਹਾ ਵੀ ਕਿਹੜੀ ਫਲੋਰ ਤੇ ਆ ਫਲੋਰ ਨੰਬਰ ਦੱਸਾਂਗੇ ਫਲੋਰ ਤੇ ਦੱਸਣ ਤੋਂ ਬਾਅਦ ਫਿਰ ਸਾਨੂੰ ਟ੍ਰੈਕ ਨੰਬਰ ਦੱਸਣਾ ਪਊਗਾ ਮੰਨ ਲਓ ਸਰਕਲ ਬਣੇ ਹੋਏ ਨੇ ਇੱਥੇ ਕਿਹੜੇ ਟ੍ਰੈਕ ਤੇ ਆ ਤੇ ਕਿਹੜਾ ਉਹਦਾ ਅੱਗੇ ਆਪਾਂ ਕਹਿੰਦੇ ਕਿ ਸੈਕਟਰ ਹੈ ਇਹ ਸਾਰੇ ਐਡレッਸਿੰਗ ਸਕੀਮ ਹੈ ਡਿਸਕ ਦੇ ਵਿੱਚ ਠੀਕ ਹੈ ਸੋ ਇਸ ਤਰ੍ਹਾਂ ਕਰਕੇ ਸੈਕਟਰਾਈਜੇਸ਼ਨ ਹੁੰਦੀ ਨਹੀਂ ਹੈਡ ਹੁੰਦੇ ਨੇ ਰੀਡ ਰਾਈਟ ਹੈਡ ਸੋ ਇਸ ਨੂੰ ਆਪਾਂ ਡਿਸਕ ਜਿਓਮੈਟਰੀ ਵੀ ਬੋਲ ਦਿੰਦੇ ਆ ਸਮਝ ਗਏ ਤਾਂ ਡਿਸਕ ਜਿਓਮੈਟਰੀ ਬੋਲ ਦਿੰਦੇ ਆ ਬਸ ਬੜਾ ਕੁਝ ਪੜਨ ਦੀ ਲੋੜ ਨਹੀਂ ਡਿਸਕ ਜਿਓਮੈਟਰੀ ਜਿਹਦੇ ਵਿੱਚ ਪੂਰਾ ਡਿਸਕ ਦਾ ਸਟਰਕਚਰ ਦੱਸਣਾ ਹੁੰਦਾ ਸੀ ਐਚਐਸ ਉਹਦਾ ਮੈਨੂੰ ਨਾਮ ਭੁੱਲ ਗਿਆ ਸੀ ਤੇ ਹੁੰਦਾ ਸਿਲੰਡਰ ਸਿਲੰਡਰ ਕਿਹੜੇ ਤੇ ਆ ਹੈੱਡ ਐਚ ਤੇ ਹੁੰਦਾ ਹੈ ਹੈੱਡ ਸੀ ਤੇ ਸਿਲੰਡਰ ਐਚ ਤੇ ਆ ਹੈੱਡ ਹੈ ਨਾ ਰੀਡ ਰਾਈਟ ਹੈੱਡ ਤੇ ਐਸ ਤੇ ਹੁੰਦਾ ਹੈ ਸਰਫੇਸ ਜਿਵੇਂ ਆਪਾਂ ਇੱਥੇ ਗੱਲ ਕਰੀਏ ਇਹਦੇ ਵਿੱਚ ਸਿਲੰਡਰ ਕਿਹੜਾ ਆ ਇਹਨੂੰ ਸਿਲੰਡਰ ਬੋਲਿਆ ਜਾਂਦਾ ਜੇ ਆਪਾਂ ਇੱਥੇ ਇਧਰ ਲਿਆ ਨੂੰ ਜੋੜ ਦਈਏ ਸਾਰੇ ਐਸ ਐਸ ਵਾਲਿਆਂ ਨੂੰ ਆ ਇੱਕ ਲੱਗ ਸਿਲੰਡਰ ਹੋ ਜਾਊਗਾ ਆ ਇੱਕ ਲੱਗ ਦੋ ਸਿਲੰਡਰ ਇਹਨੂੰ ਸਿਲੰਡਰ ਸੀ ਫੋਰ ਸਿਲੰਡਰ ਤੇ ਐਚ ਫੋਰ ਐਚ ਤੇ ਕੀ ਗੱਲ ਸੀ ਆਪਾਂ ਐਚ ਤੇ ਹੈੱਡ ਰੀਡ ਰਾਈਟ ਹੈੱਡ ਕਿਹੜੇ ਦੀ ਗੱਲ ਕਰਦੇ ਉੱਪਰਲੇ ਦੀ ਥੱਲੇ ਵਾਲੀ ਦੀ ਕਿਉਂਕਿ ਬਹੁਤ ਸਾਰੇ ਨੇ ਤੇ ਫਿਰ ਐਸ ਤੇ ਹੋ ਜਾਊਗਾ ਸਰਫੇਸ ਜਿਵੇਂ ਉੱਪਰ ਸਰਫੇਸ ਲੋਅਰ ਸਰਫੇਸ ਅਪਰ ਸਰਫੇਸ ਲੋਅਰ ਸਰਫੇਸ ਸੋ ਇਹ ਜਿਓਮੈਟਰੀ ਬੋਲਦੇ ਆ ਬੜਾ ਸੌਖਾ ਹੈ ਡੀ ਆਨਸਰ ਅੱਗੇ ਆ ਗਿਆ ਵੀ 26ਵਾਂ ਕੁਐਸਚਨ ਹੈ ਵੀ ਬੜਾ ਘੈਂਟ ਆਪਰੇਟਿੰਗ ਸਿਸਟਮ ਦਾ ਹੈ ਕੁਐਸਚਨ ਥੋੜਾ ਜਿਹਾ ਬਾਰੋਂ ਆ ਪਰ ਮੈਂ ਤੁਹਾਨੂੰ ਕਰਾਉਂਗਾ ਇਹਦੇ ਵਿੱਚੋਂ ਜੋੜਾ ਮਰਜੀ ਪੁੱਛ ਲੈ ਤੁਹਾਡਾ ਅੜ ਨਹੀਂ ਸਕਦਾ ਬੜਾ ਘੈਂਟ ਕੁਐਸਚਨ ਹੈ ਸਮਝੋ ਧਿਆਨ ਨਾਲ ਕਹਿੰਦਾ ਟਰਨ ਅਰਾਊਂਡ ਟਾਈਮ ਕੀ ਹੁੰਦਾ ਹੈ टर्न अराउंड टाइम डैश माइनस डैश ਕਹਿੰਦਾ a b ਆ ਸਾਰਿਆਂ ਦਾ ਪੁੱਛਿਆ ਐਗਜ਼ਿਟ ਟਾਈਮੈਂਟਸ ਬਸ ਟਾਈਮ ਐਗਜ਼ਿਟ ਟਾਈਮੈਂਟਸ ਅਰਾਈਵਲ ਟਾਈਮ ਬਸ ਟਾਈਮ ਮਾਈਨਸ ਅਰਾਈਵਲ ਟਾਈਮ ਬਸ ਟਾਈਮ ਮਾਈਨਸ ਐਗਜ਼ਿਟ ਐਗਜ਼ਿਟ ਟਾਈਮ ਸਮਝਦੇ ਆਪਾਂ ਪਹਿਲਾਂ ਕੋਈ ਵੀ ਪ੍ਰੋਸੈਸ ਜਿਹੜੋ CPU ਦੇ ਵਿੱਚ ਐਂਟਰ ਹੁੰਦੀ ਹੈ ਮੰਨ ਲਓ ਇੱਥੇ ਉੱਥੇ ਕਯੂ ਬਣ ਜਾਂਦੀ ਹੈ ਜਿਵੇਂ ਆਪਾਂ ਬੈਂਕ 'ਚ ਜਾਂਦੇ ਆ ਨਾਲ-ਨਾਲ ਆਪਾਂ ਲੀਮਨ ਗੱਲ ਕਰੀ ਜਾਵਾਂਗੇ ਨਾਲ-ਨਾਲ ਮੈਂ ਤੁਹਾਨੂੰ ਰੀਅਲ ਸਿਨੈਰੀਓ ਦੱਸੀ ਜਾਵਾਂਗਾ ਤੁਸੀਂ ਬੈਂਕ ਦੇ ਵਿੱਚ ਚਲੇ ਗਏ ਤੁਸੀਂ ਚਲੇ ਗਏ 5 ਸੈਕਿੰਡ ਤੇ ਠੀਕ ਹੈ 0 ਤੋਂ ਲੈ ਕੇ ਆਪਾਂ 100 ਸੈਕਿੰਡ ਦੀ ਗੱਲ ਕਰਾਂਗੇ 0 ਤੋਂ 100 ਟਾਈਮ ਇਸ ਤਰ੍ਹਾਂ ਚੱਲਦਾ ਸਪੋਜ਼ ਕਰੋ ਤੁਸੀਂ 5 ਸੈਕਿੰਡ ਤੇ ਚਲੇ ਗਏ ਇੱਥੇ ਬੈਂਕ ਦੇ ਵਿੱਚ ਤੁਸੀਂ ਲਾਈਨ 'ਚ ਲੱਗ ਗਏ ਜਾ ਕੇ ਤੇ ਇੱਥੇ ਜਾ ਕੇ ਤੁਹਾਡੀ ਵਾਰੀ ਆਈ ਤਾਂ ਆਹ ਟਾਈਮ ਨੂੰ ਤੁਸੀਂ ਕਹੋਗੇ ਵੇਇਟਿੰਗ ਟਾਈਮ ਤੁਸੀਂ ਵੇਟ ਹੀ ਕਰ ਰਹੇ ਸੀ ਨਾ ਜਦੋਂ ਤੁਸੀਂ ਆਏ ਹੋ 5 ਸੈਕਿੰਡ ਤੇ ਉਹ ਤੁਹਾਡਾ ਸੀਗਾ ਅਰਾਈਵਲ ਟਾਈਮ 6 ਸੈਕਿੰਡ ਤੁਸੀਂ ਵੇਟ ਕੀਤਾ ਕਲੀਅਰ ਹੈ ਤੇ ਕੰਮ ਜਿਹੜਾ ਅਸਲ 'ਚ ਤੁਹਾਡਾ ਕੰਮ ਸੀ ਉਹ ਉਹ ਸੀਗਾ 9 ਮਿੰਟ ਦਾ 9 ਸੈਕਿੰਡ ਦਾ ਕਹਿ ਲਓ ਕਿਉਂਕਿ ਆਪਾਂ ਸੈਕਿੰਡ ਲੈ ਰਹੇ ਆ ਜਦੋਂ ਤੁਹਾਡਾ ਕੰਮ ਤੁਸੀਂ ਬੰਦੇ ਨਾਲ ਗੱਲਬਾਤ ਕੀਤੀ ਤੇ ਤੁਸੀਂ ਆਪਦਾ ਕੰਮ ਕਰਨਾ ਸ਼ੁਰੂ ਕਰਤਾ ਤੇ ਇਹਨੂੰ ਆਪਾਂ ਬੋਲਦੇ ਆ ਵਰਸ ਟਾਈਮ ਤੇ ਜਦੋਂ ਤੁਸੀਂ ਆਪਦਾ ਕੰਮ ਕਰਾ ਕੇ ਬੈਂਕ 'ਚੋਂ ਬਾਹਰ ਨਿਕਲ ਗਏ ਉਹਨੂੰ ਬੋਲਦੇ ਆ ਕੰਪਲੀਸ਼ਨ ਟਾਈਮ ਦੇਖੋ ਗੱਲਾਂ ਤਾਂ ਸਾਰੀਆਂ ਸੌਖੀਆਂ ਨੇ ਜਦੋਂ ਬੰਦਾ ਆ ਗਿਆ ਅਰਾਈਵਲ ਟਾਈਮ ਹੋ ਸਕਦਾ ਉਹ 0 ਸੈਕਿੰਡ ਤੇ ਆ ਗਿਆ ਹੋਵੇ ਹੋ ਸਕਦਾ 5 ਜਾਂ 10 15 ਮਿਲੀਸੈਕਿੰਡ ਤੇ ਕਿਸੇ ਤੇ ਵੀ ਆ ਗਿਆ ਹੋਵੇ ਤੇ ਜਿੰਨਾ ਟਾਈਮ ਉਹ ਲਾਈਨ 'ਚ ਖੜਾ ਰਿਹਾ ਉਹਨੂੰ CPU ਨਹੀਂ ਮਿਲਿਆ ਜਾਂ ਬੰਦਾ ਨਹੀਂ ਮਿਲਿਆ ਬੈਂਕ ਵਾਲਾ ਉਹ ਉਹਦਾ ਵੇਇਟਿੰਗ ਟਾਈਮ ਤੁਸੀਂ ਮੰਨ ਲਓ 6 ਸੈਕਿੰਡ ਵੇਟ ਕੀਤੀ ਐ ਤੇ ਟੋਟਲ ਜਦੋਂ ਤੁਹਾਡਾ ਕੰਮ ਸ਼ੁਰੂ ਹੋ ਗਿਆ ਕੰਮ ਐਂਡ ਹੋਣ ਤੱਕ 9 ਸੈਕਿੰਡ ਲੱਗੇ ਇਹਨੂੰ ਤੁਹਾਡਾ ਹੋ ਗਿਆ ਵਾਸਟ ਟਾਈਮ ਹੁਣ ਜੇ ਦੇਖਿਆ ਜਾਵੇ ਬੈਂਕ 'ਚ ਤੁਸੀਂ ਕਿੰਨਾ ਟਾਈਮ ਸਪੈਂਡ ਕੀਤਾ 9 ਸੈਕਿੰਡ ਆ ਹੋਗੇ 6 ਆ ਹੋਗੇ ਤਾਂ ਤੁਸੀਂ ਸੈਕਿੰਡ 15 ਸਕਿੰਟ ਟਾਈਮ ਲਾਇਆ ਠੀਕ ਹੈ 15 ਸਕਿੰਟ ਹੀ ਲਾਇਆ ਤੁਹਾਡਾ ਟਾਈਮ ਤੇ ਜੇ ਆਪਾਂ ਦੇਖਿਆ ਜਾਵੇ 5 ਸਕਿੰਟ ਤੇ ਆਏ ਹੋ ਤੁਸੀਂ 5 ਸਕਿੰਟ ਦੇ ਵਿੱਚ 6 ਜੋੜ ਲ ਗਏ ਤੁਹਾਡੀ ਬਾਰੀ ਕਿੰਨੇ ਵਜੇ ਆਈ 1 ਮਿੰਟ ਇਹ ਸੀਗਾ 5 ਨਹੀਂ ਸੌਰੀ 5 ਤੇ ਆਏ ਹੋ ਤੁਸੀਂ 6 ਸਕਿੰਟ ਇੱਥੇ ਲੱਗ ਗਏ 9 ਸਕਿੰਟ ਦਾ ਇਹ ਕੰਮ ਸੀ 5 ਸਕਿੰਟ ਤੇ ਆਏ ਹੋ ਇੱਥੇ ਕਿਦੋਂ ਪਹੁੰਚੋਗੇ 11 ਸਕਿੰਟ ਤੇ ਆਪਾਂ ਇੱਥੇ ਹੋਵਾਂਗੇ ਕਿਉਂਕਿ 6 ਵਿੱਚ ਜੋੜਾਂਗੇ ਨਾ 5 ਤੇ ਇਹ ਤਾਂ 0 ਤੋਂ ਸੀਕੁਐਂਸ ਤੱਕ ਚੱਲ ਰਿਹਾ ਹੈ ਕਿ 0 1 2 3 4 5 6 7 8 ਤੁਸੀਂ 5 ਤੇ ਆ ਗਏ ਉਦੋਂ ਬਾਅਦ 6 ਸਕਿੰਟ ਇੱਥੇ ਵੇਟ ਲੈ 11 ਹੋ ਗਏ 11 ਤੋਂ ਬਾਅਦ 9 ਸਕਿੰਟ ਦਾ ਤੁਹਾਡਾ ਕੰਮ ਸੀ ਤਾਂ 20 ਸਕਿੰਟ ਤੇ ਤੁਸੀਂ ਬਾਹਰ ਨਿਕਲ ਗਏ ਟਾਈਮ ਤੁਹਾਨੂੰ ਟੋਟਲ ਕਿੰਨਾ ਲੱਗਿਆ ਜੇ 20 ਸਕਿੰਟ ਦੇ ਵਿੱਚੋਂ ਆਪਾਂ 5 ਘਟਾ ਦਈਏ ਤਾਂ 15 ਲੱਗੇ ਨਾ ਤੇ 9 ਤੇ 6 ਜੋੜ ਦਈਏ ਤਾਂ ਵੀ 15 ਲੱਗੇ ਕੰਪਲੀਸ਼ਨ ਟਾਈਮ ਹੁਣ ਇਸ ਦੇ ਵਿੱਚ ਹੀ ਪੁੱਛਦਾ ਦੇਖੋ ਧਿਆਨ ਨਾਲ ਇੱਕ ਕਹਿੰਦਾ ਟਰਨ ਅਰਾਊਂਡ ਟਾਈਮ ਹੁੰਦਾ ਟਰਨ ਅਰਾਊਂਡ ਟਾਈਮ ਕੀ ਹੁੰਦਾ ਕੰਪਲੀਸ਼ਨ ਟਾਈਮ ਇਹਨੂੰ ਐਗਜ਼ਿਟ ਟਾਈਮ ਵੀ ਬੋਲਿਆ ਜਾਂਦਾ ਕੰਪਲੀਸ਼ਨ ਟਾਈਮ ਤੇ ਐਗਜ਼ਿਟ ਟਾਈਮ ਕੰਪਲੀਸ਼ਨ ਟਾਈਮ ਮਾਈਨਸ ਅਰਾਈਵਲ ਟਾਈਮ ਇਹ ਤੁਹਾਡਾ ਟਰਨ ਅਰਾਊਂਡ ਟਾਈਮ ਹੈ ਟਰਨ ਅਰਾਊਂਡ ਟਾਈਮ ਕੀ ਹੁੰਦਾ ਟੋਟਲ ਉਹ ਵਾਲਾ ਸਮਾਂ ਜਿੰਨਾ ਤੁਸੀਂ ਬੈਂਕ ਦੇ ਵਿੱਚ ਗੁਜ਼ਾਰਿਆ ਤਾਂ ਇਹ ਸਮਾਂ ਕੀ ਸੀ ਕੰਪਲੀਸ਼ਨ ਟਾਈਮ ਕੰਪਲੀਸ਼ਨ 20 ਤੇ ਹੋ ਗਿਆ 20 ਅਰਾਈਵਲ ਕਿੰਨੇ ਤੇ ਹੋ ਗਿਆ 5 ਤੇ ਹੋ ਗਿਆ 20 15 20 5 15 ਹੋ ਗਿਆ ਚਾਹੇ ਤਾਂ ਐਂ ਕਰ ਲਓ ਚਾਹੇ ਤੁਸੀਂ ਵੇਟਿੰਗ ਟਾਈਮ ਪਲੱਸ ਬਸ ਟਾਈਮ ਕਰਦੇ ਹੋ ਵੇਟਿੰਗ ਟਾਈਮ ਆਹ ਵਾਲਾ ਸੀ ਤੇ ਬਸ ਟਾਈਮ ਆਹ ਵਾਲਾ ਸੀ ਇਸ ਨਾਲ ਦਾ ਕੁਐਸਚਨ ਆ ਗਿਆ ਨਾ ਆਹ ਸਿਨੈਰੀਓ ਬਣਾ ਲਿਓ ਤਾਂ ਹੀ ਮੈਂ ਇਹਦੇ ਤੇ ਜ਼ੋਰ ਲਾ ਰਿਆ ਵਾਰੀ ਵਾਰੀ ਅਰਾਈਵਲ ਵੇਟਿੰਗ ਵਸਤ ਤੇ ਕੰਪਲੀਸ਼ਨ ਇਹਦੇ ਹਿਸਾਬ ਨਾਲ ਸਾਰੇ ਫਾਰਮੂਲੇ ਆਪੇ ਬਣ ਜਾਣਗੇ ਯਾਦ ਰੱਖਣ ਦੀ ਲੋੜ ਨਹੀਂ ਹੈ ਬੜਾ ਘੈਂਟ ਕੰਮ ਜਿਹੜਾ ਬੰਦਾ ਨਹੀਂ ਕਰੂਗਾ ਛੱਡ ਜੂ ਉਹ ਤਾਂ ਸੋਲਵ ਨਹੀਂ ਹੋਣਾ ਸੋ ਆਪਾਂ ਇਹਨੂੰ ਲਿਖ ਸਕਦੇ ਆ ਦੋ ਫਾਰਮੂਲੇ ਨੇ ਕੰਪਲੀਸ਼ਨ ਟਾਈਮ ਐਂਡ ਅਰਾਈਵਲ ਟਾਈਮ ਜਾਂ ਟਰਨ ਅਰਾਊਂਡ ਟਾਈਮ ਕੀ ਇਹ ਹੁੰਦਾ ਵੇਟਿੰਗ ਟਾਈਮ ਪਲੱਸ ਬਸ ਟਾਈਮ ਸੋ ਮੈਨੂੰ ਲੱਗਦਾ ਉਹਨੇ ਇਹੀ ਪੁੱਛਿਆ ਟਰਨ ਅਰਾਊਂਡ ਟਾਈਮ ਟਰਨ ਅਰਾਊਂਡ ਟਾਈਮ ਕੰਪਲੀਸ਼ਨ ਨੂੰ ਐਗਜ਼ਿਟ ਵੀ ਬੋਲਦੇ ਆ ਐਗਜ਼ਿਟ ਦੇ ਵਿੱਚੋਂ ਅਰਾਈਵਲ ਟਾਈਮ ਮਾਈਨਸ ਕਰਨਾ ਐਗਜ਼ਿਟ ਟਾਈਮ ਜਾਂ ਕੰਪਲੀਸ਼ਨ ਟਾਈਮ ਦੇ ਵਿੱਚੋਂ ਅਰਾਈਵਲ ਟਾਈਮ ਮਾਈਨਸ ਕਰਨਾ ਤਾਂ ਦੇਖੋ ਹੁਣ ਐਗਜ਼ਿਟ ਟਾਈਮ ਦੇ ਵਿੱਚੋਂ ਅਰਾਈਵਲ ਟਾਈਮ ਮਾਈਨਸ ਕਰਨਾ ਐਗਜ਼ਿਟ ਟਾਈਮ ਮਾਈਨਸ ਅਰਾਈਵਲ ਟਾਈਮ ਘੈਂਟਾ ਨਾ ਕੰਮ ਦੇਖੋ ਸੌਖਾ ਕੰਮ ਐਗਜ਼ਿਟ ਟਾਈਮ ਮਾਈਨਸ ਅਰਾਈਵਲ ਟਾਈਮ ਵੀ ਆਨਸਰ ਹੈ ਦਾ ਬਟ ਮੈਂ ਹੋਰ ਦੱਸ ਦਰਾਂ ਤੁਹਾਨੂੰ ਇਹ ਕਿਹੜੇ ਕਿਹੜੇ ਟਾਈਮ ਹੁੰਦੇ ਨੇ ਆ ਉਹੀ ਡਾਇਗਰਾਮ ਹੈ ਅਰਾਈਵਲ ਟ ਵੇਟਿੰਗ ਟਾਈਮ ਹੈ ਰਿਸਪੌਂਸ ਟਾਈਮ ਵਾਸ ਟਾਈਮ ਦੇਖ ਲੈ ਕੰਪਲੀਸ਼ਨ ਟਾਈਮ ਤੇ ਟਰਨ ਆਊਟ ਟਾਈਮ ਸਾਰੀਆਂ ਚੀਜ਼ਾਂ ਦਾ ਦੱਸਣਾ ਅਰਾਈਵਲ ਟਾਈਮ ਹੁੰਦਾ ਹੈ ਵੈਨ ਐਟ ਵਿੱਚ ਦਾ ਪ੍ਰੋਸੈਸ ਐਂਟਰ ਦਾ ਰੈਡੀ ਕਿਊ ਜਿਹਨੂੰ ਕੋਈ ਵੀ ਬੰਦਾ ਜੇਲ੍ਹ ਚ ਕਹਿ ਰਿਹਾ ਸੀ ਮੈਂ ਬੈਂਕ ਚ ਜਾਂਦਾ ਠੀਕ ਹੈ ਤੇ ਵੇਟਿੰਗ ਟਾਈਮ ਕੀ ਹੁੰਦਾ ਹੈ ਅਮਾਉਂਟ ਆਫ ਟਾਈਮ ਸਪੈਂਟ ਬਾਈ ਦੀ ਪ੍ਰੋਸੈਸ ਵੇਟਿੰਗ ਇਨ ਦਾ ਰੈਡੀ ਕਿਊ ਫਾਰ ਗੈਟਿੰਗ ਦਾ ਸੀਪੀਯੂ ਇਹ ਵੀ ਠੀਕ ਹੈ ਵੇਟਿੰਗ ਟਾਈਮ ਦਾ ਫਾਰਮੂਲਾ ਹੁੰਦਾ ਹੈ ਜੇ ਟਰਨ ਅਰਾਊਂਡ ਟਾਈਮ ਹੈ ਮੰਨ ਲਓ ਕੰਪਲੀਸ਼ਨ ਹੈ ਜਾਂ ਆਹ ਟਾਈਮ ਸੀਗਾ ਟਰਨ ਡਾਊਨ ਟਾਈਮ ਇੱਥ 6 ਇੱਥੇ ਲੱਗਿਆ ਤੇ 9 ਇੱਥੇ ਲੱਗਿਆ ਤੇ ਟਰਨ ਅਰਾਊਂਡ ਟਾਈਮ ਆਪਣਾ ਕਿੰਨਾ ਸੀ 6 9 15 ਸੀ ਨਾ ਕਹਿੰਦਾ ਵੇਇਟਿੰਗ ਟਾਈਮ ਕਿਵੇਂ ਕੱਢਾਂਗੇ ਜੇ ਟਰਨ ਅਰਾਊਂਡ ਟਾਈਮ ਦੇ ਵਿੱਚੋਂ ਜਾਨੀ ਕਿ ਆਹ ਟੋਟਲ ਟਾਈਮ ਦੇ ਵਿੱਚੋਂ ਆਹ ਵਾਲਾ ਘਟਾ ਦੇਾਂਗੇ ਤਾਂ ਆਹੀ ਰਹਿ ਜਾਊਗਾ ਟਾ ਆਪਣਾ ਵੇਇਟਿੰਗ ਟਾਈਮ ਕਿੰਨਾ ਸੌਰੀ ਟਰਨ ਅਰਾਊਂਡ ਟਾਈਮ ਕਿੰਨਾ ਸੀ 15 15 ਦੇ ਵਿੱਚੋਂ ਆਪਾਂ 9 ਘਟਾਤੇ ਕੀ ਬਣ ਗਿਆ 6 ਵੇਇਟਿੰਗ ਟਾਈਮ ਆ ਗਿਆ ਦੇਖੋ ਫਾਰਮੂਲਾ ਬਣ ਗਿਆ ਉਹੀ ਕੁਝ ਵੀ ਨਹੀਂ ਹੈਗਾ ਯਾਰ ਗੱਲਾਂ ਉਹੀ ਉਲਝਾ ਰੱਖਿਆ ਨੇ ਅਗਲਾ ਰਿਸਪੌਂਸ ਟਾਈਮ ਉਹ ਜ਼ਰੂਰੀ ਤਾਂ ਨਹੀਂ ਹੈਗਾ ਜਦੋਂ ਤੁਹਾਨੂੰ ਬੰਦਾ ਬੈਂਕ 'ਚ ਕੰਮ ਮਿਲ ਗਿਆ ਤੁਹਾਡਾ ਉਹਦੀ ਕੰਮ ਹੋ ਗਿਆ ਤੁਹਾਨੂੰ ਉਹ ਥੋੜਾ ਜਿਹਾ ਕੁਝ ਕਰਾ ਕੇ ਵੀ ਨਵਜਾਓ ਸਾਈਨ ਕਰਾ ਕੇ ਲਿਓ ਤਾਂ ਫਿਰ ਦੁਬਾਰੇ ਵੀ ਵੇਟ ਕਰਨੀ ਪੈ ਸਕਦੀ ਹੈ ਤਾਂ ਜਦੋਂ ਪਹਿਲੀ ਵਾਰੀ ਤੁਹਾਨੂੰ ਰਿਸਪੌਂਸ ਮਿਲ ਗਿਆ ਉਹ ਤੁਹਾਡਾ ਰਿਸਪੌਂਸ ਟਾਈਮ ਹੈ ਦੀ ਅਮਾਉਂਟ ਆਫ ਟਾਈਮ ਆਫਟਰ ਵਿੱਚ ਦਾ ਪ੍ਰੋਸੈਸ ਗੈਟਸ ਦਾ ਸੀਪੀਯੂ ਫਾਰ ਦਾ ਫਰਸਟ ਟਾਈਮ ਆਫਟਰ ਐਂਟਰਿੰਗ ਦਾ ਰੈਡੀ ਕਿਊ ਇਜ਼ ਨੋਨ ਐਜ਼ ਰਿਸਪੌਂਸ ਟਾਈਮ ਰਿਸਪੌਂਸ ਟਾਈਮ ਕੀ ਹੁੰਦਾ ਹੈ ਟਾਈਮ ਐਟ ਵਿੱਚ ਦਾ ਪ੍ਰੋਸੈਸ ਫਰਸਟ ਗੈਟ ਦਾ ਸੀਪੀਯੂ ਮੰਨ ਲਓ 6 ਤੇ ਆਪਾਂ ਅ 5 ਇੱਥੇ ਲਾਗੇ 6 ਆਪਾਂ ਨੂੰ ਵੇਟ ਕਰਦੇ ਲਾਗੇ 11 ਤੇ ਆਪਾਂ ਨੂੰ CPU ਮਿਲ ਗਿਆ ਹੈਨਾ ਤੇ ਟਾਈਮ ਐਟ ਵਿੱਚ ਦਾ ਹਾਂ 11 ਤੇ ਆਪਾਂ ਨੂੰ CPU ਮਿਲ ਗਿਆ 11 ਦੇ ਵਿੱਚੋਂ ਯਾਨੀ ਕਿ ਕਾਦੇ ਵਿੱਚੋਂ ਟਾਈਮ ਐਟ ਵਿੱਚ ਦਾ ਫਰਸਟ ਪਹਿਲੀ ਵਾਰੀ ਆਪਾਂ ਨੂੰ 11 ਤੇ CPU ਮਿਲ ਗਿਆ 11 ਦੇ ਵਿੱਚੋਂ ਆਪਾਂ ਅਰਾਈਵਲ ਟਾਈਮ 5 ਘਟਾ ਦਾਂਗੇ ਤਾਂ 6 ਆਪਣਾ ਕਿੰਨਾ ਹੋ ਗਿਆ ਰਿਸਪੌਂਸ ਟਾਈਮ 6 ਸੈਕਿੰਡ ਸਾਨੂੰ ਰਿਸਪੌਂਸ ਮਿਲਣ ਤੇ ਲਾਗੇ 11 ਤੋਂ ਬਾਅਦ 12 ਤੱਕ ਤੁਸੀਂ ਕੰਮ ਕੀਤਾ 12 ਤੋਂ ਬਾਅਦ ਫਿਰ ਤੁਹਾਨੂੰ ਕਹਤਾ ਵੀ ਉਹ ਕੰਮ ਕਰਾ ਕੇ ਲਿਓ ਫਿਰ ਤੁਸੀਂ ਵੇਟਿੰਗ ਸਟੇਟ ਦੇ ਵਿੱਚ ਆ ਜਾਓਗੇ ਠੀਕ ਹੈ ਤਾਂ ਇਹ ਆਏ ਹੁੰਦਾ ਹੈ ਬਸ ਟਾਈਮ ਕੀ ਹੁੰਦਾ ਹੈ ਅਮਾਉਂਟ ਆਫ ਟਾਈਮ ਰਿਕੁਆਇਰਡ ਬਾਏ ਦਾ ਪ੍ਰੋਸੈਸ ਫਾਰ ਐਗਜ਼ੀਕਿਊਸ਼ਨ ਔਨ ਸੀਪੀਯੂ ਆਲਸੋ ਕਾਲਡ ਐਗਜ਼ੀਕਿਊਸ਼ਨ ਟਾਈਮ ਔਰ ਰਨਿੰਗ ਟਾਈਮ ਕੰਪਲੀਸ਼ਨ ਟਾਈਮ ਐਟ ਵਿੱਚ ਦਾ ਪ੍ਰੋਸੈਸ ਕੰਪਲੀਟਸ ਇਟਸ ਐਗਜ਼ੀਕਿਊਸ਼ਨ ਔਨ ਸੀਪੀਯੂ ਐਂਡ ਟੇਕਸ ਐਂਡ ਟੇਕਸ ਐਗਜ਼ਿਟ ਫਰੋਮ ਦਾ ਆ ਕੰਪਲੀਸ਼ਨ ਹੁੰਦਾ ਆਲਰੇਡੀ ਦੱਸ ਚੁੱਕਿਆ ਜੇ ਤਾਂ ਕਰ ਚੁੱਕੇ ਆਪਾਂ ਟਰਨ ਅਰਾਊਂਡ ਟਾਈਮ ਐਗਜ਼ਿਟ ਟਾਈਮ ਵੀ ਬੋਲਦੇ ਆ ਟਰਨ ਅਰਾਊਂਡ ਟਾਈਮ ਵੀ ਦੱਸ ਚੁੱਕਿਆ ਇਹਦੇ ਦੋ ਫਾਰਮੂਲੇ ਵੀ ਦੱਸ ਚੁੱਕਿਆ ਘੈਂਟ ਕੰਮ ਆ ਫਿਰ ਵੀ ਆਨਸਰ ਹੈ ਅਗਲਾ ਕੁਐਸਚਨ ਪਾਸਵਰਡ ਕੈਨ ਬੀ ਗੈਸਡ ਸਮ ਟਾਈਮਸ ਵਿਦ ਦੀ ਨੋਲੇਜ ਆਫ ਯੂਜ਼ਰ ਪਰਸਨਲ ਇਨਫੋਰਮੇਸ਼ਨ ਕਹਿੰਦਾ ਯੂਜ਼ਰ ਦੀ ਪਰਸਨਲ ਇਨਫੋਰਮੇਸ਼ਨ ਦੇ ਨਾਲ ਪਾਸਵਰਡ ਗੈਸ ਕੀਤਾ ਜਾ ਸਕਦਾ ਇਸ ਪ੍ਰੋਸੈਸ ਨੂੰ ਆਪਾਂ ਸੋਸ਼ਲ ਇੰਜੀਨੀਅਰਿੰਗ ਬੋਲਦੇ ਆ ਸੋਸ਼ਲ ਇੰਜੀਨੀਅਰਿੰਗ ਇੱਕ ਪ੍ਰੋਸੈਸ ਹੁੰਦੀ ਹੈ ਜਿਹਦੇ ਵਿੱਚ ਕੀ ਕਰਦੇ ਨੇ ਪਰਸਨਲ ਇੱਕ ਸਰਵੇ ਬਣਾਇਆ ਹੁੰਦਾ ਹੈ ਜੇ ਕੁਐਸਚਨ ਬਣਾਏ ਹੁੰਦੇ ਨੇ 20 25 ਪਰਸਨਲ ਕੁਐਸਚਨ ਹੁੰਦੇ ਨੇ ਬੰਦੇ ਤੁਹਾਡਾ ਨਾਮ ਕੀ ਆ ਤੁਹਾਡਾ ਪਿੰਡ ਕੀ ਆ ਤੁਹਾਡਾ ਸਰਨੇਮ ਕੀ ਆ ਤੁਹਾਡਾ ਡੇਟ ਆਫ ਬਰਥ ਕੀ ਆ ਤੁਹਾਡੇ 143 ਤੱਕ ਕੀ ਨਾਮ ਆ ਹੈ ਨਾ ਇਹ ਸਾਰੀਆਂ ਚੀਜ਼ਾਂ ਭਰਾ ਲੀਆਂ ਜਾਂਦੀਆਂ ਨੇ ਤੇ ਇਹਨਾਂ ਦੇ ਵਿੱਚੋਂ ਹੀ ਜ਼ਿਆਦਾਤਰ ਬੰਦਿਆਂ ਦਾ ਜਿਵੇਂ ਮੈਂ ਕੁਲਦੀਪ ਸਿੰਘ ਸਿੱਧੂ ਆ ਕੁਲਦੀਪ @123 ਹੈ ਨਾ 123 abc ਇਹ ਮੇਰੇ ਐਵੇਂ ਜਿਹਾ ਪਾਸਵਰਡ ਹੁੰਦੇ ਨੇ ਕਹਿੰਦਾ ਕਿਹੜੀਆਂ ਚੀਜ਼ਾਂ ਦੇ ਨਾਲ ਗੇਸ ਕੀਤਾ ਜਾ ਸਕਦਾ ਹੈ ਯੂਜ਼ਰ ਨੇਮ ਔਰ ਲੌਗਇਨ ਨੇਮ ਕਹਿੰਦਾ ਯੂਜ਼ਰ ਨੇਮ ਨੂੰ ਹੀ ਅਸੀਂ ਪਾਸਵਰਡ ਰੱਖ ਲੈਨੇ ਆ ਜਾਂ ਲੌਗਇਨ ਨੇਮ ਨੂੰ ਇਹ ਵੀ ਗੈਸ ਕੀਤਾ ਜਾ ਸਕਦਾ ਹੈ ਨਾ ਠੀਕ ਹੈ ਗੱਲ ਦੀ ਵਰਡ ਲਾਈਕ ਪਾਸਵਰਡ ਪਰ ਕਈ ਵਾਰੀ ਬੰਦੇ ਪਾਸਵਰਡ ਹੀ ਰੱਖ ਲੈਂਦੇ ਨੇ ਪਾਸਕੋਡ ਜਾਂ ਐਡਮਿਨ ਇਹ ਵੀ ਹੁੰਦੇ ਨੇ ਇੱਥੋਂ ਵੀ ਗੈਸ ਕੀਤਾ ਜਾ ਸਕਦਾ ਹੈ ਯੂਜ਼ਰ ਬਰਥ ਔਰ ਡੇਟ ਆਫ ਬਰਥ ਬਰਥਪਲੇਸ ਜਾਂ ਡੇਟ ਆਫ ਬਰਥ ਇਹ ਸਾਰੀਆਂ ਚੀਜ਼ਾਂ ਹੀ ਠੀਕ ਨੇ ਠੀਕ ਹੈ ਇਹਨਾਂ ਦਾ ਪਾਸਵਰਡ ਗੈਸ ਕੀਤਾ ਜਾ ਸਕਦਾ ਅਗਲਾ ਕੁਐਸਚਨ ਹੈਗਾ 28 ਮਾ ਇਨ MS Excel 2019 ਸ਼ੀਟ অপਸ਼ਨ ਕੈਨ ਬੀ ਫਾਊਂਡ ਅੰਡਰ ਵਿਚ ਟੈਬ ਇਹ ਵੀ ਬੜਾ ਸੌਖਾ ਹੈ ਪੇਜ ਲੇਆਉਟ ਦੇ ਵਿੱਚ ਸ਼ੀਟ অপਸ਼ਨ ਹੁੰਦਾ ਹੈ ਇਹ ਬਾਰੀ ਬਾਰੀ ਕੁਐਸਚਨ ਆ ਰਹੇ ਹੈ ਤੇ ਇਹ ਤੁਸੀਂ ਕਰਨੇ ਨੇ ਛੱਡਣੇ ਨਹੀਂ ਹੈਗੇ ਠੀਕ ਹੈ ਪੇਜ ਲੇਆਉਟ 29ਵਾਂ ਕੁਐਸਚਨ ਹੈ ਇਹ ਵਧੀਆ ਕੁਐਸਚਨ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵਿੱਚ ਵਾਈਲ ਯੂਜ਼ਿੰਗ ਦੀ ਕੰਪਿਊਟਰ ਇਨ ਸਾਈਬਰ ਕੈਫੇ ਬਾਹਰ ਨਹੀਂ ਆਪਾਂ ਜਾਂਦੇ ਟੈਸਟ ਵਗੈਰਾ ਪ੍ਰਿੰਟ ਕਰਾਉਣ ਜਾਂ ਆਪਾਂ ਫਾਰਮ ਭਰਨ ਜਾਂਦੇ ਆ ਨੈੱਟ ਬੈਂਕਿੰਗ ਉੱਥੇ ਚਲਾਉਣੀ ਨਹੀਂ ਚਾਹੀਦੀ ਬਾਹਰ ਜੇ ਚਲਾ ਲਓ ਤਾਂ ਕੀ ਕਰਨਾ ਚਾਹੀਦਾ ਵਿੱਚ ਉਹਦਾ ਫੋਲੋਇੰਗ ਆਰ ਦੀ ਟਿਪਸ ਫੋਰ ਸੇਫਟੀ ਐਂਡ ਸਕਿਉਰਟੀ ਠੀਕ ਹੈ ਤੁਸੀਂ ਤਾਂ ਹੁਣ ਜਾ ਕੇ ਸਬ ਇਨਸਪੈਕਟਰ ਬਣਨਾ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਕਲੀਅਰ ਦਾ ਹਿਸਟਰੀ ਐਂਡ ਟੈਂਪਰੇਰੀ ਫਾਈਲਸ ਇਹ ਤੁਸੀਂ YouTube ਤੇ ਚੈੱਕ ਕਰ ਲਿਓ ਵੀ ਹਿਸਟਰੀ ਨੂੰ ਆਪਾਂ ਤੇ ਟੈਂਪਰੇਰੀ ਫਾਈਲਾਂ ਨੂੰ ਕਿਵੇਂ ਕਲੀਅਰ ਕਰਦੇ ਹਾਂ ਬਿਲਕੁਲ ਠੀਕ ਹੈ ਆਲਵੇਜ਼ ਲੌਗ ਆਊਟ Gmail ਖੁੱਲੀ ਨਾ ਛੱਡ ਕੇ ਉਹ ਲੌਗ ਆਊਟ ਕਰਕੇ ਆਓ ਅਵੋਇਡ ਆਨਲਾਈਨ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਇਹ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਨੈਟ ਬੈਂਕਿੰਗ ਹੈ ਜਿਹੜੀ ਆਪਾਂ ਕੈਫੇ ਤੇ ਨਹੀਂ ਵਰਤਣੀ ਤਾਂ ਤਿੰਨੋਂ ਹੀ ਠੀਕ ਨੇ ਆਨਸਰ ਬੀ ਹੈ ਕਲੀਅਰ ਲਾਸਟ ਕੁਐਸਚਨ ਆ ਗਿਆ ਆਪਣਾ ਇਸ ਵੀਡੀਓ ਦਾ ਵਿਚ ਆਫ ਦੀ ਫਾਲੋਇੰਗ ਇੰਟਰੈਕਸ਼ਨ ਡਿਸਪਲੇ ਆਰ ਅਵੇਲੇਬਲ ਔਨ ਵੈਬ ਬਰਾਊਜ਼ਰ ਵਿੰਡੋ ਕਹਿੰਦਾ ਵੈਬ ਬਰਾਊਜ਼ਰ ਤੇ ਖੁਸ਼ੀ ਚੜ ਜਾਂਦੀ ਹੈ ਹੁਣ ਜਦੋਂ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਖੇਤ ਨਹੀਂ ਜਾਂਦੇ ਹੁੰਦੇ ਆਪਾਂ ਬਲਦ ਲੈ ਗਏ ਨੇ ਪਹਿਲਾਂ ਤਾਂ ਉੱਠ ਹੁੰਦੇ ਸੀ ਜਾਂ ਬਲਦ ਹੁੰਦੇ ਸੀ ਆਪਣੇ ਖੇਤੀ ਕਰਨ ਦੇ ਲਈ ਇਨੋਂ ਆਪਾਂ ਬਲਦ ਨੂੰ ਤੜਕੇ ਖੇਤ ਲੈ ਕੇ ਜਾਂਦੇ ਰੇੜੀ ਜੋੜ ਕੇ ਮੈਨੂੰ ਪਤਾ ਹੈ ਮੈਂ ਸਾਰੇ ਇਹ ਕੁੱਤਪਣੇ ਕਰੇ ਹੋਏ ਨੇ ਤੇ ਤੜਕੇ ਬਲਦ ਤੁਰਦਾ ਨਹੀਂ ਖੇਤ ਜਾਂਦਾ ਨਹੀਂ ਉਹ ਮਰਿਆ ਮਰਿਆ ਜਾਂਦਾ ਪਰ ਅੱਥ ਨੇ ਜਿਹਨੂੰ ਪਤਾ ਹੁੰਦਾ ਵੀ ਹੁਣ ਘਰੇ ਜਾਵਾਂਗੇ ਫਿਰ ਤਾਂ ਪੂਸ਼ਟੇ ਅੱਥ ਨਹੀਂ ਲੱਗਣਦਾ ਫਿਰ ਤਾਂ ਭੱਜਿਆ ਆਉਂਦਾ ਕਰੇ ਠੀਕ ਹੈ ਸੋ ਉਵੇਂ ਹੀ ਐ ਵੀ ਹੁਣ ਆਪਾਂ ਨੂੰ ਖੁਸ਼ੀ ਚੜ ਗਈ ਵੀ ਤੀਮਾ ਕੁਐਸਚਨ ਲਾਸਟ ਆ ਗਿਆ ਪਰ ਪਹੁੰਚੇ ਮਸਾਂ ਇੱਕ ਘੰਟਾ ਲੱਗ ਗਿਆ ਆਪਾਂ ਨੂੰ ਸੋ ਕਹਿੰਦਾ ਕਿਹੜੇ ਕਿਹੜੇ ਆਪਸ਼ਨ ਵੈਬ ਬ੍ਰਾਊਜ਼ਰ ਦੇ ਵਿੱਚ ਹੈਗੇ ਨੇ ਪਹਿਲਾਂ ਹੈਗਾ ਬੈਕ ਬੈਕ ਦਾ ਆਪਸ਼ਨ ਹੈਗਾ ਬਿਲਕੁਲ ਬੈਕ ਕਰ ਸਕਦੇ ਆਪਾਂ ਫ ਐਡਰੈਸ bar ਵੀ ਹੁੰਦਾ ਤੇ ਰੀਫਰੈਸ਼ ਜੇ ਨਹੀਂ ਯਕੀਨ ਆਉਂਦਾ ਤਾਂ ਦਿਖਾ ਦਨੇ ਆਪਾਂ ਆ ਦੇਖੋ ਇਹ ਬੈਕ ਹੁੰਦਾ ਫਾਰਵਰਡ ਹੁੰਦਾ ਰੀਫਰੈਸ਼ ਹੁੰਦਾ ਐਡਰੈਸ bar ਹੁੰਦੀ ਹੈ ਤੇ ਇਸੇ ਦੇ ਵਿੱਚ ਜਿਹੜਾ ਐਡਰੈਸ ਹੁੰਦਾ ਉਹਨੂੰ ਅਸੀਂ ਬੋਲ ਦਨੇ ਆ ਯੂ ਆਰ ਐਲ ਯੂਨੀਫਾਰਮ ਰਿਸੋਰਸ ਲੋਕੇਟਰ ਕਲੀਅਰ ਹੋਈ ਗੱਲ ਤਾਂ ਫਿਰ ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ 1 2 3 ਐਂਡ 4 ਰੀਫਰੈਸ਼ ਦਾ ਮੈਂ ਦੱਸ ਚੁੱਕਿਆ ਨਾ ਆ ਰੀਫਰੈਸ਼ ਦਾ ਹਾਂ ਸੋ ਇਹ ਸੀਗਾ ਜੀ ਸਾਬ ਇਨਸਪੈਕਟਰ 24 ਅਗਸਤ 2021 ਦੇ ਕੁਸ਼ਨ ਆਪਾਂ ਡਿਸਕਸ ਕੀਤੇ ਨੇ ਸੋ ਇਹ ਆਪਣਾ ਚੌਥਾ ਪਾਰਟ ਸੀ ਟੋਟਲ 8 ਸ਼ਿਫਟ ਦੇ ਵਿੱਚ ਪੇਪਰ ਹੋਏ ਸੀ ਮੈਂ ਕੋਸ਼ਿਸ਼ ਕਰ ਰਿਹਾ ਵੀ ਪਹਿਲਾਂ ਸਾਰੇ ਕੰਪਲੀਟ ਕਰਦੇ ਆ ਤਾਂ ਤੁਸੀਂ ਵੀ ਮੇਰਾ ਥੋੜਾ ਹੌਸਲਾ ਵਧਾਇਆ ਕਰੋ ਹਨਾ ਸਬਸਕ੍ਰਾਈਬ ਵਗੈਰਾ ਕਰਵਾ ਦਿਓ ਥੋੜੇ ਬਹੁਤ ਕਿਉਂਕਿ ਆਪਾਂ ਪੇਡ ਪ੍ਰਮੋਸ਼ਨਾਂ ਨਹੀਂ ਲਾ ਰਹੇ ਠੀਕ ਹੈ ਥੋੜੇ ਵੀਊ ਹੋ ਜਾਣਗੇ ਕੋਈ ਦਿੱਕਤ ਨਹੀਂ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਠੀਕ ਹੈ ਜੇ ਪੇਪਰ ਪਹਿਲਾਂ ਆ ਗਿਆ ਤਾਂ ਕੀ ਕਹਿਣਾ ਨਹੀਂ ਮੈਂ ਕੋਸ਼ਿਸ਼ ਕਰੂੰਗਾ ਜਿੰਨੇ ਕਰਾ ਸਕਿਆ ਮੈਂ ਸਾਰੇ ਕਰਾਂਗਾ